ਗੁਰੂ ਜੀ ਨੂੰ ਸੀਸ ਝੁਕਾ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਤਿਗੁਰ ਨੇ ਬਹੁਤ ਵੱਡੀ ਕਿਰਪਾ ਕੀਤੀ, ਨਗਰ ਪ੍ਰਤਾਪਪੁਰਾ ਕਾਲੀ ਰੌਣ ਜੋ ਕਿ ਰਾਜਸਥਾਨ ਦੇ ਇਲਾਕੇ ਗੰਗਾਨਗਰ ਵਿੱਚ ਪੈਂਦਾ ਹੈ, ਇੱਥੋਂ ਦੀ ਸਮੁੱਚੀ ਸੰਗਤ ਧੰਨਤਾ ਦੇ ਯੋਗ ਹੋ ਜਿਨ੍ਹਾਂ ਵੱਲੋਂ ਰਲ ਮਿਲ ਕਰਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜਿਆਂ ਨੂੰ ਮੁੱਖ ਰੱਖ ਕੇ ਤਿੰਨ ਰੋਜ਼ਾ ਗੁਰਮਤਿ ਸਮਾਗਮ ਉਲੀਕਿਆ। ਸਤਿਗੁਰ ਦੀ ਕਿਰਪਾ ਨਾਲ ਨਾਮ ਬਾਣੀ ਦੇ ਪ੍ਰਵਾਹ ਚੱਲ ਰਹੇ ਨੇ, ਸ਼੍ਰੀ ਅਖੰਡ ਪਾਠ ਸਾਹਿਬ ਵੀ ਪ੍ਰਕਾਸ਼ ਹਨ, ਗੁਰੂ ਕੇ ਲੰਗਰ ਅਤੁੱਟ ਵਰਤ ਰਹੇ ਨੇ ਅਤੇ ਨਾਲ ਨਾਲ ਗੁਰਬਾਣੀ ਗੁਰ ਇਤਿਹਾਸ ਰਲ ਮਿਲ ਕਰਕੇ ਆਪਾਂ ਵਿਚਾਰ ਕਰੀਏ। ਕੱਲ੍ਹ ਵੀ ਪਹਿਲਾ ਦੀਵਾਨ ਸੀ, ਸਤਿਗੁਰ ਦੀ ਕਿਰਪਾ ਦੇ ਨਾਲ ਆਪਾਂ ਬੈਠ ਕਰਕੇ ਗੁਰ ਇਤਿਹਾਸ ਦੀ ਵਿਚਾਰ ਕੀਤੀ। ਸਤਿਗੁਰ ਦੇ ਦਰ ਘਰ ਦੀਆਂ ਖੁਸ਼ੀਆਂ ਸੰਗਤ ਨੇ ਹਾਜ਼ਰੀ ਭਰ ਕੇ ਪ੍ਰਾਪਤ ਕੀਤੀਆਂ। ਗੁਰੂ ਪਿਆਰਿਓ, ਅੱਜ ਦੂਸਰਾ ਦੀਵਾਨ ਹੈ, ਆਓ ਜਿੰਨਾ ਕੁ ਸਮਾਂ ਸਤਿਗੁਰ ਬਖਸ਼ਿਸ਼ ਕਰਦੇ ਹੈ ਪਿਆਰ ਸਤਿਕਾਰ ਨਾਲ ਬੈਠ ਕੇ ਹਾਜ਼ਰੀ ਭਰੀਏ। ਮਹਾਰਾਜ ਦਾ ਬਚਨ ਹੈ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਸੰਸਾਰ ਭਾਵੇਂ ਸਾਰਾ ਵੱਸਦਾ ਹੈ ਪਰ ਇੱਥੇ ਸਾਰੇ ਸੁਖੀ ਨਹੀਂ ਹੈਗੇ, ਗੁਰਮੁਖ ਸਾਰੇ ਸਤਿਕਾਰ ਨਹੀਂ ਪ੍ਰਾਪਤ ਕਰ ਸਕਦੇ, ਸਾਰਿਆਂ ਦਾ ਸੰਸਾਰ ਵਿੱਚ ਨਾਮ ਨਹੀਂ ਹੈਗਾ। ਚਾਹੁੰਦਾ ਤਾਂ ਹਰ ਕੋਈ ਆ ਮੇਰੀ ਪੂਜਾ ਹੋਵੇ ਪਰ ਪੂਜਾ ਸਾਰਿਆਂ ਦੀ ਨਹੀਂ ਹੋ ਰਹੀ। ਆਖੋ ਸਤਨਾਮ। ਇਹ ਤਾਂ ਮਹਾਰਾਜ ਕਹਿੰਦੇ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ। ਕਹਿੰਦੇ ਸੰਸਾਰ ਸਾਗਰ ਵਿੱਚੋਂ ਪਾਰ ਉਹੀ ਹੁੰਦੇ ਨੇ ਜਿਨ੍ਹਾਂ ਨੂੰ ਸਤਸੰਗ ਦੀ ਪ੍ਰਾਪਤੀ ਹੋ ਜੇ। ਅਤੇ ਇੱਥੇ ਕੋਈ ਜਾਤ ਪਾਤ ਦਾ ਜ਼ਿਕਰ ਨਹੀਂ ਕੀਤਾ ਪਾਤਸ਼ਾਹ ਨੇ, ਆਪਾਂ ਨਾ ਸਮਾਜ ਨੂੰ ਵੰਡ ਕੇ ਬਹਿ ਗਏ। ਜਾਤ ਗੋਤ ਧਰਮ ਕਿੰਨਾ ਕੁਛ ਬਣ ਗਿਆ ਇੱਥੇ, ਪਰ ਸਭ ਤੋਂ ਵੱਡਾ ਧਰਮ ਹੈ ਇਨਸਾਨੀਅਤ। ਮਹਾਰਾਜ ਕਹਿੰਦੇ ਮਨੁੱਸ ਕੀ ਜਾਤ ਸਭ ਹੈ ਏਕੈ ਪਹਿਚਾਨਵ। ਜਿਹੜਾ ਵੀ ਮਨੁੱਖ ਹੈ ਨਾ, ਉਹਨਾਂ ਦੀ ਇੱਕੋ ਹੀ ਜਾਤ ਹੈ ਇਨਸਾਨੀਅਤ। ਗੁਰੂਆਂ ਨੇ ਇਹ ਬਚਨ ਕਹੇ ਅਤੇ ਤੁਹਾਨੂੰ ਪਤਾ ਜਦੋਂ ਜੰਗ ਯੁੱਧ ਹੁੰਦੇ ਸੀ, ਭਾਈ ਘਨੱਈਆ ਜੀ ਪਾਣੀ ਪਿਆਉਂਦੇ ਸੀ ਜ਼ਖਮੀਆਂ ਨੂੰ, ਉਦੋਂ ਕੁਝ ਸਿੱਖਾਂ ਨੇ ਜਾ ਕੇ ਸ਼ਿਕਾਇਤ ਕੀਤੀ, ਮਹਾਰਾਜ ਜਿਹੜੇ ਦੁਸ਼ਮਣ ਸਾਨੂੰ ਮਾਰਨ ਆਏ
ਅਸੀਂ ਮਸਾਂ ਮਸਾਂ ਉਹਨਾਂ ਨੂੰ ਫੱਟੜ ਕਰਕੇ ਧਰਤੀ 'ਤੇ ਸਿੱਟਦੇ ਹਾਂ ਅਤੇ ਭਾਈ ਘਨੱਈਆ ਪਾਣੀ ਪਿਆ ਕੇ ਫਿਰ ਲੜਨ ਲਈ ਤਿਆਰ ਕਰ ਦਿੰਦਾ ਹੈ। ਮੇਰੇ ਪਾਤਸ਼ਾਹ ਕਹਿੰਦੇ ਉਹਨੂੰ ਬੁਲਾਓ, ਅਤੇ ਜਦੋਂ ਭਾਈ ਘਨੱਈਆ ਜੀ ਨੂੰ ਬੁਲਾਇਆ ਗਿਆ, ਪੁੱਛਿਆ ਮੇਰੇ ਮਾਲਕ ਨੇ ਕਿ ਭਾਈ ਸਾਹਿਬ ਜੀ, ਆ ਕੁਝ ਸਿੰਘਾਂ ਦੀ ਸ਼ਿਕਾਇਤ ਆਈ ਹੈ, ਇਹ ਕਹਿੰਦੇ ਨੇ ਕਿ ਭਾਈ ਘਨੱਈਆ ਦੁਸ਼ਮਣਾਂ ਨੂੰ ਪਾਣੀ ਪਿਆਉਂਦਾ। ਭਾਈ ਘਨੱਈਆ ਜੀ ਨੇ ਹੱਥ ਬੰਨ ਲਏ, ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਜਾਣੀ ਜਾਣੋ, ਪਰ ਜੇ ਪੁੱਛਿਆ ਤਾਂ ਮੈਂ ਦੱਸ ਦਿੰਦਾ, ਅਸਲ ਵਿੱਚ ਤੁਸੀਂ ਮੇਰੀ ਡਿਊਟੀ ਮੈਦਾਨੇ ਜੰਗ ਵਿੱਚ ਜ਼ਖਮੀਆਂ ਨੂੰ ਪਾਣੀ ਪਿਲਾਉਣ ਦੀ ਲਾਈ ਹੈ। ਜਿੱਧਰੋਂ ਵੀ ਆਵਾਜ਼ ਆਉਂਦੀ ਹੈ ਹਾਏ ਪਾਣੀ, ਜਦੋਂ ਮੈਂ ਉੱਧਰ ਵੱਲ ਤੱਕਦਾ ਨਾ ਤਾਂ ਮੈਨੂੰ ਕੋਈ ਉੱਥੇ ਸਿੱਖ ਦਿੰਦਾ ਹੈ, ਨਾ ਹੀ ਮੈਨੂੰ ਕੋਈ ਮੁਗਲ ਦਿੰਦਾ ਹੈ, ਮੈਨੂੰ ਤਾਂ ਸਾਰੇ ਪਾਸੇ ਤੁਹਾਡਾ ਹੀ ਰੂਪ ਦਿਖਦਾ ਹੈ। ਇਹ ਹੈ ਫਲਸਫਾ, ਮਾਨਸਿਕੀ ਜਾਤ ਸਭ ਹੈ ਇੱਕ ਹੈ ਪਹਿਚਾਨਵੋ। ਅਤੇ ਮਹਾਰਾਜ ਨੇ ਵੀ ਕੋਈ ਫਿਰ ਵਿਤਕਰਾ ਨਹੀਂ ਕੀਤਾ, ਕਹਿੰਦੇ ਭਾਈ ਘਨੱਈਆ ਜੀ, ਜੇ ਤੁਹਾਡੀ ਅਵਸਥਾ ਇਹ ਬਣ ਚੁੱਕੀ ਹੈ ਫਿਰ ਚਿੰਤਾ ਨਾ ਕਰੋ, ਜਾਓ ਪਾਣੀ ਪਿਆਉਂਦੇ ਹੋ ਪਿਆਈ ਚੱਲੋ, ਨਾਲ ਆ ਮੱਲਮ ਪੱਟੀ ਵੀ ਲੈ ਜਾਓ, ਹੁਣ ਪੱਟੀ ਵੀ ਨਾਲ ਹੀ ਕਰ ਦਿਆ ਕਰੋ, ਆਖੋ ਸਤਨਾਮ। ਇਕੱਲਾ ਕਹਿ ਕੇ ਨਹੀਂ ਸੀ ਸਾਰਿਆ, ਗੁਰਮੁਖ ਪਹਿਰਾ ਵੀ ਦਿੱਤਾ। ਅਤੇ ਗੁਰੂ ਨਾਨਕ ਦੇ ਘਰ ਦੀ ਅੱਜ ਐਵੇਂ ਨਹੀਂ ਜੈ ਜੈਕਾਰ, ਇੱਥੇ ਭਾਵੇਂ ਕੋਈ ਹਿੰਦੂ ਆਇਆ, ਗੁਰੂ ਤੇਗ ਬਹਾਦਰ ਨੇ ਉਹਨਾਂ ਦੇ ਪੱਖ ਲੈ ਕੇ ਕੁਰਬਾਨੀ ਕੀਤੀ, ਭਾਵੇਂ ਕੋਈ ਮੁਸਲਮਾਨ ਆਇਆ, ਖਾਲੀ ਉਹਨੂੰ ਵੀ ਨਹੀਂ ਮੋੜਿਆ। ਸਭ ਤੋਂ ਵੱਡੀ ਮਿਸਾਲ ਗੁਰੂ ਗੋਬਿੰਦ ਸਿੰਘ ਦੇ ਜੀਵਨ ਵਿੱਚੋਂ ਮਿਲਦੀ ਹੈ। ਦੇਖੋ ਔਰੰਗਜ਼ੇਬ ਨੇ ਕਿੰਨਾ ਜ਼ੁਲਮ ਕੀਤਾ, ਪਹਿਲਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਬਿਠਾ ਕੇ ਸ਼ਹੀਦ ਕੀਤਾ, ਉਦੋਂ ਬਾਅਦ ਅਨੰਦਪੁਰ ਸਾਹਿਬ 'ਤੇ ਹਮਲੇ ਹੋਏ, ਸਰਵੰਸ ਤੱਕ ਕੁਰਬਾਨ ਕਰਨਾ ਪਿਆ, ਕਿੰਨੇ ਦੁੱਖ ਝੱਲੇ। ਇਹ ਸਾਰਾ ਕੁਛ ਔਰੰਗਜ਼ੇਬ ਦੇ ਹੁਕਮ ਨਾਲ ਹੋਇਆ ਸੀ ਗੁਰੂ, ਪਰ ਉਦੋਂ ਬਾਅਦ ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ, ਔਰੰਗਜ਼ੇਬ ਦੀ ਮੌਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆਇਆ, ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੇ ਪਿਤਾ ਨੇ ਤੁਹਾਡੇ ਨਾਲ ਬਹੁਤ ਧੱਕਾ ਕੀਤਾ, ਜ਼ੁਲਮ ਕੀਤਾ ਹੈ, ਪਰ ਮੇਰੇ ਪਿਤਾ ਦੀ ਹੋ ਗਈ ਮੌਤ ਅਤੇ ਰਾਜ ਭਾਗ ਦੀ ਖਾਤਰ ਸਾਡਾ ਭਰਾਵਾਂ ਦਾ ਰੌਲਾ ਪੈ ਗਿਆ, ਅਤੇ ਮੈਂ ਤੁਹਾਡਾ ਆਸਰਾ ਤੱਕਦਾ, ਮੇਰੀ ਮਦਦ ਕਰੋ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਹੀਂ ਦੇਖਿਆ ਵੀ ਇਹ ਦੁਸ਼ਮਣ ਦਾ ਪੁੱਤ ਹੈ, ਉਹਦੀ ਮਦਦ ਲਈ ਨਾਲ ਸਿੰਘ ਤੋਰੇ। ਉਹ ਗਵਾਲੀਅਰ ਤੋਂ ਅੱਗੇ ਜਾਜੂ ਦੇ ਸਥਾਨ 'ਤੇ ਯੁੱਧ ਹੋਇਆ, ਉੱਥੇ ਬਹਾਦਰ ਸ਼ਾਹ ਨੂੰ ਜਿਤਾਇਆ, ਆਖੋ ਸਤਨਾਮ। ਆਪ ਜਾ ਕੇ ਉਹਦੇ ਸਿਰ 'ਤੇ ਤਾਜ ਰੱਖਿਆ, ਆਖੋ ਸਤਨਾਮ। ਤਾਂ ਹੈ ਭਾਈ, ਐਵੇਂ ਨਹੀਂ ਕਹਿੰਦੇ ਨਿਰਭਉ
ਨਿਰਵੈਰ। ਤਾਂ ਅੱਜ ਆਪਾਂ ਜ਼ਿਆਦਾ ਮਨਾ ਰਹੇ ਹਾਂ ਵੀ ਮੇਰੇ ਮਾਲਕ ਦੇ ਦਰ 'ਤੇ ਜਿਹੜਾ ਵੀ ਆ ਗਿਆ, ਇੱਕ ਤਾਂ ਉਹ ਖਾਲੀ ਨਹੀਂ ਮੁੜਦਾ ਅਤੇ ਮੇਰੇ ਮਾਲਕ ਵੈਰ ਭਾਵਨਾ ਕਿਸੇ ਨਾਲ ਰੱਖਦੇ ਹੀ ਨਹੀਂ। ਤਾਂ ਹੀ ਅੱਜ ਯਾਦ ਕੀਤਾ ਜਾਂਦਾ ਹੈ। ਲਓ ਪੜ੍ਹਿਓ ਸਾਰੇ। ਪ੍ਰਤੱਖ ਬਹਾਦਰ ਸ਼ਾਹ ਨੂੰ ਦਿੱਤੀਆਂ ਬਾਦਸ਼ਾਹੀਆਂ ਜੀ, ਤੈਨੂੰ ਤਾਂ ਹੀ ਮੇਰੇ ਕਲਗੀ ਵਾਲਿਆ ਗੁਰੂਆ ਅੱਜ ਮਿਲਣ ਵਧਾਈਆਂ ਜੀ, ਤੈਨੂੰ ਤਾਂ ਹੀ ਮੇਰੇ ਕਲਗੀ ਵਾਲਿਆ ਗੁਰੂਆ ਅੱਜ ਮਿਲਣ ਵਧਾਈਆਂ ਜੀ, ਤੈਨੂੰ ਤਾਂ ਹੀ ਮੇਰੇ ਕਲਗੀ ਵਾਲਿਆ ਗੁਰੂਆ ਅੱਜ ਮਿਲਣ ਵਧਾਈਆਂ ਜੀ, ਤੈਨੂੰ ਤਾਂ ਹੀ ਮੇਰੇ ਕਲਗੀ ਵਾਲਿਆ ਗੁਰੂਆ ਅੱਜ ਮਿਲਣ ਵਧਾਈਆਂ ਜੀ, ਤੈਨੂੰ ਤਾਂ ਹੀ ਕਲਗੀ ਵਾਲਿਆ ਗੁਰੂਆ ਅੱਜ ਮਿਲਣ ਵਧਾਈਆਂ ਜੀ, ਤੈਨੂੰ ਤਾਂ ਹੀ ਮੇਰੇ ਕਲਗੀ ਵਾਲਿਆ ਗੁਰੂਆ ਅੱਜ ਮਿਲਣ ਵਧਾਈਆਂ ਜੀ, ਤੈਨੂੰ ਤਾਂ ਹੀ ਦੂਜੇ ਨੂੰ ਕੁਛ ਨੀ ਆਖਿਆ ਤੈਂ ਸਾਵੇਂ ਜ਼ੁਲਮੀ ਮਾਰੇ, ਉਹਨਾਂ ਦੇ ਧੀਆਂ ਪੁੱਤਰ ਸਮਝੇ ਜਾਨਾਂ ਤੋਂ ਪਿਆਰੇ, ਪ੍ਰਤੱਖ ਬਹਾਦਰ ਸ਼ਾਹ ਨੂੰ ਦਿੱਤੀਆਂ ਬਾਦਸ਼ਾਹੀਆਂ ਜੀ, ਤੈਨੂੰ ਤਾਂ ਹੀ ਮੇਰੇ ਕਲਗੀ ਵਾਲਿਆ ਗੁਰੂਆ ਅੱਜ ਮਿਲਣ ਵਧਾਈਆਂ ਜੀ, ਤੈਨੂੰ ਤਾਂ ਹੀ ਮੇਰੇ ਕਲਗੀ ਵਾਲਿਆ ਗੁਰੂਆ ਅੱਜ ਮਿਲਣ ਵਧਾਈਆਂ ਜੀ, ਤੈਨੂੰ ਤਾਂ ਹੀ ਮੇਰੇ ਕਲਗੀ ਵਾਲਿਆ ਗੁਰੂਆ ਅੱਜ ਮਿਲਣ ਵਧਾਈਆਂ ਜੀ, ਤੈਨੂੰ ਤਾਂ ਹੀ। ਦੂਜੇ ਨੂੰ ਕੁਛ ਨਹੀਂ ਆਖਿਆ ਤੈਂ ਸਾਵੇਂ ਜ਼ੁਲਮੀ ਮਾਰੇ, ਉਹਨਾਂ ਦੇ ਧੀਆਂ ਪੁੱਤਰ ਸਮਝੇ ਜਾਨਾਂ ਤੋਂ ਪਿਆਰੇ। ਪ੍ਰਤੱਖ ਬਹਾਦਰ ਸ਼ਾਹ ਨੂੰ ਦਿੱਤੀਆਂ ਬਾਦਸ਼ਾਹੀਆਂ ਜੀ, ਆਪ ਜਾ ਕੇ ਬਾਦਸ਼ਾਹ ਦੇ ਸਿਰ 'ਤੇ ਤਾਜ ਸਜਾਇਆ, ਐਸਾ ਨਿਰਵੈਰ ਗੁਰੂ, ਉਹਨਾਂ ਦੀ ਯਾਦ ਆਪਾਂ ਮਨਾ ਰਹੇ ਹਾਂ ਭਾਈ। ਤਾਂ ਹੀ ਲਿਖਿਆ ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਜਿਹੜਾ ਬੁਰਾ ਕਰਮ ਕਰਦਾ ਉਹਨੂੰ ਡੰਡ ਵੀ ਦੇਣਾ, ਚਾਹੇ ਕੋਈ ਆਪਣਾ ਚਾਹੇ ਬੇਗਾਨਾ, ਅਤੇ ਜਿਹਨੇ ਸ਼ਰਨ ਤੱਕ ਲਈ ਉਹਦੀ ਲਾਜ ਵੀ ਰੱਖੀ ਹੈ, ਭਾਵੇਂ ਕੋਈ ਆਪਣਾ ਸੀ ਅਤੇ ਭਾਵੇਂ ਕੋਈ ਬੇਗਾਨਾ ਸੀ। ਆਖੋ ਸਤਨਾਮ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦਾ ਪ੍ਰਕਾਸ਼ ਦਿਹਾੜਾ ਹੈ। ਕੱਲ ਆਪ ਜੀ ਨੇ ਸੁਣਿਆ ਕਿਵੇਂ ਹੇਮਕੁੰਟ ਸਾਹਿਬ ਮਹਾਰਾਜ ਨੇ ਤਪੱਸਿਆ ਕੀਤੀ, ਉਦੋਂ ਬਾਅਦ ਪਟਨਾ ਸਾਹਿਬ ਵਿੱਚ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਪਟਨਾ ਸਾਹਿਬ ਬਣ ਗਿਆ ਗੁਰਮੁਖ। ਸਮਾਂ ਲੰਘਦਾ ਗਿਆ, ਪਟਨੇ ਦੇ ਵਿੱਚ ਰਹਿੰਦਿਆਂ ਹੋਇਆਂ ਮੇਰੇ ਕਲਗੀਧਰ ਪਾਤਸ਼ਾਹ ਨੇ ਪੰਡਿਤ ਸ਼ਿਵਦੱਤ ਦਾ ਵੀ ਉਧਾਰ ਕੀਤਾ, ਰਾਮ ਰੂਪ ਵਿੱਚ ਉਹਨੂੰ ਦਰਸ਼ਨ ਦਿੱਤੇ।
ਅਤੇ ਪਟਨਾ ਸਾਹਿਬ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਭੀਖਮ ਸ਼ਾਹ ਫਕੀਰ ਨੇ ਅੱਲਾ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕੀਤੇ। ਆਖੋ ਸਤਨਾਮ। ਗੁਰੂ ਕਹਿਣ ਦਾ ਆਨੰਦ ਆਉਂਦਾ ਗੁਰਮੁਖ। ਉੱਥੇ ਹੀ ਰਾਣੀ ਮੈਣੀ, ਰਾਜਾ ਫਤਿਹ ਚੰਦ, ਉਹਨਾਂ ਦਾ ਵੀ ਭਲਾ ਕੀਤਾ ਸਾਰਾ ਇਤਿਹਾਸ ਕੱਲ੍ਹ ਆਪਾਂ ਵਿਚਾਰਿਆ ਸੀ, ਕਿਵੇਂ ਗੰਗਾ ਦੇ ਵਿੱਚੋਂ ਕੰਗਣ ਸੁੱਟ ਕੇ ਮਾਤਾ ਗੁਜਰ ਕੌਰ ਜੀ ਦੇ ਮਨ ਵਿੱਚੋਂ ਸਿਉਣੇ ਦਾ ਮੋਹ ਖਤਮ ਕੀਤਾ। ਕਿਹਾ ਸੀ, ਮਾਂ ਲਾ ਕੇ ਹੱਥਾਂ 'ਚੋਂ ਸੋਨੇ ਦਿਆਂ ਕੰਗਣਾਂ ਨੂੰ ਕੜੇ ਲੋਹੇ ਦੇ ਇਹਨਾਂ ਵਿੱਚ ਪਾ ਦਿਆਂਗਾ, ਤੇਰਾ ਵਸਦਾ ਹੋਇਆ ਘਰ ਉਜਾੜ ਕੇ ਮੈਂ ਕਈ ਉਜੜੇ ਹੋਏ ਵਸਾ ਦਿਆਂਗਾ। ਇਹ ਕੱਲ੍ਹ ਸਾਰਾ ਇਤਿਹਾਸ ਆਪ ਜੀ ਨੇ ਸੁਣਿਆ ਸੀ ਅਤੇ ਕੱਲ੍ਹ ਤੁਸੀਂ ਇਹ ਵੀ ਵਿਚਾਰ ਸੁਣੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਨਮ ਸਮੇਂ ਗੁਰੂ ਤੇਗ ਬਹਾਦਰ ਮਹਾਰਾਜ ਅਸਾਮ ਵੱਲ ਗਏ ਹੋਏ ਸੀ। ਸੱਤ ਸਾਲਾਂ ਬਾਅਦ ਆਏ ਸੀ ਗੁਰਮੁਖ। ਜਦੋਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਪਟਨੇ ਆਏ ਨਾ, ਸੱਤ ਸਾਲਾਂ ਬਾਅਦ ਆਏ ਸੀ। ਉੱਥੇ ਇੱਕ ਬਾਗ ਹੈ, ਉਹਨੂੰ ਗੁਰੂ ਕਾ ਬਾਗ ਆਖਿਆ ਜਾਂਦਾ ਹੈ। ਉਹ ਬਾਗ ਸੀ ਦੋ ਪਠਾਨ ਭਰਾਵਾਂ ਦਾ, ਇੱਕ ਦਾ ਨਾਂ ਸੀ ਕਰੀਮ ਬਖਸ਼, ਇੱਕ ਦਾ ਨਾਂ ਸੀ ਭਾਈ ਰਹੀਮ ਬਖਸ਼। ਉਹਨਾਂ ਪਠਾਣਾਂ ਦਾ ਬਾਗ ਸੁੱਕ ਚੁੱਕਾ ਸੀ ਅਤੇ ਜਦੋਂ ਮੇਰੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆ ਕੇ ਡੇਰਾ ਲਾ ਲਿਆ ਅਤੇ ਸੁੱਕਿਆ ਹੋਇਆ ਬਾਗ ਰਾਤੋ ਰਾਤ ਹਰਾ ਹੋ ਗਿਆ। ਆਖੋ ਸਤਨਾਮ। ਉਸ ਜਗ੍ਹਾ 'ਤੇ ਫਿਰ ਕਰੀਮ ਬਖਸ਼ ਅਤੇ ਰਹੀਮ ਬਖਸ਼ ਆ ਕੇ ਮਿਲੇ ਸਨ ਮੇਰੇ ਮਾਲਕ ਨੂੰ, ਨਮਸਕਾਰ ਕੀਤੀ। ਸਤਿਗੁਰ ਜੀ ਨੇ ਪੁੱਛਿਆ, ਭਾਈ ਇਹ ਬਾਗ ਕਿਹਦਾ ਹੈ? ਕਹਿੰਦੇ ਜੀ, ਪਹਿਲਾਂ ਤਾਂ ਸੀ ਸਾਡਾ, ਪਰ ਸਾਡਾ ਤਾਂ ਸੁੱਕ ਚੁੱਕਾ ਸੀ, ਹੁਣ ਇਹ ਬਾਗ ਗੁਰੂ ਕਾ ਬਾਗ ਹੈ ਕਿਉਂਕਿ ਤੁਹਾਡੇ ਆਉਣ ਨਾਲ ਹਰਾ ਹੋਇਆ। ਉਦੋਂ ਹੀ ਲਿਖਤ ਕਰਤੀ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਾਗ ਦੇ ਤਾ, ਅਤੇ ਨਾਲ ਹੀ ਫਿਰ ਬੇਨਤੀ ਕੀਤੀ ਸੀ, ਸੱਚੇ ਸਤਿਗੁਰ ਜਿਵੇਂ ਬਾਗ ਨੂੰ ਹਰਾ ਕੀਤਾ ਹੈ, ਸਾਡੇ ਘਰ ਵਾਲੀਆਂ ਦੀਆਂ ਕੁੱਖਾਂ ਵੀ ਹਰੀਆਂ ਕਰੋ। ਬਾਲ ਬੱਚਾ ਹੈ ਨਹੀਂ ਸੀ ਕੋਈ। ਨੌਵੇਂ ਸਤਿਗੁਰੂ ਪਾਤਸ਼ਾਹ ਕਹਿੰਦੇ, ਭਾਈ ਉਹਨਾਂ ਨੂੰ ਲਿਆਓ ਫਿਰ। ਅਤੇ ਉਹ ਦੋਵੇਂ ਪਠਾਨ ਕਹਿੰਦੇ, ਸਤਿਗੁਰ ਉਹ ਆ ਨਹੀਂ ਸਕਦੀਆਂ ਕਿਉਂਕਿ ਉਹਨਾਂ ਨੂੰ ਐਸਾ ਰੋਗ ਲੱਗਿਆ ਸੀ, ਸਰੀਰ ਸਾਰਾ ਸੁੱਕ ਅਤੇ ਜਕੜ ਚੁੱਕਾ ਸੀ, ਸੁੱਕ ਗਿਆ, ਜੋੜ ਨਹੀਂ ਸੀ ਚੱਲਦੇ ਸਰੀਰ ਦੇ, ਜਕੜ ਹੋ ਗਈ ਸੀ। ਮੇਰੇ ਪਾਤਸ਼ਾਹ ਕਹਿੰਦੇ, ਬੁਲਾ ਕੇ ਲਿਆਓ। ਉਹ ਮੰਜੇ 'ਚ ਹੀ ਪਈਆਂ ਸੀ, ਪਰ ਜਦੋਂ ਜਾ ਕੇ ਉਹਨਾਂ ਪਠਾਣਾਂ ਨੇ ਕਰੀਮ ਬਖਸ਼ ਅਤੇ ਰਹੀਮ ਬਖਸ਼ ਨੇ ਜਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਬਾਰੇ ਦੱਸਿਆ ਨਾ, ਵੀ ਸਤਿਗੁਰ ਆਏ ਨੇ, ਤੁਹਾਨੂੰ ਬੁਲਾਇਆ ਹੈ। ਗੁਰੂ ਜੀ ਦਾ ਨਾਂ ਸੁਣ ਕੇ ਐਂ ਲੱਗਿਆ ਜਿਵੇਂ ਬੁੱਢੇ ਹੱਡਾਂ 'ਚ ਜਵਾਨੀ ਆ ਗਈ ਹੋਵੇ। ਮੰਜੇ 'ਚ ਬੈਠੀਆਂ ਬੈਠੀਆਂ ਲੱਗੀਆਂ ਖੜੀਆਂ ਹੋਣ, ਪਠਾਣਾਂ ਨੇ ਬਾਹਾਂ ਤੋਂ ਫੜ ਕੇ ਲਿਆਂਦੀਆਂ। ਗੁਰੂ ਕੇ ਬਾਗ ਵਿੱਚ ਆ ਕੇ ਗੁਰੂ ਤੇਗ ਬਹਾਦਰ ਜੀ ਨੂੰ ਨਮਸਕਾਰ ਕੀਤੀ,
ਮੇਰੇ ਪਾਤਸ਼ਾਹ ਕਹਿੰਦੇ ਆ ਖੂਹੀ ਵਿੱਚੋਂ ਜਲ ਕੱਢੋ। ਉਹ ਖੂਹੀ ਹੁਣ ਵੀ ਹੈਗੀ ਆ, ਖੂਹੀ 'ਚੋਂ ਜਲ ਕੱਢ ਕੇ ਪਰਦਾ ਕਰਕੇ ਇਹਨਾਂ ਦਾ ਇਸ਼ਨਾਨ ਕਰਾਓ। ਇਸ਼ਨਾਨ ਕਰਾਇਆ, ਜਦੋਂ ਮਾਲਕ ਦੀ ਕਿਰਪਾ ਨਾਲ ਕੀਤਾ ਇਸ਼ਨਾਨ, ਕਹਿੰਦੇ ਸਰੀਰ ਦਾ ਸਾਰਾ ਹੀ ਰੋਗ ਹਟ ਗਿਆ। ਐਂ ਲੱਗੇ ਹੀ ਨਾ ਵੀ ਸਾਨੂੰ ਰੋਗ ਹੈ, ਗੁਰਮੁਖ ਸਾਰਾ ਰੋਗ ਠੀਕ। ਉੱਥੇ ਕਿਹੜਾ ਟੀਕੇ ਲਾਉਣੇ ਸੀ, ਰੋਜ਼ ਬਾਣੀ 'ਚ ਪੜ੍ਹਦੇ ਹੋ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਜਦੋਂ ਮਾਲਕ ਮਿਹਰ ਦੀ ਨਜ਼ਰ ਕਰਦਾ ਨਾ, ਫਿਰ ਖੁਸ਼ੀਆਂ ਆਉਂਦੀਆਂ। ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ, ਤਾਂ ਕਿ ਤਾਪ ਤਨ ਘੁੰਮੋ ਹਰ ਹੋ। ਜੀ ਤੇ ਮਿਹਰ ਦੀ ਨਜ਼ਰ ਪਾ ਦੇ, ਮਿੰਟਾਂ ਸਕਿੰਟਾਂ 'ਚ ਹੀ ਮਾਲਕ ਭਲਾ ਕਰ ਦਿੰਦਾ। ਗੁਰਮੁਖੋ, ਇੱਥੇ ਲੱਖਾਂ ਲੋਕ ਇੱਦਾਂ ਦੇ ਮਿਲਦੇ ਹੈ ਜਿਹੜੇ ਕਹਿੰਦੇ ਸਾਨੂੰ ਡਾਕਟਰਾਂ ਨੇ ਤਾਂ ਜਵਾਬ ਵੀ ਦੇ ਤਾ ਸੀ, ਮਾਲਕ ਦੀ ਕਿਰਪਾ ਨਾਲ ਅਸੀਂ ਰਾਜ਼ੀ ਹੋ ਗਏ, ਕੈਂਸਰ ਤੱਕ ਵੀ ਠੀਕ ਹੋਇਆ ਕਈਆਂ ਦੇ, ਜਿਨ੍ਹਾਂ ਦਾ ਭਰੋਸਾ ਹੈ ਗੁਰਮੁਖੋ। ਅਤੇ ਜਿਨ੍ਹਾਂ ਦਾ ਭਰੋਸਾ ਨਹੀਂ, ਉਹਨਾਂ ਨੂੰ ਤਾਂ ਫਿਰ ਕੋਈ ਦਵਾਈ ਕੰਮ ਨਹੀਂ ਕਰਦੀ। ਉਹ ਵੀ ਲਿਖਿਆ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹੋ ਕਰਾਏਂਦਾ। ਵੱਡੇ ਵੱਡੇ ਸੁਲਤਾਨ ਬਾਦਸ਼ਾਹ ਨੂੰ ਵੀ ਘਾਹ ਖਾਣਾ ਪੈ ਜਾਂਦਾ ਹੈ, ਰਾਜਿਆਂ ਨੂੰ ਭੀਖ ਮੰਗਣੀ ਪੈ ਜਾਂਦੀ ਹੈ ਜੇ ਕਿਤੇ ਉਹਦੀ ਨਦਰ ਉਲਟੀ ਹੋ ਜੇ। ਗੁਰਮੁਖ ਇਸੇ ਕਰਕੇ ਅਰਦਾਸਾਂ ਕਰਦੇ ਰਹੀਦਾ ਵੀ ਸੱਚੇ ਸਤਿਗੁਰ ਮਿਹਰ ਭਰੀ ਨਦਰ ਰੱਖੀ, ਨਾਨਕ ਨਦਰੀ ਨਦਰ ਨਿਹਾਲ। ਉਹ ਨਦਰ ਕਰੋ ਜਿਹਦੇ ਨਾਲ ਅਸੀਂ ਨਿਹਾਲ ਹੋਈਏ। ਕਰੀਮ ਬਖਸ਼ ਅਤੇ ਰਹੀਮ ਬਖਸ਼, ਇਹਨਾਂ ਦੀਆਂ ਪਠਾਣੀਆਂ ਸੀ ਜਿਹੜੀਆਂ ਰਾਜੀ ਵੀ ਹੋਈਆਂ, ਅਤੇ ਸਤਿਗੁਰ ਕਹਿੰਦੇ ਭਾਈ ਇਹ ਬਾਗ ਹੁਣ ਗੁਰੂ ਕਾ ਬਾਗ ਹੋ ਚੁੱਕਾ ਹੈ, ਇਸ ਬਾਗ ਵਿੱਚ ਬੂਟਾ ਲਾ ਦਿਓ, ਤੁਹਾਡੇ ਘਰ ਵੀ ਬੂਟੇ ਲੱਗ ਜਾਣਗੇ। ਫਿਰ ਉਹਨਾਂ ਨੇ ਦੋ ਬੂਟੇ ਲਾਏ, ਉਹਨਾਂ ਦੇ ਘਰ ਸਤਿਗੁਰ ਦੇ ਬਚਨਾਂ ਅਨੁਸਾਰ ਫਿਰ ਪੁੱਤਰ ਪੈਦਾ ਹੋਏ। ਭਾਈ ਹੁਣ ਵੀ ਸੰਗਤਾਂ ਦੀ ਸ਼ਰਧਾ, ਜਿਨ੍ਹਾਂ ਦੇ ਔਲਾਦ ਨਹੀਂ ਹੁੰਦੀ, ਪਟਨਾ ਸਾਹਿਬ ਦੀ ਧਰਤੀ 'ਤੇ ਜਾ ਕੇ ਗੁਰੂ ਕੇ ਬਾਗ ਵਿੱਚ ਸੰਗਤਾਂ ਬੂਟੇ ਲਾਉਂਦੀਆਂ, ਅਤੇ ਮਹਾਰਾਜ ਉਹਨਾਂ ਦੇ ਘਰਾਂ 'ਚ ਬੂਟੇ ਲਾਈ ਜਾਂਦੇ ਆ। ਆਖੋ ਸਤਨਾਮ, ਭਰੋਸਾ ਹੈ ਨਾ, ਸਿਦਕ ਹੈ ਭਰੋਸਾ ਤਾਂ ਧੰਨੇ ਨੇ। ਇੱਕ ਪੱਥਰ 'ਤੇ ਰੱਖ ਲਿਆ, ਮੱਝਾਂ ਗਾਵਾਂ ਚਾਰਨ ਵਾਲਾ ਅਨਪੜ੍ਹ ਜਾਟ ਗੁਰੂ ਦਾ ਹੀ ਰੂਪ ਹੋ ਗਿਆ। ਆਖੋ ਸਤਨਾ, ਧੰਨੇ ਸੇਵਿਆ ਬਾਲ ਬੁੱਧ। ਬਸ ਬੁੱਧੀ 'ਚ ਖੋਟ ਨਹੀਂ ਸੀ ਗੁਰਮੁਖੋ, ਬੱਚਿਆਂ ਵਰਗੀ ਬੁੱਧ, ਬੱਚਿਆਂ ਦਾ ਤੁਹਾਨੂੰ ਪਤਾ ਨਾ ਬੈਰੀ ਨਾ ਮਿੱਤਰ, ਜਿਹਨੇ ਹੱਸ ਕੇ ਬੁਲਾ ਲਏ ਉਸੇ ਦੇ ਹੀ ਹੈ ਗੁਰਮੁਖ। ਹੁਣ ਖਿਆਲ ਕਰਨਾ, ਗੁਰੂ ਤੇਗ ਬਹਾਦਰ ਮਹਾਰਾਜ ਪਟਨਾ ਸਾਹਿਬ ਆਏ, ਆਪਣੇ ਪਰਿਵਾਰ ਨੂੰ ਮਿਲੇ ਜਿੱਥੇ ਗੁਰਦੁਆਰਾ ਗੁਰੂ ਕਾ ਬਾਗ ਹੈ। ਉਦੋਂ ਬਾਅਦ ਗੁਰੂ ਤੇਗ ਬਹਾਦਰ ਮਹਾਰਾਜ ਪਹੁੰਚਦੇ ਨੇ ਚੱਕ ਮਾਤਾ ਨਾਨਕੀ, ਜਿਹਦਾ ਹੁਣ ਨਾਮ ਹੈ ਸ਼੍ਰੀ ਅਨੰਦਪੁਰ ਸਾਹਿਬ, ਪਹਿਲਾਂ ਨਾਮ ਚੱਕ ਮਾਤਾ ਨਾਨਕੀ ਰੱਖਿਆ ਸੀ। ਉੱਥੇ ਆ ਕੇ ਸਾਰੀ ਤਿਆਰੀ ਕੀਤੀ, ਅਤੇ ਗੁਰੂ ਪਿਆਰੇ ਹੋ ਫਿਰ ਸੁਨੇਹਾ ਭੇਜਿਆ ਸੀ ਕਿ ਆਪਣੇ ਪਰਿਵਾਰ ਨੂੰ ਲੈ ਕੇ ਹੁਣ ਚੱਕ ਮਾਤਾ ਨਾਨਕੀ ਆ ਜਾਓ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਮਰ 7 ਸਾਲ ਸੀ,
ਪਟਨਾ ਸਾਹਿਬ ਤੋਂ ਚੱਲੇ। ਸਾਰੇ ਪਟਨੇ ਸ਼ਹਿਰ ਦੇ ਵਾਸੀ ਰੋਏ। ਅੱਗੇ ਤਾਂ ਜਦੋਂ ਵੀ ਕਿਤੇ ਦੁੱਖ ਸੁੱਖ ਹੁੰਦਾ, ਬੀਬੀਆਂ ਭੱਜ ਕੇ ਮਾਤਾ ਗੁਜਰ ਕੌਰ ਕੋਲ ਚਲੀਆਂ ਜਾਂਦੀਆਂ, ਤੇ ਮਾਤਾ ਜੀ ਵੀ ਆਪਣੇ ਦਰ ਤੋਂ ਕਿਸੇ ਨੂੰ ਖਾਲੀ ਨਹੀਂ ਸੀ ਮੋੜਦੇ। ਰੌਣਕਾਂ ਹੀ ਲੱਗੀਆਂ ਸੀ। ਤੇ ਅੱਜ ਜਦੋਂ ਪਤਾ ਲੱਗਿਆ ਵੀ ਗੁਰੂ ਪਰਿਵਾਰ ਇੱਥੋਂ ਜਾ ਰਿਹਾ, ਸੰਗਤਾਂ ਰੋਈਆਂ, ਕੌਣ ਸਾਡੇ ਰੋਇਆਂ ਦੀ ਕਦਰ ਪਾਊਗਾ, ਸਾਈਆਂ ਤੇਰੇ ਬਾਜ ਜੀ ਪੈਣਗੇ ਭੁਲੇਖੇ, ਨਾ ਨਜ਼ਰ ਆਊਗਾ ਕਲੰਗੀ ਤੇ ਤਾਜ ਦੀ, ਜਿਹੜੇ ਥਾਈਂ ਤੇਰੇ ਦਰਬਾਰ ਲੱਗਦੇ ਸੁੰਨੇ ਪਏ ਹੋਣਗੇ, ਸਾਡਿਆਂ ਕੀ ਨੇਤਰਾਂ ਚੋਂ ਨੀਰ ਵਗਦਾ, ਪੰਛੀ ਵੀ ਰੋਣਗੇ। ਮਹਾਰਾਜ ਤੁਸੀਂ ਚੱਲੇ ਹੋ, ਸਾਡਾ ਜੀ ਨਹੀਂ ਲੱਗਣਾ। ਸੰਗਤ ਨੂੰ ਮਹਾਰਾਜ ਨੇ ਧਰਵਾਸਾ ਦਿੱਤਾ, ਭਾਈ ਜਾਣਾ ਪੈਣਾ ਕਿਉਂਕਿ ਗੁਰੂ ਪਿਤਾ ਦਾ ਹੁਕਮ ਆ ਗਿਆ। ਪਟਨਾ ਸਾਹਿਬ ਦੀ ਜੂਹ ਤੱਕ ਸੰਗਤ ਵਿਦਾ ਕਰਨ ਆਈ। ਤੇ ਜਦੋਂ ਰਾਣੀ ਮੈਣੀ ਨੂੰ ਪਤਾ ਲੱਗਾ ਕਿ ਮੇਰੇ ਸੱਚੇ ਸਤਿਗੁਰ ਜਾ ਰਹੇ ਨੇ, ਮੇਰਾ ਪੁੱਤਰ ਜਾ ਰਿਹਾ, ਕਿਉਂਕਿ ਕੱਲ੍ਹ ਤੁਸੀਂ ਸੁਣਿਆ ਸੀ ਰਾਣੀ ਮੈਣੀ ਨੂੰ ਮਹਾਰਾਜ ਨੇ ਆਖਿਆ ਸੀ, ਮੈਂ ਤੇਰਾ ਧਰਮ ਦਾ ਪੁੱਤਰ, ਤੁਸੀਂ ਮੇਰੇ ਧਰਮ ਦੇ ਮਾਤਾ ਜੀ। ਹੁਣ ਜਿਹਨੂੰ ਕਲੰਗੀ ਵਾਲਾ ਸ਼ਹਿਨਸ਼ਾਹ ਮਾਂ ਕਹੇ, ਉਹਦਾ ਫਿਰ ਜੀ ਕਿਵੇਂ ਲੱਗਦਾ ਗੁਰਮੁਖ? ਜਦੋਂ ਇਹਨੂੰ ਪਤਾ ਲੱਗਾ ਮੇਰੇ ਸਤਿਗੁਰ ਜਾ ਰਹੇ ਨੇ, ਰੋਂਦੀ ਕਰਲਾਉਂਦੀ ਮਹਿਲਾਂ ਚੋਂ ਭੱਜੀ ਆਵੇ, ਨੰਗੇ ਪੈਰ ਸਿਰ ਦੀ ਚੁੰਨੀ ਕਿਤੇ ਕਮਲਿਆਂ ਵਾਂਗੂ ਮੰਗਰ ਭੱਜੀ ਆਵੇ। ਤੇ ਮੇਰੇ ਪਾਤਸ਼ਾਹ ਨੇ ਜਦੋਂ ਵੇਖਿਆ ਵੀ ਰਾਣੀ ਆ ਰਹੀ ਹੈ, ਰੱਥ ਤੋਂ ਉੱਤਰ ਪਏ ਗੁਰਮੁਖ। ਭੱਜੀ ਆਉਂਦੀ ਰਾਣੀ ਮੈਣੀ ਨੇ ਗਲਵੱਕੜੀ ਪਾ ਲਈ, ਬੇਟਾ ਜਾ ਰਹੇ ਹੋ? ਸਤਿਗੁਰ ਕਹਿੰਦੇ ਹਾਂ, ਗੁਰੂ ਪਿਤਾ ਦਾ ਹੁਕਮ ਆ ਗਿਆ, ਹੁਣ ਜਾਣਾ ਹੀ ਪੈਣਾ। ਰਾਣੀ ਮੈਣੀ ਕਹਿੰਦੀ, ਮੈਨੂੰ ਤੁਸੀਂ ਮਾਂ ਆਖਿਆ, ਤੇ ਮੈਂ ਤਾਂ ਤੁਹਾਡੇ ਦਰਸ਼ਨਾਂ ਬਿਨਾਂ ਜਿਉਂਦੀ ਨਹੀਂ ਰਹਿ ਸਕਦੀ। ਠੀਕ ਹੈ, ਅੱਗੇ ਕੋਈ ਮਾਂ ਕਹਿਣ ਵਾਲਾ ਨਹੀਂ ਸੀ, ਸਮਾਂ ਤਾਂ ਲੰਘੀ ਜਾਂਦਾ ਸੀ, ਪਰ ਹੁਣ ਤੁਸੀਂ ਜਾ ਰਹੇ ਹੋ, ਹੁਣ ਜ਼ਿਆਦੇ ਦੁੱਖ ਹੈ। ਆਖੋ ਸਤਨਾਮ। ਕਿਸੇ ਬੀਬੀ ਦੇ ਧੀ ਪੁੱਤ ਨਾ ਹੋਵੇ, ਸਮਾਂ ਤਾਂ ਲੰਘਦਾ, ਪਰ ਜੇ ਹੋ ਕੇ ਮਰ ਜਾਏ, ਨਾ ਰਵੇ, ਉਹ ਵਾਲਾ ਦੁੱਖ ਹੁੰਦਾ ਗੁਰਮੁਖ। ਹੁਣ ਇੱਥੇ ਰਾਣੀ ਮੈਣੀ ਕਹਿੰਦੀ, ਕਾਦਾ ਮਾਂ ਮੈਨੂੰ ਕਹਿ ਚੱਲੇ, ਕਾਦਾ ਮਾਂ ਮੈਨੂੰ ਕਹਿ ਚੱਲੇ, ਜਿੰਦ ਵਿੱਚ ਜਿੰਦ ਨਾ ਰਹੀ, ਜਿੰਦ ਨਾਲੇ ਲੈ ਚੱਲੇ, ਜਿੰਦ ਵਿੱਚ ਜਿੰਦ ਨਾ ਰਹੀ, ਜਿੰਦ ਨਾਲੇ ਲੈ ਚੱਲੇ, ਕਾਦਾ ਮਾਂ ਮੈਨੂੰ ਕਹਿ ਚੱਲੇ, ਕਾਦਾ ਮਾਂ ਮੈਨੂੰ ਕਹਿ ਚੱਲੇ, ਜਿੰਦ ਵਿੱਚ ਜਿੰਦ ਨਾ ਰਹੀ, ਜਿੰਦ ਨਾਲੇ ਲੈ ਚੱਲੇ।
ਜਿੰਦ ਵਿੱਚ ਜਿੰਦ ਨਾ ਰਹੀ ਜਿੰਦ ਨਾਲ ਹੀ ਲੈ ਚੱਲੇ ਜਿੰਦ ਵਿੱਚ ਜਿੰਦ ਨਾ ਰਹੀ ਜਿੰਦ ਨਾਲ ਹੀ ਰਹਿ ਚੱਲੇ ਜਿੰਦ ਵਿੱਚ ਜਿੰਦ ਨਾ ਰਹੀ ਜਿੰਦ ਨਾਲ ਹੀ ਰਹਿ ਚੱਲੇ ਰਾਣੀ ਮੈਣੀ ਰੋਈ ਸੱਚੇ ਸਤਿਗੁਰ ਆਪ ਜੀ ਦੇ ਦਰਸ਼ਨਾਂ ਬਿਨਾਂ ਮਨ ਨਹੀਂ ਲੱਗਣਾ। ਤੁਸੀਂ ਕਿਹਾ ਸੀ ਤੁਸੀਂ ਧਰਮ ਦੇ ਮਾਂ ਹੋ ਮੇਰੇ ਅਤੇ ਹੁਣ ਮਾਂ ਨੂੰ ਛੱਡ ਕੇ ਜਾ ਰਹੇ ਹੋ। ਸਤਿਗੁਰ ਕਹਿੰਦੇ ਮਾਤਾ ਜੀ ਜਾਣਾ ਤਾਂ ਪੈਣਾ ਹੈ ਪਰ ਜਿਹੜੀ ਗੱਲ ਤੁਸੀਂ ਦਰਸ਼ਨਾਂ ਦੀ ਕੀਤੀ ਹੈ ਲਓ ਸੁਣੋ। ਜਿਵੇਂ ਪਹਿਲਾਂ ਛੋਲੇ ਪੂਰੀਆਂ ਤਿਆਰ ਕਰਕੇ ਸਾਨੂੰ ਛਕਾਉਂਦੇ ਸੀ ਉਸੇ ਤਰ੍ਹਾਂ ਮੇਰੇ ਸਾਥੀਆਂ ਨੂੰ ਛੋਲੇ ਪੂਰੀਆਂ ਛਕਾਇਆ ਕਰੋ। ਜਦੋਂ ਮੇਰੇ ਬਚਪਨ ਦੇ ਮਿੱਤਰ ਬਹਿ ਕੇ ਛਕਣ ਗਏ ਉਹਨਾਂ ਵਿੱਚ ਬੈਠਾ ਮੈਂ ਦਿਸਿਆ ਕਰਾਂਗਾ। ਆਖੋ ਸਤਨਾਮ ਇਸ ਤਰ੍ਹਾਂ ਬਚਨ ਕੀਤਾ ਜਿੰਨਾ ਚਿਰ ਰਾਣੀ ਮੈਣੀ ਜਿਉਂਦੀ ਰਹੀ ਨਾ ਗੁਰਮੁਖ ਛੋਲੇ ਪੂਰੀਆਂ ਤਿਆਰ ਕਰਕੇ ਮਹਾਰਾਜ ਦੇ ਬਚਪਨ ਦੇ ਸਾਥੀਆਂ ਨੂੰ ਛਕਾਉਂਦੀ ਸੀ। ਅੱਜ ਤੱਕ ਵੀ ਜਾਇਓ ਗੁਰਦੁਆਰਾ ਮੈਣੀ ਸੰਗਤ ਉੱਥੇ ਹੁਣ ਵੀ ਪ੍ਰਸ਼ਾਦ ਉਬਲੇ ਹੋਏ ਛੋਲਿਆਂ ਦੀ ਮਿਲਦਾ। ਆਖੋ ਸਤਨਾਮ ਇਹ ਤਾਂ ਜਿਨ੍ਹਾਂ ਨੇ ਬਚਨ ਮੰਨ ਲਏ ਭਾਈ ਉਹਨਾਂ ਦਾ ਬੇੜਾ ਪਾਰ ਅਤੇ ਜਿਹੜੇ ਨਹੀਂ ਮੰਨਦੇ ਸੀ ਫਿਰ ਡੁੱਬ ਗਏ ਗੁਰਮੁਖ। ਰਾਣੀ ਮੈਣੀ ਨੂੰ ਬਚਨ ਕਰਕੇ ਪਾਤਸ਼ਾਹ ਅੱਗੇ ਆਏ। ਅੱਗੇ ਇੱਕ ਦਾਨਾਪੁਰ ਨਗਰ ਪੈਂਦਾ, ਸਟੇਸ਼ਨ ਵੀ ਹੈ ਰੇਲਵੇ ਦਾ। ਉੱਥੇ ਮਾਤਾ ਜਮਨੀ, ਕਈ ਜਮਨੀ ਦੇਵੀ ਵੀ ਕਹਿੰਦੇ ਸੀ, ਕਈ ਇਤਿਹਾਸਕਾਰਾਂ ਨੇ ਉਹਦਾ ਨਾਮ ਮਾਤਾ ਪ੍ਰਧਾਨੀ ਵੀ ਲਿਖਿਆ। ਉਹ ਜਮਨੀ ਮਾਈ ਬੜੀ ਸ਼ਰਧਾ ਰੱਖਦੀ ਸੀ, ਮਨ ਵਿੱਚ ਚਾਅ ਸੀ ਮੈਂ ਸਤਿਗੁਰ ਦੇ ਦਰਸ਼ਨ ਕਰਨੇ ਹੈ। ਜਦੋਂ ਤੋਂ ਇਹਨੂੰ ਪਤਾ ਲੱਗਿਆ ਸੀ ਨਾ ਵੀ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਆਏ ਨੇ ਉਦੋਂ ਤੋਂ ਚਾਅ ਸੀ ਕਿਤੇ ਮੈਨੂੰ ਵੀ ਦਰਸ਼ਨ ਹੋਣਗੇ। ਪਟਨਾ ਸਾਹਿਬ ਤੋਂ 25 ਕਿਲੋਮੀਟਰ ਦੂਰ ਪੈਂਦਾ ਗੁਰਦੁਆਰਾ ਹਾਂਡੀ ਸਾਹਿਬ, ਉੱਥੋਂ ਦਾ ਇਤਿਹਾਸ ਹੈ। ਇਹ ਮਾਈ ਜਮਨੀ ਦਾ ਘਰ ਸੀ। ਹੁਣ ਜਦੋਂ ਇਹਨੂੰ ਪਤਾ ਲੱਗਾ ਕਿ ਅੱਜ ਗੁਰੂ ਤੇਗ ਬਹਾਦਰ ਜੀ ਦਾ ਪਰਿਵਾਰ ਜਾ ਰਿਹਾ ਅਨੰਦਪੁਰ ਸਾਹਿਬ ਚੱਕ ਮਾਤਾ ਨਾਨਕੀ ਪੰਜਾਬ ਵੱਲ, ਇਹ ਬਹੁਤ ਰੋਈ। ਕਹਿੰਦੀ ਕਰਮ ਮਾੜੇ ਨੇ, ਇੱਥੇ ਸਤਿਗੁਰੂ ਆਏ ਗੁਰੂ ਪਰਿਵਾਰ ਆਇਆ ਮੈਂ ਉਹਦੇ ਦਰਸ਼ਨ ਨਹੀਂ ਕਰ ਸਕੀ ਅਤੇ ਅਨੰਦਪੁਰ ਸਾਹਿਬ ਮੈਂ ਕਦੋਂ ਜਾਵਾਂਗੀ। ਬੈਠੀ ਰੋਈ ਜਾਵੇ ਅਤੇ ਮਨ ਹੀ ਮਨ ਰੋਂਦੀ ਰੋਂਦੀ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੇਰੀ ਕੱਖਾਂ ਦੀ ਕੁੱਲੀ ਨੂੰ ਪਾਗਲਾ ਦੇ
ਰਾਜਿਆਂ ਦੇ ਜਾਣ ਵਾਲਿਆ ਮੇਰੀ ਕੱਖਾਂ ਦੀ ਕੁੱਲੀ ਨੂੰ ਪਾਗਲਾ ਦੇ ਰਾਜਿਆਂ ਦੇ ਜਾਣ ਵਾਲਿਆ ਸਤਿਗੁਰ ਤੇਰੇ ਰਸਤੇ ਅੰਦਰ ਇਹ ਦਿਲ ਫਰਸ਼ ਬਛਾਵਾਂ ਸੋਹਣੇ ਚਰਨ ਤੁਸਾਂ ਦਾ ਜੋੜਾ ਇਹ ਦੋਏ ਨੈਣ ਬਣਾਵਾਂ ਅੱਖਾਂ ਵਿੱਚ ਸਫੇਦੀ ਆਈ ਤੱਕਦਿਆਂ ਰਾਹ ਤੇਰਾ ਇੱਕ ਅਰਜੋਈ ਸੁਣ ਲੈ ਮੇਰੀ ਕਦੇ ਪਾ ਸਾਡੇ ਵੱਲ ਫੇਰਾ ਮਨ ਲੋਚਦਾ ਤਰਸ ਦੀਆਂ ਅੱਖੀਆਂ ਤੇਰਿਆਂ ਦਿਦਾਰਿਆਂ ਨੂੰ ਮਨ ਲੋਚਦਾ ਤਰਸ ਦੀਆਂ ਅੱਖੀਆਂ ਤੇਰਿਆਂ ਦਿਦਾਰਿਆਂ ਨੂੰ ਮਨ ਲੋਚਦਾ ਤਰਸ ਦੀਆਂ ਅੱਖੀਆਂ ਮਨ ਲੋਚਦਾ ਤਰਸ ਦੀਆਂ ਅੱਖੀਆਂ ਇਸ ਤਰ੍ਹਾਂ ਅਰਦਾਸਾਂ ਕਰਦੀ ਸੀ ਅਤੇ ਇੱਧਰ ਮੇਰੇ ਸਤਿਗੁਰੂ ਪਰਿਵਾਰ ਸਮੇਤ ਜਾ ਰਹੇ ਨੇ ਅਤੇ ਚੱਲਦਿਆਂ ਚੱਲਦਿਆਂ ਉੱਥੇ ਹੀ ਆ ਕੇ ਰਾਤ ਪੈ ਗਈ ਜਿੱਥੇ ਮਾਈ ਜਮਨੀ ਰਹਿੰਦੀ ਸੀ। ਸਾਰਾ ਪਰਿਵਾਰ ਸੋਚੇ ਹੁਣ ਰਾਤ ਕਿੱਥੇ ਕੱਟੀਏ। ਮੇਰੇ ਮਾਲਕ ਕਹਿੰਦੇ ਆਓ ਮੈਂ ਲੈ ਕੇ ਚੱਲਦਾ। ਮੂਹਰੇ ਮੂਹਰੇ ਤੁਰ ਪਏ ਕਲਗੀਧਰ ਪਾਤਸ਼ਾਹ ਅਤੇ ਚੱਲਦੇ ਚੱਲਦੇ ਪਹੁੰਚ ਗਏ ਉਸੇ ਦੁਆਰੇ 'ਤੇ ਜਿੱਥੇ ਮਾਈ ਜਮਨੀ ਅਰਦਾਸਾਂ ਕਰਦੀ ਸੀ। ਹੁਣ ਵੀ ਕਿਤੇ ਜਾਇਓ ਨਾ ਪਟਨਾ ਸਾਹਿਬ, ਇਸ ਸਥਾਨ ਦੇ ਜ਼ਰੂਰ ਦਰਸ਼ਨ ਕਰਿਓ, ਫਿਰ ਤੁਹਾਡਾ ਮਨ ਵੱਜ ਜੂ ਵੀ ਜਿੱਥੇ ਵੀ ਕਿਤੇ ਕਿਸੇ ਨੇ ਮੇਰੇ ਮਾਲਕ ਨੂੰ ਯਾਦ ਕੀਤਾ ਹੈ ਸਤਿਗੁਰ ਨੇ ਉਹਦੀ ਭਾਵਨਾ ਜ਼ਰੂਰ ਪੂਰੀ ਕੀਤੀ।
7 ਸਾਲ ਰਹੀ ਸੀ, ਨੇੜੇ ਦਰਸ਼ਨ ਨਹੀਂ ਸੀ ਕਰ ਸਕੀ, ਘਰੇ ਹੀ ਯਾਦ ਕਰਦੀ ਸੀ। ਅਤੇ ਅੱਜ ਮਾਲਕ ਨੇ ਪੁਕਾਰ ਸੁਣ ਲਈ, ਜਾ ਪਹੁੰਚੇ, ਜਾ ਕੇ ਦਰਵਾਜ਼ਾ ਖੜਕਾਇਆ, ਜਦੋਂ ਐਨ ਠੱਕ ਠੱਕ ਸੁਣੀ ਅਤੇ ਭੱਜ ਕੇ ਉੱਠੀ। ਸ਼ਾਮ ਦਾ ਟਾਈਮ, ਖੋਲ੍ਹਿਆ ਦਰਵਾਜ਼ਾ, ਬਸ ਦੇਖ ਕੇ ਸ਼ੁੱਧ ਬੁੱਧੀ ਭੁੱਲ ਗਈ। 7 ਸਾਲ ਦੀ ਉਮਰ ਗੋਬਿੰਦ ਰਾਏ ਜੀ ਦੀ, ਸੀਸ 'ਤੇ ਕਲਗੀ ਲੱਗੀ, ਬੜੇ ਸੁੰਦਰ ਵਸਤਰ ਪਹਿਨੇ ਹੋਏ, ਸਿੱਖ ਸੇਵਕ ਆਲੇ ਦੁਆਲੇ ਨਾਲ, ਅਤੇ ਗੁਰਮੁਖ ਪਿਆਰਿਓ, ਹੁਣ ਤੁਸੀਂ ਸੋਚ ਕੇ ਵੇਖਿਓ ਵੀ ਰੱਬ ਅਚਨਚੇਤ ਕਿਸੇ ਦੇ ਘਰੇ ਆ ਕੇ ਦਰਵਾਜ਼ਾ ਖੜਕਾ ਦਿਓ, ਉੱਥੇ ਰੌਣਕ ਕਿਉਂ ਨਹੀਂ ਆਊਗੀ, ਉੱਥੇ ਕਿਉਂ ਨਹੀਂ ਖੁਸ਼ੀ ਆਊ। ਧੰਨ ਗੁਰੂ ਗ੍ਰੰਥ ਸਾਹਿਬ, ਅੱਜ ਜਿੱਥੇ ਵੀ ਜਾਂਦੇ ਨੇ ਰੌਣਕਾਂ ਲੱਗ ਜਾਂਦੀਆਂ ਨਾ। ਆ ਨਗਰ ਕੀਰਤਨ ਹੁੰਦਾ ਹੈ, ਗਲੀਆਂ ਵਿਹੀਆਂ ਨਾਲੀਆਂ ਵੀ ਸੰਗਤਾਂ ਸਤਿਕਾਰ ਨਾਲ ਸਾਫ਼ ਕਰਦੀਆਂ। ਹੁਣ ਮੇਰੇ ਮਾਲਕ ਖੜ੍ਹੇ ਦੁਆਰੇ 'ਤੇ, ਮਾਈ ਜਮਨੀ ਨੂੰ ਪਤਾ ਹੀ ਨਾ ਲੱਗੇ ਮੈਂ ਕੀ ਕਰਾਂ, ਕਿਉਂਕਿ ਕਿਹੜਾ ਸੋਚਿਆ ਸੀ ਵੀ ਹੁਣ ਹੀ ਆਉਣਗੇ, ਤਾਂ ਰੋਈ ਜਾਂਦੀ ਸੀ ਵੀ ਅੱਜ ਜਾ ਰਹੇ ਨੇ। ਭੱਜ ਕੇ ਚਰਨਾਂ 'ਤੇ ਮੱਥਾ ਤਾਂ ਟੇਕਤਾ, ਉੱਠੀ ਨਹੀਂ, ਰੋਣ ਹੀ ਲੱਗ ਗਈ ਧਾਹਾਂ ਮਾਰਨ। ਮੇਰੇ ਸਤਿਗੁਰ ਨੇ ਉਠਾਇਆ, ਮਾਂ ਰੋ ਨਾ, ਤੁਸੀਂ ਰੋਜ਼ ਯਾਦ ਕਰਦੇ ਸੀ, ਮੈਂ ਸੋਚਿਆ ਮੁੜ ਕੇ ਆਇਆ ਨਹੀਂ ਜਾਣਾ, ਮਾਈ ਜਮਨੀ ਦੀ ਭਾਵਨਾ ਵੀ ਪੂਰੀ ਕਰ ਚੱਲੀਏ। ਨਾ ਲਿਆ ਮਹਾਰਾਜ ਨੇ, ਬਸ ਦਰਸ਼ਨ ਭੇਟ ਧਰੀ, ਸਖੀ ਭੁੱਲ ਗਈ ਸੁੱਧ ਸਾਥ, ਚਾਈ ਨਾ ਚੱਕਿਆ ਜਾਵੇ। ਸਤਸੰਗ ਜੀ, ਗੁਰੂ ਗੋਬਿੰਦ ਸਿੰਘ ਆਏ, ਚੱਲ ਆਈਆਂ ਨਾਲ ਬਹਾਰਾਂ, 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 ਮਾਲਕ ਨੇ ਚਰਨ ਪਾਏ, ਮਾਈ ਜਮਨੀ ਨੇ ਅੰਦਰ ਬਿਠਾਇਆ ਸਭ ਨੂੰ, ਬੜਾ ਸਤਿਕਾਰ ਕੀਤਾ। ਮਾਤਾ ਗੁਜਰ ਕੌਰ ਜੀ ਨੂੰ ਮਿਲੇ, ਮਾਤਾ ਨਾਨਕੀ ਜੀ ਨੂੰ ਮਿਲੇ, ਮੱਥਾ ਟੇਕਿਆ, ਅਤੇ ਮੇਰੇ ਮਹਾਰਾਜ ਜਾਣਸਾਰ ਕਹਿੰਦੇ, ਮਾਂ ਸਵੇਰ ਦੇ ਚੱਲੇ ਆ, ਭੁੱਖ ਲੱਗੀ ਹੈ, ਕੁਛ ਛਕਾਓ। ਅਤੇ ਉੱਥੇ ਮਾਈ ਜਮਨੀ, ਗਰੀਬੀ ਸੀ ਬਹੁਤ,
ਐਸੇ ਹਾਲਾਤ ਘਰ ਦੇ ਕਹਿੰਦੇ ਇਸ ਦਿਨ ਇੱਕ ਛਟਾਂਕ ਚੌਲ ਹਾਂਡੀ ਵਿੱਚ ਪਾ ਕੇ ਵਿੱਚ ਪਾਣੀ ਪਾ ਕੇ ਉਬਲਣੇ ਧਰੇ ਪਏ। ਬੇਨਤੀ ਕੀਤੀ, ਮਹਾਰਾਜ ਮੈਂ ਹਾਂ ਗਰੀਬ, ਤੁਹਾਡੇ ਨਾਲ ਸੰਗਤ ਹੈ ਜ਼ਿਆਦੇ, ਮੈਥੋਂ ਆਹੀ ਸਰਦਾ। ਦੇਖੋ ਭਾਈ, ਦਾਨ ਵਿੱਤ ਸਮਾਨ, ਤੁਸੀਂ ਵੀ ਦਾਨ ਜ਼ਰੂਰ ਕਰਿਆ ਕਰੋ। ਕਿਤੇ ਗੁਰੂ ਘਰ ਦੀ ਸੇਵਾ ਚੱਲੇ, ਕੋਈ ਇਹੋ ਜਿਹਾ ਸਾਂਝਾ ਪ੍ਰੋਗਰਾਮ ਹੋਵੇ ਜਿਹੜਾ ਹਜ਼ਾਰ ਦੇ ਸਕਦਾ ਹਜ਼ਾਰ ਦਿਓ, 500 ਦੇ ਸਕਦੇ ਹੋ 500 ਦਿਓ, 100 ਦੇ ਸਕਦੇ ਹੋ 100 ਦਿਓ। ਪਰ ਕਈ ਗਰੀਬ ਹੁੰਦੇ ਆ, 10 ਦੇਣ ਵਾਲੇ ਹੁੰਦੇ ਆ, ਉਦੋਂ ਇਹ ਨਾ ਸੋਚਿਆ ਕਰੋ ਵੀ ਫਲਾਣੇ ਨੇ 100 ਜਾਂ 500 ਦਿੱਤਾ ਮੈਂ 10 ਦਿਓ ਮੈਨੂੰ ਸ਼ਰਮ ਆਊ। ਨਹੀਂ ਭਾਈ, ਇੱਥੇ ਤਾਂ 10 ਵੀ ਨਾ ਹੋਣ, 1 ਰੁਪਈਆ ਵੀ ਹੋਵੇ, ਤੂੰ ਧਰਮ ਦੇ ਕੰਮ ਵਿੱਚ ਆਪਣਾ ਹਿੱਸਾ ਜ਼ਰੂਰ ਪਾਇਆ ਕਰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਕਹਿੰਦੇ ਭਾਵਨਾ ਹੋਣੀ ਚਾਹੀਦੀ ਹੈ, ਸ਼ਰਧਾ ਹੋਣੀ ਚਾਹੀਦੀ ਹੈ। ਇੱਕ ਕੌਡੀ ਵੀ ਤੂੰ ਮਾਲਕ ਨੂੰ ਭੇਟਾ ਦੇਵੇਂਗਾ, ਮੇਰੇ ਮਾਲਕ ਤੇਰੇ ਵਾਸਤੇ ਖਜ਼ਾਨੇ ਖੋਲ੍ਹ ਦੇਣਗੇ। ਖਜ਼ਾਨੇ ਆ ਸੁਣੋ ਫਿਰ ਕਿਵੇਂ ਖੁੱਲ੍ਹਦੇ ਹੈ। ਮਾਈ ਜਮਨੀ ਦੇ ਘਰ ਵਿੱਚ ਇੱਕ ਛਟਾਂਕ ਚੌਲ ਹਾਂਡੀ 'ਚ ਪਾ ਕੇ ਉਬਲਣੇ ਧੜੇ ਪਏ। ਮਾਲਕ ਨੂੰ ਬੇਨਤੀ ਕੀਤੀ, ਪਾਤਸ਼ਾਹ ਮੈਥੋਂ ਆਹੀ ਸਰਦਾ ਹੈ। ਮੇਰੇ ਬਾਲ ਗੋਬਿੰਦ ਰਾਏ ਕਹਿੰਦੇ ਮਾਮਾ ਜੀ ਲਿਆਓ ਚੱਕ ਕੇ ਹਾਂਡੀ। ਲੈ ਆਂਦੀ, ਮੇਰੇ ਮਾਲਕ ਨੇ ਮਿਹਰ ਦੀ ਨਜ਼ਰ ਕੀਤੀ, ਹਾਂਡੀ ਵੱਲ ਤੱਕਿਆ ਅਤੇ ਆਪਣੇ ਮਾਮਾ ਕਿਰਪਾਲ ਚੰਦ ਜੀ ਨੂੰ ਕਹਿੰਦੇ ਪਰਦਾ ਨਾ ਚੱਕਿਓ, ਵਰਤਾਈ ਚੱਲੋ, ਇਹ ਹਾਂਡੀ ਨਹੀਂ ਮੁੱਕੂ। ਆਖੋ ਸਤਨਾਮ ਵਾਹਿਗੁਰੂ। ਇਤਿਹਾਸ ਦੱਸਦਾ ਹੈ, ਕਹਿੰਦੇ ਗੁਰੂ ਜੀ ਨੇ ਵੀ ਚਾਵਲ ਛਕੇ, ਸਾਰੀ ਸੰਗਤ ਨੇ ਛਕੇ, ਮਾਈ ਜਮਨੀ ਨੇ ਛਕੇ, ਆਂਢ ਗੁਆਂਢ ਵੀ ਛਕ ਗਿਆ, ਪਰ ਹਾਂਡੀ 'ਚੋਂ ਚੌਲ ਨਹੀਂ ਮੁੱਕੇ। ਆਖੋ ਸਤਨਾਮ ਵਾਹਿਗੁਰੂ। ਹਾਂਡੀ 'ਚੋਂ ਚੌਲ ਨਹੀਂ ਸੀ ਮੁੱਕੇ, ਸਾਰੀ ਸੰਗਤ ਮਹਾਰਾਜ ਦੇ ਚਰਨਾਂ 'ਤੇ ਝੁਕੀ। ਅੱਜ ਉਸ ਜਗ੍ਹਾ ਦਾ ਨਾਂ ਹੈ ਗੁਰਦੁਆਰਾ ਹਾਂਡੀ ਸਾਹਿਬ। ਆਖੋ ਸਤਨਾਮ। ਦੇਖੋ ਇੱਕ ਛਟਾਂਕ ਚੌਲ ਮਾਤਾ ਨੇ ਭੇਟਾ ਕੀਤੇ ਸੀ, ਅੱਜ ਉੱਥੇ ਪਤਾ ਹੀ ਨਹੀਂ ਕਿੰਨੇ ਕੁ ਲੰਗਰ ਚੱਲੀ ਜਾਂਦੇ ਹੈ, ਕਿੰਨੀਆਂ ਕੁ ਸੰਗਤਾਂ ਜਾ ਕੇ ਭੇਟਾ ਦਿੰਦੀਆਂ। ਸੰਗਤ ਵਿੱਚ ਗੁਰੂ ਦਾ ਹੀ ਵਸ ਹੈ, ਇਹ ਸੰਗਤ ਕੋਈ ਹੋਰ ਨਹੀਂ ਚੀਜ਼, ਇਹ ਗੁਰੂ ਸਾਹਿਬ ਦਾ ਵਸ ਹੈ ਸੰਗਤ ਵਿੱਚ। ਅੱਜ ਉੱਥੇ ਰੌਣਕਾਂ ਲੱਗੀਆਂ, ਉਸ ਜਗ੍ਹਾ ਨੂੰ ਮੱਥੇ ਟੇਕਦੇ ਆ, ਅਸੀਂ ਜਾ ਕੇ ਦਰਸ਼ਨ ਕੀਤੇ ਨੇ। ਆਲੇ ਦੁਆਲੇ ਹੋਰ ਵੀ ਬਿਹਾਰੀਆਂ ਦੇ ਘਰ ਹੈਗੇ, ਪਰ ਓਨੀ ਗੱਲ ਨਹੀਂ ਹੈ, ਉਹ ਕਦਰ ਉਹ ਰੌਣਕ ਨਹੀਂ ਜਿਹੜਾ ਮਾਈ ਜਮਨੀ ਦੇ ਘਰ ਵਿੱਚ ਆਇਆ। ਆਖੋ ਸਤਨਾਮ। ਇਸ ਤਰ੍ਹਾਂ ਮੇਰੇ ਸਤਿਗੁਰ ਪਟਨਾ ਸਾਹਿਬ ਨੂੰ ਛੱਡ ਕੇ ਚੱਲੇ, ਕਈ ਥਾਵਾਂ 'ਤੇ ਚੱਲਦੇ ਚੱਲਦੇ ਮਥੁਰਾ, ਬਿਹਾਰ, ਹਰਿਦੁਆਰ, ਇੱਧਰ ਅੰਬਾਲੇ ਲਾਗੇ ਲਖਨੌਰ ਸਾਹਿਬ ਤਾਂ 5-6 ਮਹੀਨੇ ਰਹੇ ਨੇ ਮਹਾਰਾਜ। ਇਹ ਨਾਨਕਾ ਘਰ ਸੀ ਲਖਨੌਰ ਸਾਹਿਬ, ਇੱਥੇ ਵੀ
ਬਰਸਾਤਾਂ ਦਾ ਸਮਾਂ ਹੋਣ ਕਰਕੇ 5-6 ਮਹੀਨੇ ਰਹੇ ਮਹਾਰਾਜ, ਅਤੇ ਬੱਚਿਆਂ ਦੀਆਂ ਟੋਲੀਆਂ ਬਣਾ ਕੇ ਨਕਲੀ ਲੜਾਈਆਂ ਕਰਾਉਣੀਆਂ, ਖੁਦੋ ਖੁੰਡੀ ਖੇਡਣੀ ਮਹਾਰਾਜ ਨੇ। ਗੁਰਦੁਆਰਾ ਗੇਂਦ ਸਰ ਬਣਿਆ ਹੋਇਆ ਉੱਥੇ। ਫਿਰ ਪਹੁੰਚੇ ਸੀ ਅਨੰਦਪੁਰ ਸਾਹਿਬ। ਇੱਥੇ ਜਾ ਕੇ 2 ਸਾਲ ਇਕੱਠਾ ਰਿਹਾ ਪਰਿਵਾਰ। ਬਾਲ ਗੋਬਿੰਦ ਰਾਏ, ਮਾਤਾ ਗੁਜਰ ਕੌਰ ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ। 2 ਸਾਲਾਂ ਦੇ ਵਿੱਚ ਯੋਗ ਵਿੱਦਿਆ ਵੀ ਪੜ੍ਹਾਈ। ਸਲੋਹ ਪਿੰਡ ਤੋਂ ਪੀਰ ਮੁਹੰਮਦ ਨੂੰ ਬੁਲਾ ਕੇ ਕਾਜੀ ਨੂੰ, ਮਹਾਰਾਜ ਨੂੰ ਫਾਰਸੀ ਪੜ੍ਹਾਈ, ਕਿਉਂ ਗੁਰਮੁਖੀ ਤਾਂ ਘਰ 'ਚ ਸੀਗੀ ਗੁਰਮੁਖੀ। ਹੋਰ ਵੀ ਵਿੱਦਿਆ ਦਾ ਗਿਆਨ ਕਰਵਾਇਆ ਅਤੇ ਸ਼ਸਤਰ ਵਿੱਦਿਆ ਦਾ ਅਭਿਆਸ ਤਾਂ ਬਚਪਨ ਤੋਂ ਹੀ ਚੱਲਦਾ ਸੀ। ਗੁਰੂ ਤੇਗ ਬਹਾਦਰ ਮਹਾਰਾਜ ਨੇ ਸਿੱਖਿਆ ਦਿੱਤੀ। ਗੁਰੂ ਜੀ ਨੇ ਆਪ ਲਿਖਿਆ, ਸ਼ੁੱਧ ਜਬ ਤੇ ਹਮ ਧਰੀ, ਬਚਨ ਗੁਰ ਦਏ ਹਮਾਰੇ। ਗੁਰੂ ਪਿਤਾ ਨੇ ਬਚਨ ਕੀਤੇ, ਬੇਟਾ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂ ਨਾ ਜਈ ਹੋ। ਸਾਰੀਆਂ ਸਿੱਖਿਆਵਾਂ ਸੁਣਾਈਆਂ, ਕਿਵੇਂ ਗੁਰੂ ਨਾਨਕ ਸਾਹਿਬ ਗਏ ਸੀ ਰਾਜੇ ਸਿਵਨਾਭ ਕੋਲੇ, ਉਹਨੇ ਨੱਚਣ ਗਾਉਣ ਵਾਲੀਆਂ ਭੇਜੀਆਂ। ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਵੀ ਕਿਹਾ ਸੀ, ਗਾਸ਼ੋ ਪੁੱਤਰੀ ਰਾਜਕੁਮਾਰ। ਚਲੋ ਇਹ ਵੱਡੀ ਕਥਾ ਕਿਤੇ ਫਿਰ ਸਾਂਝੀ ਕਰਾਂਗੇ, ਪਰ ਇਤਿਹਾਸ ਗੁਰੂ ਗੋਬਿੰਦ ਸਿੰਘ ਦਾ ਚੱਲ ਰਿਹਾ। ਗੁਰੂ ਤੇਗ ਬਹਾਦਰ ਜੀ ਨੇ ਸਮਝਾਇਆ ਸੀ, ਬੇਟਾ ਉਹ ਕਰਮ ਭੁੱਲ ਕੇ ਵੀ ਨਹੀਂ ਕਰਨਾ ਜਿਸ ਕਰਮ ਦੇ ਕਰਨ ਨਾਲ ਉਹਦਾ ਫਲ ਭੋਗਣ ਵੇਲੇ ਪਛਤਾਉਣਾ ਪੈ ਜਾਵੇ। ਸਿੱਖਿਆ ਦਿੱਤੀ, ਪਤਾ ਹੀ ਨਹੀਂ ਲੱਗਿਆ 2 ਸਾਲ ਕਦੋਂ ਲੰਘ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਮਰ ਹੋ ਗਈ 9 ਸਾਲ, ਅਤੇ ਇੱਕ ਦਿਨ ਔਰੰਗਜ਼ੇਬ ਦੇ ਸਤਾਏ ਹੋਏ ਕਸ਼ਮੀਰ ਤੋਂ ਪੰਡਿਤ ਚੱਲ ਕੇ ਆਏ। ਆ ਕੇ ਬੇਨਤੀ ਕੀਤੀ, ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਅਸੀਂ ਕਸ਼ਮੀਰ ਤੋਂ ਚੱਲ ਕੇ ਆਏ ਹਾਂ, ਦੁਖੀ ਪੰਡਿਤ ਹਾਂ, ਮੇਰਾ ਨਾਮ ਹੈ ਕਿਰਪਾ ਰਾਮ, ਮੁਖੀ ਸੀ ਇਹ, ਸਾਡੇ ਧਰਮ ਨੂੰ ਖਤਰਾ ਹੈ, ਔਰੰਗਜ਼ੇਬ ਹਿੰਦੂਆਂ ਨੂੰ ਵੱਢ ਵੱਢ ਕੇ ਮੁਸਲਮਾਨ ਬਣਾਉਂਦਾ, ਜਿਹੜਾ ਤਾਂ ਮੁਸਲਮਾਨ ਹੋ ਜੇ ਉਹਦੀ ਤਾਂ ਜਾਨ ਬਖਸ਼ ਦਿੰਦਾ, ਨਹੀਂ ਕਤਲ ਕਰਦਾ ਸਾਰਿਆਂ ਨੂੰ, ਸਾਨੂੰ ਬਚਾਓ। ਗੁਰੂ ਤੇਗ ਬਹਾਦਰ ਮਹਾਰਾਜ ਸੋਚਦੇ ਸੀ, ਇੰਨੇ ਨੂੰ ਬਾਲ ਗੋਬਿੰਦ ਰਾਏ ਖੇਡਦੇ ਖੇਡਦੇ ਆਏ, ਆ ਕੇ ਮਹਾਰਾਜ ਵੱਲ ਤੱਕਿਆ, ਬੈਠੇ ਹੋਏ ਹਿੰਦੂ ਬ੍ਰਾਹਮਣਾਂ ਵੱਲ ਤੱਕਿਆ ਅਤੇ ਪੁੱਛ ਲਿਆ, ਪਿਤਾ ਜੀ ਆ ਕੌਣ ਨੇ? ਅੱਗੇ ਤਾਂ ਜਿਹੜਾ ਵੀ ਆਉਂਦਾ ਹੈ ਮੱਥਾ ਟੇਕ ਕੇ ਬਹਿ ਜਾਂਦਾ ਹੈ, ਇਹ ਬਹਿੰਦੇ ਕਿਉਂ ਨਹੀਂ, ਖੜ੍ਹੇ ਕਿਉਂ ਨੇ? ਥਾਲ ਵਿੱਚ ਆਟੇ ਦੀ ਗਊ ਬਣਾ ਕੇ ਰੱਖੀ, ਘਾਹ ਰੱਖਿਆ ਹੋਇਆ ਹਰਾ, ਜਨੇਊ ਰੱਖਿਆ ਹੋਇਆ, ਅਤੇ ਕਿਰਪਾ ਰਾਮ ਮੁਖੀ ਸੀ। ਗੁਰੂ ਜੀ ਕਹਿੰਦੇ ਬਹਿ ਜਾਓ, ਉਹ ਕਹਿੰਦਾ ਜਿੰਨਾ ਚਿਰ ਸਾਡੇ ਮਸਲੇ ਦਾ ਹੱਲ ਨਹੀਂ ਹੁੰਦਾ ਅਸੀਂ ਟਿਕ ਕੇ ਬਹਿ ਨਹੀਂ ਸਕਦੇ, ਤੁਸੀਂ ਵੀ ਗ੍ਰਿਸਤੀ ਬੈਠੇ ਹੋ, ਦੁਖੀ ਬੰਦੇ ਨੂੰ ਕਿੱਥੇ ਟੇਕ ਗੁਰਮੁਖ, ਨਹੀਂ ਟਿਕਿਆ ਜਾਂਦਾ। ਦੁਖੀ ਬੰਦਾ
ਹਰੇਕ ਵਿੱਚੋਂ ਆਪਣਾਪਣ ਭਾਲਦਾ ਹੈ ਅਤੇ ਜਿਹੜਾ ਹੋਵੇ ਸੁਖੀ ਬੰਦਿਆਂ ਦੀ ਗੱਲ ਛੱਡੋ ਤਾਂ ਰੱਬ ਨੂੰ ਵੀ ਨਹੀਂ ਮੰਨਦਾ, ਆਖੋ ਸਤਨਾਮ। ਦੁਖੀ ਬੰਦਾ ਹੀ ਭਾਲਦਾ ਵੀ ਆਹ ਵੀ ਮੈਨੂੰ ਆਪਣਾ ਬਣਾ ਲਏ, ਆਹ ਵੀ ਬਣਾ ਲਏ ਗੁਰਮੁਖ। ਹੁਣ ਬਾਲ ਗੋਬਿੰਦ ਰਾਏ ਕਹਿੰਦੇ ਬਹਿੰਦੇ ਕਿਉਂ ਨਹੀਂ, ਕੌਣ ਨੇ ਅੱਗੇ ਨਹੀਂ ਦੇਖੇ ਕਿਤੇ ਧੋਤੀਆਂ ਬੋਧੀਆਂ ਵਾਲੇ। ਗੁਰੂ ਤੇਗ ਬਹਾਦਰ ਜੀ ਨੇ ਦੱਸਿਆ ਬੇਟਾ ਇਹ ਕਸ਼ਮੀਰ ਤੋਂ ਚੱਲ ਕੇ ਆਏ ਦੁਖੀ ਪੰਡਿਤ ਨੇ। ਫਿਰ ਪੁੱਛਿਆ ਵੀ ਕਿਉਂ ਆਏ ਹੈ, ਕਹਿੰਦੇ ਇਹਨਾਂ ਦਾ ਧਰਮ ਖਤਰੇ ਵਿੱਚ। ਔਰੰਗਜ਼ੇਬ ਕਸ਼ਮੀਰ ਤੋਂ ਵਗਦੇ ਹੋਏ ਪਾਣੀ ਦੇ ਝਰਨੇ ਤਾਂ ਨਹੀਂ ਰੋਕ ਸਕਦਾ, ਪਰ ਜਿਹੜੇ ਗਿਆਨ ਦੇ ਝਰਨੇ ਹੈ ਉਹਨਾਂ ਨੂੰ ਰੋਕਣਾ ਚਾਹੁੰਦਾ। ਆਖੋ ਸਤਨਾਮ। ਅਮਰਨਾਥ ਗੁਫਾ ਵੱਡਾ ਮੰਦਰ ਹੈ ਹਿੰਦੂਆਂ ਦਾ, ਸਭ ਤੋਂ ਵੱਡਾ ਧਰਮ ਸਥਾਨ। ਉੱਥੋਂ ਦੇ ਪੁਜਾਰੀਆਂ ਨੂੰ ਕਹਿੰਦਾ ਮੁਸਲਮਾਨ ਹੋ ਜਾਓ, ਜੇ ਤੁਸੀਂ ਧਰਮ ਤਬਦੀਲ ਕਰ ਲਿਆ ਬਾਕੀ ਤਾਂ ਆਪੇ ਕਰਨਗੇ। ਇਹਨਾਂ ਦਾ ਧਰਮ ਖਤਰੇ 'ਚ ਹੈ। ਬਾਲ ਗੋਬਿੰਦ ਰਾਏ ਕਹਿੰਦੇ ਪਿਤਾ ਜੀ ਫਿਰ ਧਰਮ ਕਿਵੇਂ ਬਚ ਸਕਦਾ ਹੈ? ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਬੇਟਾ ਕਿਸੇ ਮਹਾਨ ਸੂਰਵੀਰ ਨੂੰ ਕੁਰਬਾਨੀ ਦੇਣੀ ਪਏਗੀ ਤਾਂ ਇਹਨਾਂ ਦਾ ਧਰਮ ਬਚਣਾ ਹੈ। 9 ਸਾਲ ਦੀ ਉਮਰ ਸੀ, ਗੁਰੂ ਤੇਗ ਬਹਾਦਰ ਮਹਾਰਾਜ ਵੱਲ ਵੇਖ ਕੇ ਕਹਿੰਦੇ ਤੁਹਾਡੇ ਨਾਲੋਂ ਮਹਾਨ ਕੋਈ ਹੋਰ ਵੀ ਹੈਗਾ? ਪਿਤਾ ਜੀ ਜੇ ਮਹਾਨ ਸੂਰਬੀਰ ਦੇ ਕੁਰਬਾਨੀ ਦੇਣ ਨਾਲ ਧਰਮ ਬਚਦਾ ਹੈ, ਤੁਹਾਡੇ ਨਾਲੋਂ ਮਹਾਨ ਹੋਰ ਨਹੀਂ ਕੋਈ, ਫਿਰ ਤੁਸੀਂ ਹੀ ਕੁਰਬਾਨੀ ਦੇ ਦਿਓ, ਇਹਨਾਂ ਦਾ ਧਰਮ ਬਚਾਓ। ਹੁਣ ਸਹਿਜ ਸੁਭਾਅ ਗੱਲ ਕਹਿਤੀ, ਜਿਵੇਂ ਬੱਚੇ ਕਰਦੇ ਆ ਨਾ, ਤੁਹਾਨੂੰ ਪਤਾ ਹੈ। ਪਰ ਬਾਲ ਗੋਬਿੰਦ ਰਾਏ ਨੇ ਜਦੋਂ ਇਹ ਗੱਲ ਆਖੀ ਗੁਰੂ ਤੇਗ ਬਹਾਦਰ ਮਹਾਰਾਜ ਉਦੋਂ ਵੀ ਡੂੰਘੀ ਸੋਚ 'ਚ ਡੁੱਬ ਗਏ। ਬਾਲ ਗੋਬਿੰਦ ਰਾਏ ਕਹਿੰਦੇ ਜੀ ਹੁਣ ਕੀ ਸੋਚਦੇ ਹੋ? ਹੁਣ ਤਾਂ ਫੈਸਲਾ ਹੋ ਗਿਆ, ਗੁਰੂ ਨਾਨਕ ਦੇ ਘਰ ਦਾ ਅਸੂਲ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਦ ਪਿਆਰੇ ਦਾ ਸ਼ਰਨੀ ਆਇਆਂ ਨੂੰ ਗਲੇ ਲਗਾਉਣਾ, ਇਹ ਬਿਰਦ ਪਿਆਰੇ ਦਾ ਸ਼ਰਨੀ ਆਇਆਂ ਨੂੰ ਗਲੇ ਲਗਾਉਣਾ, ਪਿਆਰੇ ਦਾ ਸ਼ਰਨੀ ਆਇਆਂ ਨੂੰ ਗਲੇ ਲਗਾਉਣਾ, ਇਹ ਬਿਰਦ ਪਿਆਰੇ ਦਾ ਸ਼ਰਨੀ ਆਇਆਂ ਨੂੰ ਗਲੇ ਲਗਾਉਣਾ, ਬਿਰਦ ਪਿਆਰੇ ਦਾ ਸ਼ਰਨੀ ਆਇਆਂ ਨੂੰ ਗਲੇ ਲਗਾਉਣਾ, ਇਹ ਬਿਰਦ ਪਿਆਰੇ ਦਾ ਸ਼ਰਨੀ ਆਇਆਂ ਨੂੰ ਗਲੇ ਲਗਾਉਣਾ। ਬਿਰਦ, ਬਿਰਦ ਤੋਂ ਭਾਵ ਹੁੰਦਾ ਆਦਤ ਸੁਭਾਅ, ਬਿਰਦ ਹੁੰਦਾ ਬਜ਼ੁਰਗ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸੁਆਮੀ ਸੰਧਾ ਦੱਦੇ ਨਾਲ ਬਿਰਦ। ਮਹਾਰਾਜ ਕਹਿੰਦੇ ਸੁਭਾਅ ਹੈ ਗੁਰੂ ਨਾਨਕ ਦੇ ਘਰ ਦਾ, ਇਹ ਬਿਰਦ ਪਿਆਰੇ ਦਾ ਸ਼ਰਨੀ ਆਇਆਂ ਨੂੰ ਗਲੇ ਲਗਾਉਣਾ, ਇਹ ਬਿਰਦ ਪਿਆਰੇ ਦਾ ਸ਼ਰਨੀ ਆਇਆਂ ਨੂੰ ਗਲੇ ਲਗਾਉਣਾ, ਬਿਰਦ ਪਿਆਰੇ ਦਾ ਸ਼ਰਨੀ ਆਇਆਂ ਨੂੰ ਗਲੇ ਲਗਾਉਣਾ, ਇਹ ਬਿਰਦ ਪਿਆਰੇ ਦਾ ਸ਼ਰਨੀ ਆਇਆਂ ਨੂੰ ਗਲੇ ਲਗਾਉਣਾ।
ਪਿਆਰੇ ਲਗਾਉਣਾ ਇਹ ਬਿਰਧ ਪਿਆਰੇ ਦਾ ਸਰਨਿਆਇਆਂ ਨੂੰ ਗਲੇ ਲਗਾਉਣਾ। ਕਹਿੰਦੇ ਪਿਆਰੇ ਦੇ ਘਰ ਦਾ ਅਸੂਲ ਹੈ ਜੋ ਵੀ ਆ ਜੇ ਉਹਨੂੰ ਗਲ ਨਾਲ ਹੀ ਲਾਉਣਾ, ਮੋੜਨਾ ਨਹੀਂ ਖਾਲੀ। ਆਪਣਾ ਸੁਭਾਅ ਇਹ ਹੈ ਆਪਾਂ ਕਸਰ ਛੱਡਦੇ ਹੀ ਕੋਈ ਨਹੀਂ, ਆਖੋ ਸਤਨਾਮ। ਜਦੋਂ ਕੋਈ ਮਾੜਾ ਜਿਹਾ ਗਲ ਨਾ ਲਾ ਲਏ ਆਪਾਂ ਘਰ ਲੁੱਟਣ ਨੂੰ ਪੈਂਦੇ ਹਾਂ ਗੁਰਮੁਖ, ਤੁਹਾਨੂੰ ਪਤਾ ਹੀ ਹੈ ਦੁਨੀਆਦਾਰੀ ਦਾ ਸੁਭਾਅ ਕੈਸਾ। ਪਰ ਬੁਰਿਆਂ ਨਾਲ ਵੀ ਜਿਹੜਾ ਭਲਾ ਕਰੇ ਉਹ ਤਾਂ ਅਵਤਾਰੀ ਪੁਰਸ਼ ਹੋ ਸਕਦਾ, ਬਾਕੀ ਸੰਸਾਰ ਨਹੀਂ ਕਰ ਸਕਦਾ। ਇੱਥੇ ਤਾਂ ਜਿੰਨਾ ਕਿਸੇ ਦਾ ਭਲਾ ਕਰੋ ਅਗਲਾ ਸਗੋਂ ਬੁਰਾ ਮਨਾਉਂਦਾ ਓਨਾ ਹੀ ਗੁਰਮੁਖ, ਉਲਟੀ ਹੋ ਗਈ ਖੇਡ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਦੇਖੋ, ਸਤਿਗੁਰ ਕਹਿੰਦੇ ਪਿਤਾ ਜੀ ਜੇ ਕੁਰਬਾਨੀ ਦੇਣ ਨਾਲ ਧਰਮ ਬਚਦਾ ਫਿਰ ਤੁਸੀਂ ਹੀ ਦਿਓ ਕੁਰਬਾਨੀ। ਗੁਰੂ ਤੇਗ ਬਹਾਦਰ ਮਹਾਰਾਜ ਗੱਲ ਸੁਣ ਕੇ ਹੱਸੇ ਵੀ ਤੇ ਡੂੰਘੀ ਸੋਚ 'ਚ ਡੁੱਬ ਗਏ। ਮਹਾਰਾਜ ਕਹਿੰਦੇ ਹੁਣ ਕੀ ਸੋਚਦੇ ਹੋ, ਹੁਣ ਤਾਂ ਫੈਸਲਾ ਹੋ ਗਿਆ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਬੇਟਾ ਪਹਿਲਾਂ ਤਾਂ ਸੋਚਦਾ ਸੀ ਇਹਨਾਂ ਬਾਰੇ, ਹੁਣ ਤੁਸੀਂ ਕਹਿਤਾ ਕੁਰਬਾਨੀ ਦਿਓ ਇਹਨਾਂ ਦਾ ਧਰਮ ਤਾਂ ਬਚਜੂ, ਪਰ ਹੁਣ ਮੈਂ ਸੋਚਦਾ ਤੇਰੇ ਬਾਰੇ ਵੀ ਬਾਅਦ 'ਚ ਤੇਰਾ ਕੀ ਬਣੂੰਗਾ। ਕਿਉਂਕਿ ਪਿਛਲੇ ਹਾਲਾਤ ਸਾਰੇ ਸਾਹਮਣੇ ਸੀ। ਗੁਰੂ ਤੇਗ ਬਹਾਦਰ ਸਾਹਿਬ ਦੇ ਦਾਦਾ ਜੀ ਸਨ ਗੁਰੂ ਅਰਜਨ ਦੇਵ, ਉਹਨਾਂ ਦੀ ਸ਼ਹੀਦੀ ਹੋ ਗਈ। ਦੇਖੋ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ, ਇਹ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਸਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ। ਛੇਵੇਂ ਪਾਤਸ਼ਾਹ ਨੂੰ 11 ਸਾਲ ਦੀ ਉਮਰ ਵਿੱਚ ਬਿਨਾਂ ਕਿਸੇ ਕਸੂਰ ਤੋਂ ਜਹਾਂਗੀਰ ਨੇ ਗਵਾਲੀਅਰ ਦੇ ਕਿਲੇ 'ਚ ਕੈਦ ਕਰਤਾ ਸੀ। ਹੁਣ ਜਿਹਦੇ ਦਾਦੇ ਨਾਲ ਪਿਤਾ ਨਾਲ ਆਹ ਕੁਛ ਹੋਇਆ ਹੋਵੇ ਉਹਨੂੰ ਕਿਤੇ ਦੁੱਖ ਭੁੱਲ ਸਕਦਾ? ਗੁਰੂ ਤੇਗ ਬਹਾਦਰ ਕਹਿੰਦੇ ਘੱਟ ਤੇਰੇ ਨਾਲ ਵੀ ਨਹੀਂ ਕਰਨੀ, ਕਿਉਂਕਿ ਖਾਨਦਾਨ ਇੱਧਰ ਵੀ ਉਹੀ ਸੀ ਅਤੇ ਉੱਧਰ ਵੀ ਉਹੀ, ਉੱਧਰ ਜ਼ੁਲਮ ਕਰਨ ਵਾਲੇ ਅਤੇ ਇੱਧਰ ਜ਼ੁਲਮ ਨੂੰ ਠੱਲ ਪਾਉਣ ਵਾਲੇ। ਆਖੋ ਸਤਨਾਮ। ਕਹਿੰਦੇ ਹੁਣ ਟੱਕਰ ਹੈ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਨਾਲ। ਇੱਥੇ ਮਾੜੀ ਜੀ ਗੱਲ ਕਿਸੇ ਹੌਲਦਾਰ ਦੀ ਜਾਂ ਸਿਪਾਹੀ ਦੀ ਨਾ ਮੰਨੀ ਜਾਵੇ, ਘਰ ਤਾਂ ਉਹ ਨਹੀਂ ਵਸਣ ਦਿੰਦੇ, ਅਤੇ ਬਾਦਸ਼ਾਹ ਦੇ ਹੁਕਮ ਦੀ ਉਲੰਘਣਾ ਕਰਨੀ ਕਿਹੜਾ ਸੌਖੀ ਸੀ? ਗੁਰੂ ਨੌਵੇਂ ਪਾਤਸ਼ਾਹ ਕਹਿੰਦੇ ਹੁਣ ਤੇਰੇ ਬਾਰੇ ਸੋਚਦਾ ਵੀ ਤੇਰਾ ਕੀ ਬਣੂ। ਜਿਗਰਾ ਦੇਖੋ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੇਰੀ ਚਿੰਤਾ ਨਾ ਕਰੋ, ਜਬ ਥੇ ਮਾਤਾ ਉਦਰ ਮੇ ਤਬ ਰਾਖਾ ਥਾ ਜੋਏ, ਅਬ ਤੋ ਭਏ 9 ਸਾਲ ਕੇ ਕਿਉਂ ਨਾ ਸਹਾਈ ਹੋਏ। ਕਹਿੰਦੇ ਜਦੋਂ ਮੈਂ ਮਾਂ ਦੇ ਢਿੱਡ ਵਿੱਚ ਸੀ ਜਿਹੜੇ ਵਾਹਿਗੁਰੂ ਨੇ ਉੱਥੇ ਮੇਰੀ ਰੱਖਿਆ ਕੀਤੀ ਹੈ, ਹੁਣ ਤਾਂ ਮੈਂ 9 ਸਾਲ ਦਾ ਹੋ ਗਿਆ, ਹੁਣ ਕਿਉਂ ਨਹੀਂ ਕਰੂੰਗਾ? ਉਹਨੂੰ ਫਿਕਰ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮਹਿ ਜੰਤ ਉਪਾਏ ਅੰਨ ਤਿੰਨਾ ਭੇ ਰੋਜੀ ਦੇ। ਕਹਿੰਦੇ ਮੇਰੀ ਨਾ ਚਿੰਤਾ ਕਰੋ। ਜਦੋਂ ਆਹ ਬਚਨ ਸੁਣੇ
ਫਿਰ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਪੰਡਤਾਂ ਨੂੰ ਕਹਿੰਦੇ ਨੇ ਕਿ ਜਾਓ ਔਰੰਗਜ਼ੇਬ ਨੂੰ ਮਿਲੋ, ਉਹਨੂੰ ਕਹੋ ਕਿ ਇਕੱਲੇ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲੈ, ਅਸੀਂ ਸਾਰੇ ਬਣ ਜਾਂਗੇ। ਅਤੇ ਮੇਰਾ ਮਹਾਰਾਜ ਕਹਿੰਦੇ ਤੁਹਾਡੇ ਨਾਲ ਵਾਅਦਾ ਹੈ, ਜੋ ਮਰਜ਼ੀ ਔਰੰਗਜ਼ੇਬ ਕਰ ਲਏ ਅਸੀਂ ਮੁਸਲਮਾਨ ਨਹੀਂ ਹੁੰਦੇ। ਆਖੋ ਸਤਨਾਮ। ਹਿੰਦੂ ਜਾ ਕੇ ਮਿਲੇ ਔਰੰਗਜ਼ੇਬ ਨੂੰ ਦਿੱਲੀ, ਅਤੇ ਉਹਨਾਂ ਨੇ ਇਹੀ ਕਿਹਾ ਸੀ ਕਿ ਬਾਦਸ਼ਾਹ ਐਵੇਂ ਸਾਡੇ ਅਤੇ ਸਾਰਿਆਂ 'ਤੇ ਕਾਹਤੋਂ ਜ਼ੁਲਮ ਕਰਦਾ, ਰੋਜ਼ ਰੋਜ਼ ਦਾ ਕਲੇਸ਼ ਮੁੱਕਜੂ, ਅਸੀਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਨੂੰ ਮੰਨਦੇ ਹਾਂ। ਕਹਿੰਦੇ ਉਹਨਾਂ ਦੇ ਮੁਤਾਬਕ ਚੱਲਦੇ ਹਾਂ, ਜੇ ਤੂੰ ਉਹਨਾਂ ਨੂੰ ਮੁਸਲਮਾਨ ਬਣਾ ਲੈ ਅਸੀਂ ਸਾਰੇ ਬਣ ਜਾਂਗੇ। ਅਤੇ ਔਰੰਗਜ਼ੇਬ ਥਾਪੜ ਕੇ ਹਿੱਕ ਕਹਿੰਦਾ ਵੀ ਲੈਓ ਫਿਰ, ਮੈਂ ਤੁਹਾਨੂੰ ਦੁੱਖ ਨਹੀਂ ਦਿੰਦਾ, ਇਕੱਲੇ ਬੰਦੇ ਨੂੰ ਇਸਲਾਮ 'ਚ ਲਿਆਉਣਾ ਕੀ ਔਖਾ, ਮੈਂ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾਊਂਗਾ, ਤੁਸੀਂ ਆਪੇ ਬਣ ਜਿਓ, ਜੇ ਨਾ ਬਣਾ ਸਕਿਆ ਤੁਹਾਨੂੰ ਨਹੀਂ ਕੁਛ ਕਹਿੰਦਾ। ਕਹਿੰਦਾ ਬਾਦਸ਼ਾਹ ਨਾ ਜਾਣਿਓ, ਹੁਣ ਗੱਲ ਤਾਂ ਕਹਿ ਬੈਠਾ ਪਰ ਇਹ ਨਹੀਂ ਸੀ ਪਤਾ ਵੀ ਟੱਕਰ ਕਿਹਦੇ ਨਾਲ ਲੈ ਰਿਹਾ। ਆਖੋ ਸਤਨਾਮ। ਹਿੰਦੂ ਵੀਰ ਤਾਂ ਚਲੋਗੇ ਆਪੋ ਆਪਣੇ ਘਰੋਂ ਕਰੀ, ਅਤੇ ਉੱਧਰੋਂ ਤਾਂ ਬਾਦਸ਼ਾਹ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਦੀ ਭਾਲ ਸ਼ੁਰੂ ਕਰਤੀ, ਕਿੱਥੇ ਰਹਿੰਦੇ ਨੇ। ਅਤੇ ਇੱਧਰੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਾਤਾ ਗੁਜਰ ਕੌਰ ਜੀ ਨੂੰ ਮਿਲੇ, ਸਾਰੇ ਹਾਲਾਤ ਦੱਸੇ ਸੀ। ਗੁਜਰੀ ਤੈਂ ਮੇਰੇ ਨਾਲ ਜ਼ਿੰਦਗੀ ਵਿੱਚ ਬੜੇ ਦੁੱਖ ਸੁੱਖ ਝੱਲੇ, ਪਰ ਹੁਣ ਸਮਾਂ ਐਸਾ ਆ ਗਿਆ ਮੈਨੂੰ ਕੁਰਬਾਨੀ ਦੇਣੀ ਪੈਣੀ, ਜਿਹੜਾ ਧਰਮ ਹੈ ਇਹ ਸਿਰ ਦਿੱਤਿਆਂ ਵਾਜੋਂ ਰਹਿਣਾ ਨਹੀਂ। ਆਖੋ ਸਤਨਾਮ। ਮਾਤਾ ਗੁਜਰ ਕੌਰ ਜੀ ਨੇ ਆਖਿਆ ਮਹਾਰਾਜ ਤੁਹਾਡੇ 'ਤੇ ਤਾਂ ਬਾਹਲੀ ਵੱਡੀ ਜ਼ਿੰਮੇਵਾਰੀ ਆ ਗਈ। ਮਹਾਰਾਜ ਕਹਿੰਦੇ ਗੁਜਰੀ ਮੇਰੇ ਸਿਰ ਜਿਹੜੀ ਜ਼ਿੰਮੇਵਾਰੀ ਆਈ ਮੈਂ ਤਾਂ ਨਿਭਾ ਲੂੰਗਾ, ਪਰ ਸਭ ਤੋਂ ਵੱਡੀ ਜ਼ਿੰਮੇਵਾਰੀ ਹੁਣ ਤੇਰੇ ਸਿਰ ਆ ਗਈ, ਪਰਿਵਾਰ ਦਾ ਖਿਆਲ ਰੱਖੀ। ਆਪਣਾ ਬੇਟਾ ਗੋਬਿੰਦ ਰਾਏ ਹੈ ਨਿਆਣਾ 9 ਸਾਲ ਦਾ, ਇੱਕ ਤਾਂ ਇਹਦਾ ਵਿਆਹ ਛੇਤੀ ਕਰ ਦਿਓ ਕਹਿ ਕੇ ਗਏ ਸੀ। ਕਹਿੰਦੇ ਗੋਬਿੰਦ ਰਾਏ ਦੀ ਸ਼ਾਦੀ ਛੇਤੀ ਕਰ ਦਿਓ, ਇਹਨਾਂ ਕੋਲ ਸਮਾਂ ਬਹੁਤ ਥੋੜ੍ਹਾ ਹੈ, ਅਤੇ ਇਹਨਾਂ ਦੀ ਔਲਾਦ ਨੇ ਕਾਰਨਾਮੇ ਉਹ ਕਰਨੇ ਆ ਜਿਹੜੇ ਹੋਰ ਕੋਈ ਨਾ ਕਰ ਸਕਿਆ। ਧੰਨ ਮਾਤਾ ਗੁਜਰ ਕੌਰ ਬੀਬੀਓ, ਆ ਹੁਣ ਸੁਣ ਰਹੇ ਹੋ ਨਾ ਤੁਸੀਂ ਇਤਿਹਾਸ, ਦੁੱਖ ਸੁੱਖ ਆਉਂਦੇ ਨੇ ਪਰ ਦੁੱਖਾਂ ਵੇਲੇ ਡੋਲੀ ਦਾ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਧਨ ਪਿਰ ਇਹ ਨਾ ਆਖੀਐ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ। ਕਹਿੰਦੇ ਪਤੀ ਇਸਤਰੀ ਇਹ ਨਹੀਂ ਹੁੰਦਾ ਵੀ ਦੋ ਸਰੀਰਾਂ ਦਾ ਮੇਲ ਹੋ ਗਿਆ ਅਤੇ ਅਸੀਂ ਪਤੀ ਪਤਨੀ ਬਣ ਗਏ, ਇੱਦਾਂ ਨਹੀਂ ਹੈ। ਇਕੱਲਾ ਸਰੀਰਕ ਤੌਰ 'ਤੇ ਇਕੱਠੇ ਹੋਣ ਨੂੰ ਪਤੀ ਪਤਨੀ ਨਹੀਂ ਕਹਿ ਸਕਦੇ,
ਅਸਲ ਪਤੀ ਪਤਨੀ ਉਹ ਹੈ ਕਿ ਬਾਹਰੋਂ ਭਾਵੇਂ ਸਰੀਰ ਦੋ ਦਿਖਦੇ ਨੇ ਪਰ ਅੰਦਰ ਦੀ ਸੋਚ ਵਿਚਾਰ ਦੋਨਾਂ ਦੀ ਇੱਕ ਹੋਵੇ, ਫਿਰ ਹੈ ਗੱਲ ਬਣਦੀ। ਪਤੀ ਇਸਤਰੀ ਉਹਨਾਂ ਨੂੰ ਆਖਦੇ ਨੇ ਪਿਆ ਜਿਨ੍ਹਾਂ ਦਾ ਕਦੇ ਨਾ ਫਿੱਕ ਹੋਵੇ। ਬਾਹਰੋਂ ਬੁੱਤ ਦੋ ਕੋਮਲਾ ਦਿਸਣ ਭਾਵੇਂ, ਜੋਤ ਅੰਦਰੋਂ ਦੋਹਾਂ ਦੀ ਇੱਕ ਹੋਵੇ। ਆ ਸੀ ਇੱਕ ਜੋਤ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਗੁਜਰੀ ਮੈਂ ਤਾਂ ਆਪਣੀ ਜ਼ਿੰਮੇਵਾਰੀ ਨਿਭਾ ਲੂੰਗਾ ਪਰ ਹੁਣ ਵੱਡੀ ਜ਼ਿੰਮੇਵਾਰੀ ਤਾਂ ਤੇਰੇ 'ਤੇ ਆ ਗਈ। ਧੰਨ ਮਾਤਾ ਗੁਜਰ ਕੌਰ ਜੀ ਨੇ ਹੱਥ ਬੰਨ ਕੇ ਨਾਲੇ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮੱਥਾ ਟੇਕਿਆ, ਨਾਲੇ ਬਚਨ ਕੀਤਾ ਸਵਾਮੀ ਜੀ ਮੇਰਾ ਤੁਹਾਡੇ ਨਾਲ ਵਾਅਦਾ ਹੈ, ਜਿੰਨਾ ਚਿਰ ਮੇਰਾ ਸਰੀਰ ਜਿਉਂਦਾ ਹੈ ਮੈਂ ਪਰਿਵਾਰ ਦੇ ਇੱਕ ਵੀ ਮੈਂਬਰ ਨੂੰ ਧਰਮ ਤੋਂ ਡੋਲਣ ਨਹੀਂ ਦਿਆਂਗੀ। ਆਖੋ ਸਤਨਾਮ। ਦੇਖੋ ਬੀਬੀ ਉਹ ਗੱਲ ਸਮਝ ਲਿਓ, ਭਾਈ ਕਮਾਈ ਤਾਂ ਕਰ ਸਕਦੇ ਹੈ ਘਰ ਨਹੀਂ ਬਣ ਸਕਦੇ। ਬੰਦੇ ਕਮਾਈ ਕਰ ਲੈਣਗੇ, ਪੈਸਾ ਕਮਾ ਲੈਣਗੇ ਪਰ ਘਰ ਸਿਆਣੀ ਔਰਤ ਬਿਨਾਂ ਵੱਜਦਾ ਨਹੀਂ ਹੁੰਦਾ। ਅਤੇ ਜੇ ਔਰਤ ਹੋਵੇ ਸਿਆਣੀ, ਬੰਦਾ ਚਾਹੇ ਵਿਗੜਿਆ ਤਿਗੜਿਆ ਜਿੱਦਾਂ ਦਾ ਹੀ ਹੋਵੇ, ਉਹਨੇ ਚਾਹੇ ਪਿਆਰ ਨਾਲ ਚਾਹੇ ਕਿਤੇ ਰੁੱਸ ਰਸਾ ਕੇ ਮਗਰ ਲਾ ਹੀ ਲੈਣਾ ਹੁੰਦਾ। ਅਤੇ ਜੇ ਆਪ ਹੀ ਸਿਆਣਪ 'ਚ ਨਾ ਹੋਵੇ ਬੀਬੀ, ਬੰਦਾ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਏ ਫਿਰ ਘਰ ਨਹੀਂ ਵੱਜਦਾ। ਗੁਰੂ ਇਹ ਜ਼ਿੰਮੇਵਾਰੀ ਤੁਹਾਡੀ ਹੁੰਦੀ ਹੈ, ਪਰਿਵਾਰਾਂ ਨੂੰ ਜੋੜ ਕੇ ਰੱਖਿਓ ਜਿਵੇਂ ਵੀ ਕਰੋ। ਜੇ ਇੱਕ ਜਾਣੇ ਦੇ ਝੁਕਣ ਨਾਲ ਮਸਲਾ ਹੱਲ ਹੁੰਦਾ ਤਾਂ ਮੇਰੇ ਖਿਆਲ ਵਿੱਚ ਝੁਕ ਜਾਣਾ ਚਾਹੀਦਾ। ਹੰਸ ਮਾਨ ਸਰੋਵਰ 'ਤੇ ਜਾ ਕੇ ਹੀਰੇ ਮੋਤੀ ਚੁਗਦਾ ਪਰ ਉਹਨੂੰ ਵੀ ਆਪਣੀ ਧੌਣ ਨੀਵੀਂ ਕਰਨੀ ਪੈਂਦੀ ਹੈ। ਜੇ ਉੱਚੇ ਮੂੰਹ ਚੱਕ ਕੇ ਖੜਾ ਰਹੇ ਤਾਂ ਫਿਰ ਕਿੱਥੋਂ ਹੀਰੇ ਮੋਤੀ ਖਾ ਲੇਗਾ, ਉੱਪਰੋਂ ਤਾਂ ਡਿੱਗਣ ਨਹੀਂ ਲੱਗੇ। ਗੁਰਮੁਖੋ ਆਪਾਂ ਨੂੰ ਵੀ ਮਹਾਰਾਜ ਕਹਿੰਦੇ ਨੇ ਠੀਕ ਆ ਤੇਰੇ ਘਰ 'ਚ ਗਰੀਬੀ ਹੈ, ਕਰਮ ਮਾੜੇ ਹੋਣ, ਕਿਸੇ ਨੇ ਕੱਖ ਨਾ ਦਿੱਤਾ ਹੋਵੇ ਪਰ ਤੂੰ ਇੱਕ ਤਾਂ ਨਿਮਰਤਾ ਨਾਲ ਚੱਲੀ ਅਤੇ ਦੂਜਾ ਉੱਦਮ ਕਰ, ਮਿਹਨਤ ਕਰ ਅੱਗੇ ਵਧਣ ਵਾਸਤੇ। ਇਹਦੇ ਨਾਲ ਫਿਰ ਮਿਲੂ ਪਤਾ ਕੀ, ਉੱਦਮ ਕਰਿੰਦਿਆਂ ਜੀਓ ਤੂੰ, ਕਮਾਉਂਦਿਆਂ ਸੁੱਖ ਭੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਕਹਿੰਦੇ ਜਿੰਨਾ ਉੱਦਮ ਕਰੇਗਾ ਮਿਹਨਤ ਕਰੇਗਾ ਤੇਰੀ ਕਮਾਈ 'ਚ ਵਾਧਾ ਹੋਊਗਾ, ਸੁੱਖ ਮਿਲਣਗੇ। ਪਰ ਜੇ ਕਮਾਈ ਦੇ ਨਾਲ ਨਾਲ ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਕਰ ਦੇ ਤੈਨੂੰ ਰੱਬ ਵੀ ਮਿਲ ਜੂ। ਆਖੋ ਸਤਨਾਮ। ਅੱਜ ਕੱਲ੍ਹ ਤਾਂ ਸੌਖਾ ਹੀ ਬੜਾ ਗੁਰਮੁਖੋ, ਕੰਮ ਧੰਦਾ ਕਰਦਿਆਂ ਤੁਸੀਂ ਵਾਹਿਗੁਰੂ ਵਾਹਿਗੁਰੂ ਜਪੋ, ਨਹੀਂ ਤਾਂ ਮੀਡੀਏ ਦਾ ਯੁੱਗ ਹੈ, ਕੋਈ ਮੋਬਾਈਲ ਦੇ ਵਿੱਚ ਜਾਂ ਹੋਰ ਕੋਈ ਇਲੈਕਟ੍ਰੋਨਿਕ ਸਾਧਨ ਲੈ ਕੇ ਬਾਣੀ ਲਾ ਲਓ ਕੋਲੇ ਇਤਿਹਾਸ ਸੁਣੀ ਚੱਲੋ। ਇਹ ਧਿਆਨ ਜਿੰਨਾ ਚਿਰ ਗੁਰੂ ਵੱਲ ਰਹੂਗਾ ਉਹ ਵੀ ਇੱਕ ਭਗਤੀ ਹੈ, ਜਿਵੇਂ ਵੀ ਹੋ ਜੇ ਗੁਰਮੁਖੋ, ਨੌ ਤਰ੍ਹਾਂ ਦੀ ਭਗਤੀ ਹੈ ਅਤੇ ਸਭ ਤੋਂ ਵੱਡੀ ਭਗਤੀ ਆ ਹੈ ਜਿਹੜੀ ਤੁਸੀਂ ਕਰ ਰਹੇ ਹੋ, ਸਰਵਣ ਭਗਤੀ, ਸੁਣਨਾ ਗੁਰੂ ਦੀ ਗੱਲ ਨੂੰ। ਅਤੇ ਜੇ ਸੁਣ ਕੇ ਮੰਨ ਲਏ ਉਹ ਤਾਂ ਉਦੋਂ ਵੀ ਚੰਗਾ। ਗੁਰਬਾਣੀ ਵਿੱਚ ਵੀ ਲਿਖਿਆ ਹੈ, ਪਾਤਸ਼ਾਹ ਕਹਿੰਦੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਜਾਏ ਪੜ੍ਹਤੇ ਆ।
ਆਪਾਂ ਭਾਗਾਂ ਦੀ ਗੱਲ ਕਰਦੇ ਹਾਂ ਨਾ, ਮਹਾਰਾਜ ਕਹਿੰਦੇ ਸਭ ਤੋਂ ਵੱਡੇ ਭਾਗ ਉਹਨਾਂ ਦੇ ਹੁੰਦੇ ਨੇ ਜਿਹੜੇ ਆਪਣੇ ਗੁਰੂ ਦੀ ਸ਼ਰਨ ਵਿੱਚ ਬਹਿਣ। ਆਖੋ ਸਤਨਾਮ। ਇੰਨਾ ਮਾਣ ਤੁਹਾਨੂੰ ਦਿੱਤਾ ਹੈ। ਖਿਆਲ ਕਰਨਾ, ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਗੁਜਰੀ ਮੈਂ ਚੱਲਿਆ, ਫਿਰ ਸਾਰੀ ਜ਼ਿੰਮੇਵਾਰੀ ਅਨੰਦਪੁਰ ਸਾਹਿਬ ਦੀ ਸਿੱਖਾਂ ਸੇਵਕਾਂ ਨੂੰ ਸੰਭਾਲ ਕੇ ਆਪ ਮੇਰੇ ਸਤਿਗੁਰ ਨੌਵੇਂ ਪਾਤਸ਼ਾਹ ਦਿੱਲੀ ਵੱਲ ਗਏ। ਉੱਥੇ ਤੁਹਾਨੂੰ ਪਤਾ ਹੀ ਹੈ 1675 ਦੇ ਵਿੱਚ ਨਵੰਬਰ ਦਾ ਮਹੀਨਾ ਸੀ, ਮਹਾਰਾਜ ਮਿਲਦੇ ਨੇ ਔਰੰਗਜ਼ੇਬ ਨੂੰ ਅਤੇ ਔਰੰਗਜ਼ੇਬ ਨੂੰ ਕਹਿੰਦੇ ਨੇ ਕਿ ਜਿਵੇਂ ਤੈਨੂੰ ਆਪਣਾ ਧਰਮ ਪਿਆਰਾ ਹੈ ਉਵੇਂ ਸਭ ਨੂੰ ਹੀ ਆਪਣਾ ਧਰਮ ਪਿਆਰਾ ਹੈ, ਹਿੰਦੂਆਂ 'ਤੇ ਜ਼ੁਲਮ ਨਾ ਕਰ। ਔਰੰਗਜ਼ੇਬ ਕਹਿੰਦਾ ਤੁਸੀਂ ਹਿੰਦੂਆਂ ਦੀ ਗੱਲ ਛੱਡੋ, ਪਹਿਲਾਂ ਤੁਸੀਂ ਮੁਸਲਮਾਨ ਹੋ। ਪਾਤਸ਼ਾਹ ਕਹਿੰਦੇ ਨਹੀਂ, ਸਾਡਾ ਧਰਮ ਚੰਗਾ ਹੈ, ਅਸੀਂ ਆਪਣੇ ਧਰਮ 'ਚ ਰਹਿਣਾ। ਔਰੰਗਜ਼ੇਬ ਕਹਿੰਦਾ ਤੁਹਾਨੂੰ ਮੈਂ ਰਾਜ ਗੱਦੀ ਦੇ ਦਿੰਦਾ, ਪੀਰੀ ਦੀ ਕੁਰਸੀ ਦੇ ਦਿੰਦਾ। ਮਹਾਰਾਜ ਕਹਿੰਦੇ ਕੁਛ ਨਹੀਂ ਚਾਹੀਦਾ, ਜੋ ਮਿਲਿਆ ਇਹੀ ਉਸ ਵਾਹਿਗੁਰੂ ਦਾ ਕੋਟਾਨ ਕੋਟ ਸ਼ੁਕਰ ਕਰੀਦਾ। ਆਖੋ ਸਤਨਾਮ। ਆ ਹੈ ਸਬਰ ਗੁਰਮੁਖ, ਜੋ ਮਿਲਿਆ ਇਸੇ ਦਾ ਸ਼ੁਕਰਾਨਾ ਕਰਨਾ। ਕਹਿੰਦਾ ਫਿਰ ਕਰਾਮਾਤ ਦਿਖਾ ਦਿਓ ਕੋਈ। ਪਾਤਸ਼ਾਹ ਕਹਿੰਦੇ ਕਰਾਮਾਤ ਨਹੀਂ ਦਿਖਾਉਣੀ, ਕਿਉਂਕਿ ਇੱਥੇ ਕਰਾਮਾਤ ਕਹਿਰ ਹੈ। ਕਹਿਰ ਪਤਾ ਕੀ ਹੁੰਦਾ? ਮੰਨ ਲਓ ਹੁਣ ਦੋ ਬੰਦੇ ਲੜਦੇ ਹੋਣ, ਦੋ ਘਰ ਲੜ ਪੈਣ ਹੋਣ, ਦੋਵੇਂ ਬਰਾਬਰ ਦੇ, ਉਹਨਾਂ ਦੀ ਲੜਾਈ ਜਾਇਜ਼। ਪਰ ਜੇ ਇੱਕ ਤਕੜਾ ਬੰਦਾ ਕਿਸੇ ਗਰੀਬ ਨੂੰ ਮਾਰੇ, ਆਪਾਂ ਕਹਾਂਗੇ ਨਾ ਤਾਂ ਕਹਿਰ ਹੋਇਆ, ਜ਼ੁਲਮ ਹੋਇਆ। ਹੁਣ ਪਾਤਸ਼ਾਹ ਕਹਿੰਦੇ ਜੇ ਤਾਂ ਤੂੰ ਖੁਦ ਕਰਾਮਾਤੀਆ ਹੁੰਦਾ ਫਿਰ ਤਾਂ ਤੂੰ ਕਰਾਮਾਤ ਨੂੰ ਸਮਝਦਾ, ਇੱਥੇ ਸ਼ਰਮੱਦ ਵਰਗੇ ਫਕੀਰਾਂ ਦੀ ਕਰਾਮਾਤ ਨਹੀਂ ਤੂੰ ਸਮਝ ਸਕਿਆ, ਤੈਨੂੰ ਕਰਾਮਾਤ ਦਿਖਾਉਣੀ ਨਹੀਂ ਹੈ। ਆਖੋ ਸਤਨਾਮ। ਕਹਿੰਦਾ ਫਿਰ ਮੈਂ ਤੁਹਾਨੂੰ ਮਾਰ ਦਿਆਂਗਾ, ਕਤਲ ਕਰ ਦੂੰਗਾ। ਪਾਤਸ਼ਾਹ ਕਹਿੰਦੇ ਮੌਤ ਦਾ ਡਰਾਵਾ ਦਿੰਦਾ? ਪਹਿਲੇ ਜਾਮੇ ਤੋਂ ਕਹਿੰਦੇ ਆਏ ਆ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਗੁਰੂ ਨਾਨਕ ਸਾਹਿਬ ਦੇ ਬੋਲ ਨੇ, 12 ਤੇ ਵਧੀਕ। ਬਾਬਾ ਜੀ ਬੈਠੇ ਹੈ, ਰੋਜ਼ ਬਾਣੀ ਪੜ੍ਹਦੇ ਆ, ਗੁਰਮੁਖ ਹੈ, ਇਹਨਾਂ ਨੂੰ ਪੁੱਛਿਓ ਕਿਤੇ। ਇਹ ਗੁਰੂ ਨਾਨਕ ਨੇ ਲਿਖਿਆ ਬਚਨ, ਸਿਰ ਧਰ ਤਲੀ ਗਲੀ ਮੋਰੀ ਆਓ। ਔਰੰਗਿਆ ਤੂੰ ਸਾਨੂੰ ਮੌਤ ਤੋਂ ਡਰਾਉਣਾ ਹੈ? ਅਸੀਂ ਹਿੰਦ ਦੀ ਔਰੰਗਿਆ ਬਾਂਹ ਫੜ ਲਈ, ਹਿੰਦ ਦੀ ਔਰੰਗਿਆ ਬਾਂਹ ਫੜ ਲਈ, ਹਿੰਦ ਦੀ ਔਰੰਗਿਆ ਬਾਂਹ ਫੜ ਲਈ, ਅਸੀਂ ਹਿੰਦ ਦੀ ਔਰੰਗਿਆ ਅਸੀਂ ਹਿੰਦ ਦੀ ਔਰੰਗਿਆ ਬਾਂਹ ਫੜ ਲਈ, ਅਸੀਂ ਹਿੰਦ ਦੀ ਔਰੰਗਿਆ ਬਾਂਹ ਫੜ ਲਈ। ਸਿਰ ਦੇ ਕੇ ਵੀ ਧਰਮ ਬਚਾਵਾਂਗੇ, ਹਿੰਦ ਦੀ ਔਰੰਗਿਆ ਬਾਂਹ ਫੜ ਲਈ, ਹਿੰਦ ਦੀ ਔਰੰਗਿਆ ਬਾਂਹ ਫੜ ਲਈ, ਧਰਮ ਬਚਾਵਾਂਗੇ, ਅਸੀਂ ਹਿੰਦ ਦੀ ਔਰੰਗਿਆ ਬਾਂਹ ਫੜ ਲਈ, ਅਸੀਂ ਹਿੰਦ ਦੀ ਔਰੰਗਿਆ ਬਾਂਹ ਫੜ ਲਈ, ਸਿਰ ਦੇ ਕੇ ਧਰਮ ਬਚਾਵਾਂਗੇ, ਅਸੀਂ ਹਿੰਦ ਦੀ ਔਰੰਗਿਆ ਬਾਂਹ ਫੜ।
ਅਸੀਂ ਹਿੰਦ ਦੀ ਔਰੰਗਿਆਬਾਂ ਫੜ ਲਈ। ਕਹਿੰਦੇ ਕੋਈ ਗੱਲ ਨਹੀਂ, ਸਿਰ ਵੀ ਦੇਣਾ ਪੈ ਜੇ ਤਾਂ ਵੀ ਅਸੀਂ ਧਰਮ ਬਚਾਵਾਂਗੇ, ਸਾਨੂੰ ਕਤਲ ਦਾ ਕੋਈ ਡਰ ਨਹੀਂ ਹੈ। ਆਖੋ ਸਤਨਾਮ ਵਾਹਿਗੁਰੂ। ਫਿਰ ਤੁਹਾਨੂੰ ਪਤਾ ਹੈ ਗੁਰੂ ਤੇਗ ਬਹਾਦਰ ਜੀ ਨੂੰ ਅਨੇਕਾਂ ਤਸੀਹੇ ਦਿੱਤੇ, ਭੁੱਖੇ ਧਿਆਏ ਰੱਖਿਆ। ਗੁਰੂ ਜੀ ਨੂੰ ਡਰਾਉਣ ਵਾਸਤੇ ਪਹਿਲਾਂ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ, ਕਿਉਂਕਿ ਮੌਤ ਨੂੰ ਦੇਖ ਕੇ ਤਾਂ ਮੱਲੋ ਮੱਲੀ ਮਨ ਡਰ ਜਾਂਦਾ ਹੈ। ਇੱਥੇ ਐਕਸੀਡੈਂਟ ਹੋਇਆ ਦੇਖ ਲਈਏ ਨਾ, ਕਈ ਆ ਕੇ ਰੋਟੀ ਨਹੀਂ ਖਾਂਦੇ, ਮੇਰਾ ਜੀ ਨਹੀਂ ਕਰਦਾ। ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ, ਭਾਈ ਸਤੀ ਦਾਸ ਜੀ ਨੂੰ ਜਿਉਂਦੇ ਨੂੰ ਹੀ ਰੂਹ ਦੇ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ। ਭਾਈ ਦਿਆਲਾ ਜੀ ਨੂੰ ਦੇਗ 'ਚ ਉਬਾਲ ਕੇ ਸ਼ਹੀਦ ਕੀਤਾ, ਪਰ ਦਿੱਲੀ ਦਾ ਕੋਈ ਵੀ ਨਹੀਂ ਬੋਲਿਆ ਵੀ ਜ਼ੁਲਮ ਨਾ ਕਰੋ। ਆਹ ਹਾਲ ਸੀ ਸਾਡਾ ਗੁਰੂ। ਅੱਜ ਕਿਸੇ ਨਾਲ ਜ਼ੁਲਮ ਹੋਵੇ, ਤੁਸੀਂ ਬੋਲਦੇ ਹੋ ਨਾ, ਆਵਾਜ਼ ਉਠਾਉਂਦੇ ਹੋ, ਧਰਨੇ ਲਾਉਂਦੇ ਹੋ, ਪਰ ਅੱਗੇ ਕੋਈ ਬੋਲਦਾ ਨਹੀਂ ਸੀ, ਡਰਦੇ ਸੀ ਲੋਕ ਗੁਰਮੁਖ। ਰਾਜੇ ਜੋ ਮਰਜ਼ੀ ਕਰੀ ਜਾਂਦੇ, ਲੋਕ ਇਹ ਚੁੱਪ ਕਰ ਜਾਂਦੇ ਸੀ ਵੀ ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ, ਵੀ ਜਿਹੜਾ ਖਾ ਲਾ ਪੀ ਲਾਂਗੇ ਉਹੀ ਆਪਣਾ, ਬਾਕੀ ਤਾਂ ਰਾਜੇ ਲੁੱਟ ਕੇ ਲੈ ਜਾਂਦੇ ਸੀ। ਕੋਈ ਵੀ ਨਾ ਬੋਲਿਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਫਿਰ ਲਾਸਟ ਦੇ ਉੱਤੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਬਿਠਾ ਕੇ ਸ਼ਹੀਦ ਕੀਤਾ, ਸੀਸ ਨਾਲੋਂ ਧੜ ਵੱਖ ਕੀਤਾ। ਭਾਈ ਜੈਤਾ ਜਿਹਨੂੰ ਮਾਣ ਮਿਲਿਆ ਰੰਗਰੇਟਾ ਗੁਰੂ ਕਾ ਬੇਟਾ, 14 ਸਾਲ ਦੀ ਉਮਰ ਸੀ ਸਾਰੀ ਉਸ ਵੇਲੇ, ਮੌਕਾ ਵਿਚਾਰ ਕੇ ਗੁਰੂ ਤੇਗ ਬਹਾਦਰ ਦਾ ਸੀਸ ਚੁੱਕ ਲਿਆ ਗੁਰੂ, ਕਿਉਂਕਿ ਜਦੋਂ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਨਾ, ਔਰੰਗਜ਼ੇਬ ਕਹਿੰਦਾ ਸੀ ਵੀ ਚਾਰ ਟੋਟੇ ਕਰਕੇ ਇਹਨਾਂ ਦੇ ਸਰੀਰ ਦੇ ਕਿਲੇ ਦੀਆਂ ਚੌਹਾਂ ਕੰਧਾਂ 'ਤੇ ਟੰਗ ਦਿਓ, ਗਲਣਗੇ ਸੜਨਗੇ, ਲੋਕ ਮੈਥੋਂ ਡਰਦੇ ਰਹਿਣਗੇ ਵੀ ਔਰੰਗਜ਼ੇਬ ਨਾਲ ਟੱਕਰ ਨਹੀਂ ਲੈਣੀ, ਡਰਾ ਪਾਉਣ ਵਾਸਤੇ। ਪਰ ਡਰਨਾ ਤਾਂ ਕੀ ਸੀ, ਭਾਈ ਜੈਤੇ ਨੇ ਸੋਚਿਆ ਵੀ ਮੈਂ ਗੁਰੂ ਪਿਤਾ ਦੇ ਸੀਸ ਦੀ ਬੇਅਦਬੀ ਨਹੀਂ ਹੋਣ ਦੇਣੀ। ਸਤ ਸੰਗਤ ਜੀ, ਸੀਸ ਚੁੱਕਿਆ ਭਾਈ ਜੈਤੇ ਨੇ ਤੇ ਬਿੰਗੇ ਟੇਢੇ ਰਸਤਿਆਂ ਥਾਣੀ ਹੁੰਦਾ ਹੋਇਆ ਦਿੱਲੀ ਤੋਂ ਆਨੰਦਪੁਰ ਸਾਹਿਬ ਪਹੁੰਚਿਆ। ਆਖੋ ਸਤਨਾਮ। ਚਾਰ ਥਾਂ ਰਸਤੇ ਵਿੱਚ ਵੀ ਪੜਾਅ ਕੀਤਾ, ਕੀਰਤਪੁਰ ਸਾਹਿਬ ਪਹੁੰਚ ਕੇ ਸੁਨੇਹਾ ਭੇਜਿਆ, ਇੱਥੋਂ ਫਿਰ ਗੁਰੂ ਪਰਿਵਾਰ ਪਾਲਕੀ ਵਿੱਚ ਰੱਖ ਕੇ ਗੁਰੂ ਤੇਗ ਬਹਾਦਰ ਦਾ ਸੀਸ ਲੈ ਕੇ ਗਿਆ। ਜਦੋਂ ਪਹੁੰਚੇ ਆਨੰਦਪੁਰ ਸਾਹਿਬ, ਉੱਥੇ ਜਾ ਕੇ ਗੁਰਮੁਖ ਪਿਆਰੇ ਉਹ ਸੀਸ ਦਾ ਸੰਸਕਾਰ ਕੀਤਾ ਤੇ ਨਾਲੇ ਫਿਰ ਭਾਈ ਜੈਤਾ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਛਾਤੀ ਨਾਲ ਲਾ ਕੇ ਪੁੱਛਿਆ ਸੀ, ਜੈਤਿਆ ਜਦੋਂ ਪਿਤਾ ਜੀ ਨੂੰ ਸ਼ਹੀਦ ਕੀਤਾ ਉੱਥੇ ਕੋਈ ਬੋਲਿਆ ਨਹੀਂ ਹੈ? ਭਾਈ ਜੈਤਾ ਕਹਿੰਦਾ ਸੱਚੇ ਪਾਤਸ਼ਾਹ ਕੋਈ ਵੀ ਨਹੀਂ ਬੋਲਿਆ, ਡਰ ਗਏ ਲੋਕ। ਮਹਾਰਾਜ ਕਹਿੰਦੇ ਕੋਈ ਸਿੱਖ ਹੈ ਨਹੀਂ ਸੀ? ਕਹਿੰਦਾ ਜੀ ਹੈਗੇ ਤਾਂ ਬਹੁਤ ਸੀ, ਤਕੜੇ ਤਕੜੇ ਅਮੀਰ, ਪੱਗਾਂ ਵੀ ਬਥੇਰੀਆਂ ਬੰਨੀਆਂ ਸੀ, ਬੜੇ ਲੋਕ ਸੀ, ਇਕੱਠ ਸਰਦਾਰਾਂ ਦਾ ਬੜਾ ਸੀ ਉੱਥੇ, ਪਰ ਬੋਲਿਆ ਨਹੀਂ ਕੋਈ।
ਔਰੰਗਜ਼ੇਬ ਕਹਿੰਦਾ ਸੀ ਕਿ ਗੁਰੂ ਪਿਤਾ ਦੇ ਸਰੀਰ ਦੇ ਚਾਰ ਟੋਟੇ ਕਰਕੇ ਕਿਲੇ 'ਤੇ ਟੰਗ ਦਿਓ, ਮੈਥੋਂ ਤਾਂ ਫਿਰ ਮਹਾਰਾਜ ਰਿਹਾ ਨਹੀਂ ਗਿਆ। ਮੈਂ ਸੋਚਿਆ ਵੀ ਗੁਰੂ ਦਾ ਸਰੀਰ ਚੁੱਕਾਂ, ਪਰ ਧੜ ਮੈਥੋਂ ਚੱਕੇ ਹੀ ਨਹੀਂ ਗਿਆ, ਕਿਉਂਕਿ 14 ਸਾਲ ਦੀ ਉਮਰ ਹੋਵੇ ਅਤੇ ਗੁਰੂ ਤੇਗ ਬਹਾਦਰ ਦਾ ਸਰੀਰ ਚੁੱਕਣਾ ਸੌਖਾ ਨਹੀਂ। ਬਾਕੀ ਤੁਹਾਨੂੰ ਪਤਾ ਹੈ, ਕੋਈ ਵੀ ਲੋਥ ਹੋਵੇ ਉਹਨੂੰ ਤਾਂ ਚਾਰ ਬੰਦੇ ਵੀ ਮਸਾਂ ਲਿਜਾਂਦੇ ਆ ਉਦੋਂ ਤਾਂ। ਆਹ ਜਿਹੜੇ ਆਪਾਂ ਭੱਜੇ ਫਿਰਦੇ ਹਾਂ ਨਾ, ਮੈਂ ਆਹ ਕੀਤਾ, ਮੈਂ ਉਹ ਕੀਤਾ, ਕਦੇ ਪੁੱਤਾਂ ਧੀਆਂ ਨੂੰ ਮੋਢਿਆਂ 'ਤੇ ਚੱਕ ਚੱਕ ਖਡਾਉਂਦੇ ਹਾਂ, ਕਮਾਈਆਂ ਕਰਦੇ ਹਾਂ, ਇਹ ਉਨਾ ਚਿਰ ਹੈ ਜਿੰਨਾ ਚਿਰ ਮਾਲਕ ਦੀ ਕਿਰਪਾ ਨਾਲ ਅੰਦਰ ਸਾਹ ਚੱਲਦੇ ਆ। ਗੁਰੂ ਪਵਨ ਗੁਰੂ ਪਾਣੀ ਪਿਤਾ, ਅੰਦਰ ਗੁਰੂ ਹੈ ਸਾਡੇ ਪਵਨ ਰੂਪੀ, ਇਹਦੇ ਕਰਕੇ ਭੱਜੇ ਫਿਰਦੇ ਆ। ਜਿਹਦੇ ਅੰਦਰੋਂ ਪਵਨ ਰੂਪੀ ਗੁਰੂ ਨਿਕਲ ਗਿਆ, ਉਹਦੇ ਤਾਂ ਨਿਭਾਉਣਗੇ ਵੀ ਹੋਰ। ਚਾਰ ਬੰਦੇ ਵੀ ਸ਼ਮਸ਼ਾਨ ਘਾਟ ਤੱਕ ਚੱਕ ਕੇ ਮਸਾਂ ਲਿਜਾਂਦੇ ਆ। ਭਾਈ ਜੈਤਾ ਲੈ ਕੇ ਸੀਸ ਗੁਰਾਂ ਦਾ ਜੈਤਾ ਤੁਰਿਆ ਦਿੱਲੀ ਤੋਂ, ਤੁਰਿਆ ਆਉਂਦਾ ਰਸਤੇ ਦੇ ਵਿੱਚ ਧਾਹਾਂ ਮਾਰਦਾ, ਲਾਇਆ ਜ਼ੋਰ ਬਥੇਰਾ, ਧੜ ਨਹੀਂ ਚੁੱਕਿਆ ਗਿਆ ਉਸ ਤੋਂ, ਲੈ ਕੇ ਸੀਸ ਤੁਰ ਪਿਆ ਉਹ ਸੱਚੀ ਸਰਕਾਰ ਦਾ। ਕਹਿੰਦਾ ਮਹਾਰਾਜ ਮੈਂ ਇਕੱਲਾ ਸੀਸ ਲੈ ਕੇ ਆਇਆ। 9 ਸਾਲ ਦੀ ਉਮਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਇਆ ਦੇ ਘਰ ਵਿੱਚ ਆਏ, ਨਾਲੇ ਤਾਂ ਭਾਈ ਜੈਤੇ ਨੂੰ ਛਾਤੀ ਨਾ ਲਾ ਲਿਆ, ਗਲਵੱਕੜੀ ਪਾ ਕੇ ਕਹਿੰਦੇ ਰੰਗਰੇਟਾ ਗੁਰੂ ਕਾ ਬੇਟਾ, ਅਸਲੀ ਸਪੁੱਤਰਾਂ ਵਾਲਾ ਕੰਮ ਜੈਤਿਆ ਤੈਂ ਕੀਤਾ, ਤੇ ਨਾਲੇ ਕਹਿੰਦੇ ਲੈ ਯਾਦ ਰੱਖੀ ਤੈਂ ਕਿਹਾ ਨਾ ਕਿ ਉੱਥੇ ਕੋਈ ਸਿੱਖ ਦਿਸਿਆ ਨਹੀਂ, ਸਮਾਂ ਆਏਗਾ ਆਪਾਂ ਖਾਲਸਾ ਸਾਜਾਂਗੇ, ਐਸਾ ਖਾਲਸਾ ਸਾਜਾਂਗੇ ਜਿਹੜਾ ਲੱਖਾਂ ਕਰੋੜਾਂ ਵਿੱਚੋਂ ਵੱਖਰਾ ਦਿਸਿਆ ਕਰੇਗਾ। ਅੱਜ ਵੇਖੋ ਜਿਹਦੇ ਗੁਰੂ ਕਾ ਬਾਣਾ ਪਾਇਆ ਹੋਵੇ ਨਾ, ਭਾਵੇਂ ਲੱਖਾਂ ਲੋਕ ਖਲੋਤੇ ਹੋਣ, ਉਹ ਵੱਖਰੇ ਹੀ ਦਿਸੂ, ਗੁਰੂ ਵੱਖਰੀ ਪਹਿਚਾਣ ਦਿੱਤੀ। ਉਹ ਸਮਾਂ ਵੀ ਆਇਆ ਸੀ ਮਹਾਰਾਜ ਨੇ ਜਿਹੜਾ ਬਚਨ ਭਾਈ ਜੈਤੇ ਨਾਲ ਕੀਤਾ ਸੀ ਨਾ, ਉਹ 1699 ਦੀ ਵਿਸਾਖੀ ਨੂੰ ਪੂਰਾ ਕੀਤਾ। ਕੀ ਭਲਾ ਜਿਹੜਾ ਲੱਖਾਂ ਵਿੱਚੋਂ ਦਿਸੇਗਾ ਨਿਆਰਾ, ਐਸਾ ਮੈਂ ਸਜਾਊਂ ਖਾਲਸਾ, ਜਿਹੜਾ ਲੱਖਾਂ ਵਿੱਚੋਂ ਦਿਸੇਗਾ ਨਿਆਰਾ, ਐਸਾ ਮੈਂ ਸਜਾਊਂ ਖਾਲਸਾ, ਲੱਖਾਂ ਵਿੱਚੋਂ ਦਿਸੇਗਾ ਨਿਆਰਾ, ਐਸਾ ਮੈਂ ਸਜਾਊਂ ਖਾਲਸਾ, ਜਿਹੜਾ ਲੱਖਾਂ ਵਿੱਚੋਂ ਦਿਸੇਗਾ ਨਿਆਰਾ, ਐਸਾ ਮੈਂ ਸਜਾਊਂ ਖਾਲਸਾ, ਜਿਹੜਾ ਲੱਖਾਂ ਵਿੱਚੋਂ ਦਿਸੇਗਾ ਨਿਆਰਾ, ਐਸਾ ਮੈਂ ਸਜਾਊਂ ਖਾਲਸਾ, ਜਿਹੜਾ ਲੱਖਾਂ ਵਿੱਚੋਂ ਦਿਸੇਗਾ ਨਿਆਰਾ, ਐਸਾ ਮੈਂ ਸਜਾਊਂ ਖਾਲਸਾ। ਰੰਗਰੇਟਾ ਗੁਰ ਕਾ ਬੇਟਾ, 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 ਰੰਗਰੇਟਾ ਗੁਰ ਕਾ ਬੇਟਾ,
ਨੇ ਤਾਂ ਉਹਨੂੰ ਮਾਣ ਦਿੱਤਾ ਰੰਗਰੇਟਾ ਗੁਰ ਕਾ ਬੇਟਾ। ਨਾਲੇ ਵਚਨ ਕੀਤਾ ਕਹਿੰਦੇ ਐਸਾ ਖਾਲਸਾ ਸਾਜਾਂਗੇ ਜਿਹੜਾ ਲੱਖਾਂ ਕਰੋੜਾਂ 'ਚੋਂ ਨਿਆਰਾ ਦਿਸਿਆ ਕਰੇਗਾ। ਪਾਠ ਹੋਇਆ, ਭੋਗ ਪਾਏ ਗਏ, ਲੱਖੀ ਸ਼ਾਹ ਬਣਜਾਰਾ ਅਨੰਦਪੁਰ ਸਾਹਿਬ ਆਇਆ ਅਤੇ ਆ ਕੇ ਮਹਾਰਾਜ ਨੂੰ ਮੱਥਾ ਟੇਕ ਕੇ ਧਾਹਾਂ ਮਾਰ ਮਾਰ ਕੇ ਰੋ ਪਿਆ। ਸਾਰੀ ਸੰਗਤ ਹੈਰਾਨ ਵੀ ਇਹ ਜਿਹੜਾ ਸਿੱਖ ਹੈ ਅੱਗੇ ਤਾਂ ਕਿਤੇ ਵੇਖਿਆ ਨਹੀਂ, ਕੌਣ ਹੋ ਸਕਦਾ। ਇਹ ਵਪਾਰੀ ਸੀ ਬਹੁਤ ਤਕੜਾ, ਸਰਕਾਰੀ ਠੇਕੇਦਾਰ, ਰੂੰ ਦੇ ਗੱਡੇ ਭਰ ਭਰ ਲਿਜਾਂਦਾ ਹੁੰਦਾ ਸੀ, ਕੱਚਾ ਮਾਲ ਖਰੀਦਣਾ, ਬਾਹਰ ਜਾ ਕੇ ਵੇਚਣਾ, ਉੱਥੋਂ ਫਿਰ ਕੱਪੜਾ ਤਿਆਰ ਕਰ ਕਰਕੇ ਅੱਗੇ ਵੇਚਣਾ ਗੁਰਮੁਖ। ਹੁਣ ਮਹਾਰਾਜ ਨੇ ਇਹਨੂੰ ਚੁੱਪ ਕਰਾਇਆ, ਰੋਂਦੇ ਨੂੰ ਵਿਰਾਇਆ। 9 ਸਾਲ ਦੀ ਉਮਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਾਲੇ ਤਾਂ ਸਿਰ 'ਤੇ ਹੱਥ ਧਰਿਆ, ਥਾਪੜਾ ਦਿੱਤਾ, ਧਰਵਾਸਾ ਦਿੱਤਾ, ਕਹਿੰਦੇ ਰੋ ਨਾ, ਗੁਰੂ ਤੇਗ ਬਹਾਦਰ ਦਾ ਹੁਕਮ ਹੈ, ਚਿੰਤਾ ਤਾਂ ਕੀ ਕੀਜੀ ਹੈ ਜੋ ਅਣਹੋਣੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਰਾਮ ਗਇਓ, ਰਾਵਣ ਗਇਓ, ਜਾ ਕਹੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉਂ ਸੰਸਾਰ। ਇੱਥੇ ਕਿਸੇ ਨੇ ਵੀ ਰਹਿਣਾ, ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਕਹਿੰਦੇ ਤਾਂ ਜਿਵੇਂ ਪਾਣੀ ਤੇ ਬੁਲਬਲੇ ਪੈਦਾ ਹੁੰਦੇ ਹੈ, ਅਈ ਆਪਾਂ ਉਹਨੂੰ ਚੁੱਪ ਕਰਾ ਤਾ। ਫਿਰ ਪੁੱਛਿਆ ਵੀ ਦੱਸ ਕੌਣ ਹੈ, ਤੂੰ ਕਿੱਥੋਂ ਆਇਆ। ਫਿਰ ਉਹਨੇ ਦੱਸਿਆ ਸੀ, ਕਹਿੰਦਾ ਜੀ ਮੈਂ ਦਿੱਲੀ ਤੋਂ ਆਇਆ। ਉਦੋਂ ਇਸੇ ਦਾ ਨਾਂ ਹਸਤਨਾਪੁਰ ਸੀ, ਦਿੱਲੀ ਬਾਅਦ 'ਚ ਪਿਆ। ਗੁਰੂ ਕਹਿੰਦਾ ਜੀ ਮੈਂ ਦਿੱਲੀ ਤੋਂ ਆਇਆ, ਔਰੰਗਜ਼ੇਬ ਨੇ ਬੜਾ ਅਤਿਆਚਾਰ ਕੀਤਾ, ਸਭ ਦੇ ਸਾਹਮਣੇ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਂਕ ਵਿੱਚ ਬਿਠਾ ਕੇ ਕਤਲ ਕੀਤਾ, ਸ਼ਹੀਦ ਕੀਤਾ। ਅਤੇ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ, ਮੈਂ ਰੂੰ ਦੇ ਗੱਡੇ ਭਰ ਕੇ 100-150 ਉੱਧਰ ਨੂੰ ਤੋਰਤਾ ਜਿੱਧਰ ਗੁਰੂ ਜੀ ਨੂੰ ਸ਼ਹੀਦ ਕੀਤਾ ਸੀ। ਇੱਕ ਗੱਡੇ ਵਾਲੇ ਨੂੰ ਗੱਲ ਸਮਝਾਈ ਹੋਈ ਸੀ, ਅਸੀਂ ਜਿਵੇਂ ਬਿਉਂਤ ਬਣਾਈ ਸੀ ਉਹਦੇ ਮੁਤਾਬਕ ਇੱਕ ਗੱਡੇ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦੀ ਧੜ ਲੁਕੋ ਲਈ। ਕਹਿੰਦੇ ਸੀਸ ਤਾਂ ਨਹੀਂ ਸਾਨੂੰ ਲੱਭਿਆ, ਇਹ ਲੱਖੀ ਸ਼ਾਹ ਬਣਜਾਰੇ ਦੇ ਬੋਲ ਹੈ। ਕਹਿੰਦਾ ਸੀਸ ਤਾਂ ਨਹੀਂ ਸਾਨੂੰ ਲੱਭਿਆ, ਅਸੀਂ ਇਕੱਲੀ ਧੜ ਚੱਕ ਕੇ ਬਾਕੀ ਗੱਡੇ ਤਾਂ ਹੋਰ ਪਾਸੇ ਤੋਰ ਤੇ, ਇੱਕ ਗੱਡਾ ਜਿਹਦੇ 'ਚ ਮਹਾਰਾਜ ਦਾ ਸਰੀਰ ਸੀ ਉਹ ਗਲੀਆਂ ਵਿੱਚੋਂ ਦੀ ਲੁਕੋ ਲੁਕੋ ਕੇ ਆਪਣੇ ਘਰ ਲਿਆਂਦਾ ਬੋਚ ਬਚਾ ਕੇ। ਇੰਨੇ ਨੂੰ ਜਦੋਂ ਪਹਿਰੇਦਾਰਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਦਾ ਧੜ ਗਾਇਬ ਹੋ ਗਿਆ, ਉਹਨਾਂ ਨੇ ਸਾਡੇ ਸਾਰੇ ਗੱਡੇ ਘੇਰ ਲਏ, ਇਕੱਲੇ ਇਕੱਲੇ ਦੀ ਤਲਾਸੀ ਕਰਦੇ ਸੀ। ਉਹਨੇ ਚਿਰ ਵਿੱਚ ਅਸੀਂ ਘਰੇ ਲਿਆ ਕੇ ਮਹਾਰਾਜ ਦੇ ਧੜ ਨੂੰ, ਘਰ ਦਾ ਜਿੰਨਾ ਵੀ ਸਾਜੋ ਸਮਾਨ ਸੀ ਲੱਕੜ ਦਾ ਇਕੱਠਾ ਕਰਕੇ
ਗੁਰੂ ਜੀ ਦੇ ਧੜ ਦਾ ਸੰਸਕਾਰ ਕੀਤਾ, ਆਪਣੇ ਘਰ ਨੂੰ ਹੀ ਅੱਗ ਲਾ ਕੇ ਆਖੋ ਸਤਨਾਮ। ਵਾਹਿਗੁਰੂ। ਪਿਆਰਿਓ, ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਐਸਾ ਕੋਈ ਨਾ ਜਨਮਿਓ, ਆਪਣੇ ਘਰ ਲਾਵੈ ਆਗ, ਪੰਚੋ ਲਰਕਾ ਜਾਰ ਕਹਿ ਰਹਿ ਰਾਮ ਲਿਵ ਲਾਗ। ਕਹਿੰਦੇ ਕੋਈ ਇਹੋ ਜਿਹਾ ਜਨਮਿਆ, ਪਰ ਆਪਣੇ ਸਿੱਖ ਧਰਮ ਵਿੱਚ ਉਹ ਵੀ ਹੋ ਗਿਆ। ਪੰਜ ਕਿਹੜੇ ਨੇ? ਕਾਮ ਕ੍ਰੋਧ ਲੋਭ ਮੋਹ ਹੰਕਾਰ। ਘਰਾਂ ਦਾ ਸਾਨੂੰ ਮੋਹ ਹੈ ਨਾ, ਲਾਲਚ ਵੀ ਹੁੰਦਾ ਵੀ ਆਹ ਵੀ ਬਣਾ ਲਈਏ, ਆਹ ਵੀ ਬਣਾ ਲਈਏ, ਆਹ ਵੀ ਬਣਾ ਲਈਏ। ਘਰਾਂ ਵਿੱਚ ਹੀ ਕਾਮ ਵਾਸ਼ਨਾ ਕਰਕੇ ਧੀਆਂ ਪੁੱਤ ਪੈਦਾ ਹੁੰਦੇ ਨੇ। ਇਹ ਪੰਜਾਂ ਨੂੰ ਹੀ ਲੱਖੀ ਸ਼ਾਹ ਬਣ ਜਾ ਰਹੇ ਨੇ ਇੱਥੇ ਮਾਰਤਾ ਗੁਰੂ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਾਰ ਕੇ ਆਪਣੀ ਹੋਮੈ ਨੂੰ ਵੀ ਮਾਰਿਆ ਵੀ ਇਹ ਮੇਰਾ ਘਰ ਹੈ। ਕਹਿੰਦੇ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਘਰ 'ਚ ਹੀ ਸਮਾਨ ਇਕੱਠਾ ਕਰਕੇ ਗੁਰਮੁਖੋ ਗੁਰੂ ਜੀ ਦੇ ਸੀਸ ਦਾ ਸੰਸਕਾਰ ਕੀਤਾ ਅਤੇ ਬਾਅਦ 'ਚ ਆਪ ਹੀ ਬਾਹਰ ਨਿਕਲ ਕੇ ਰੌਲਾ ਪਾਤਾ, ਲੋਗੋ ਘਰ ਨੂੰ ਅੱਗ ਲੱਗ ਗਈ, ਘਰ ਨੂੰ ਅੱਗ ਲੱਗ ਗਈ। ਕਹਿੰਦਾ ਮੈਨੂੰ ਕੋਈ ਦੁੱਖ ਨਹੀਂ, ਮੇਰਾ ਘਰ ਸੜ ਗਿਆ, ਪਰ ਦੁੱਖ ਇਸ ਗੱਲ ਦਾ ਦਿੱਲੀ ਦੇ ਵਿੱਚ ਜ਼ਾਲਮ ਨੇ ਇੰਨਾ ਜ਼ੁਲਮ ਕੀਤਾ। ਮਹਾਰਾਜ ਮੈਨੂੰ ਹੁਣ ਉੱਥੇ ਰਹਿਣਾ ਨਹੀਂ ਚਾਹੁੰਦਾ, ਮੈਨੂੰ ਆਪਣਾ ਬਣਾ ਲਓ। ਸਤਿਗੁਰੂ ਮਹਾਰਾਜ ਨੇ ਬੜਾ ਪਿਆਰ ਕੀਤਾ, ਕਹਿੰਦੇ ਲੱਖੀ ਸ਼ਾਹ ਬਣ ਜਾ ਰਹੇ, ਫਿਕਰ ਨਾ ਕਰ, ਸੀਸ ਸਾਡੇ ਕੋਲ ਪਹਿਲਾਂ ਹੀ ਆ ਚੁੱਕੇ ਹੈ। ਫਿਰ ਮਹਾਰਾਜ ਬਾਲ ਗੋਬਿੰਦ ਰਾਏ ਨੇ ਸਾਰੀ ਸੰਗਤ ਨੂੰ ਦਿਲਾਸਾ ਦਿੱਤਾ, ਚੁੱਪ ਕਰਾਇਆ, ਅਤੇ ਜਿੱਥੇ ਲੱਖੀ ਸ਼ਾਹ ਬਣ ਜਾ ਰਹੇ ਨੇ, ਗੁਰੂ ਤੇਗ ਬਹਾਦਰ ਦਾ ਧੜ ਸੰਸਕਾਰਿਆ ਸੀ, ਉੱਥੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਬਣਿਆ। ਆਖੋ ਸਤਨਾਮ। ਅਤੇ ਜਿੱਥੇ ਆਨੰਦਪੁਰ ਸਾਹਿਬ ਵਿੱਚ ਸੀਸ ਦਾ ਸੰਸਕਾਰ ਹੋਇਆ, ਉੱਥੇ ਗੁਰਦੁਆਰਾ ਸੀਸਗੰਜ ਸਾਹਿਬ ਹੈ। ਜਦੋਂ ਜਾਂਦੇ ਹੋ ਨਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਉਦੋਂ ਜ਼ਰੂਰ ਇਸ ਜਗ੍ਹਾ ਦੇ ਦਰਸ਼ਨ ਕਰਕੇ ਆਇਓ, ਨਾਲ ਹੀ ਆ ਜਾਂਦਿਆਂ ਨੂੰ ਖੱਬੇ ਹੱਥ ਗੁਰਮੁਖ। ਅਤੇ ਜਿੱਥੇ ਮੇਰੇ ਸਤਿਗੁਰ ਦਾ ਧੜ ਨਾਲ ਉਹ ਸੀਸ ਵੱਖਰਾ ਕੀਤਾ ਸੀ, ਆਪਾਂ ਕਹਿੰਦੇ ਹਾਂ ਸ਼ਹੀਦ ਕੀਤੇ, ਔਰੰਗਜ਼ੇਬ ਕਹਿੰਦਾ ਸੀ ਕਤਲ ਕਰ ਦਿਓ, ਉੱਥੇ ਵੀ ਦਿੱਲੀ ਦੇ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ ਬਣਿਆ। ਅਤੇ ਜਿੱਥੇ ਜਿੱਥੇ ਭਾਈ ਜੈਤੇ ਨੇ ਸੀਸ ਲੈ ਕੇ ਆਉਂਦਿਆਂ ਹੋਇਆਂ ਚਾਰ ਥਾਂ ਪੜਾਅ ਕੀਤੇ, ਉੱਥੇ ਵੀ ਗੁਰਦੁਆਰਾ ਸੀਸਗੰਜ ਸਾਹਿਬ ਹੀ ਬਣਿਆ। ਇਸ ਤਰ੍ਹਾਂ ਭਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪਿਤਾ ਨੂੰ ਸ਼ਹੀਦ ਕਰਾਉਂਦੇ ਨੇ, ਫਿਰ ਆਨੰਦਪੁਰ ਸਾਹਿਬ ਦੀ ਸੰਭਾਲ ਕੀਤੀ, ਕਿਲੇ ਬਣਵਾਉਣੇ ਸ਼ੁਰੂ ਕੀਤੇ। ਮੇਰੇ ਮਾਲਕ ਨੇ ਕਿਹਾ ਕਿ ਇਹ ਰਾਜੇ ਜ਼ੁਲਮ ਕਰਦੇ ਨੇ, ਸਿੱਖੋ ਜ਼ੁਲਮ ਕਰਨਾ ਪਾਪ ਹੈ ਅਤੇ ਜ਼ੁਲਮ ਸਹਿਣਾ ਵੀ ਇੱਕ ਮਹਾਂਪਾਪ ਹੈ, ਡਰੋ ਨਾ, ਫੌਜਾਂ ਕਰੋ ਇਕੱਠੀਆਂ, ਆਪਾਂ ਇਹਨਾਂ ਦਾ ਮੁਕਾਬਲਾ ਕਰਾਂਗੇ। ਇੱਧਰ ਤਾਂ ਜੰਗਾਂ ਯੁੱਧਾਂ ਦੀ ਤਿਆਰੀ ਸ਼ੁਰੂ ਹੋਈ ਅਤੇ ਇੱਕ ਰਾਜਾ ਜਿਹਦਾ ਨਾਮ ਸੀ ਰਾਜਾ ਰਤਨ ਰਾਏ, ਉਹਦੇ ਵੱਲੋਂ ਸੁਨੇਹਾ ਆਇਆ ਆਸਾਮ ਵੱਲੋਂ, ਤ੍ਰਿਪੁਰਾ ਪੈਂਦਾ ਉੱਥੇ, ਆਸਾਮ ਵੱਲੋਂ ਰਾਜਾ ਰਤਨ ਰਾਏ ਸੇਵਕ ਨੇ ਆ ਕੇ ਦੱਸਿਆ, ਮਹਾਰਾਜ ਰਾਜਾ ਰਤਨ ਰਾਏ ਤੁਹਾਨੂੰ ਮਿਲਣਾ ਚਾਹੁੰਦਾ, ਆਸਾਮ ਤੋਂ ਆਏ।
ਗੁਰੂ ਗੋਬਿੰਦ ਸਿੰਘ ਮਹਾਰਾਜ ਬਸ 10-11 ਸਾਲ ਦੀ ਉਮਰ ਸੀ ਉਸ ਵੇਲੇ ਸਾਰੀ। ਕਹਿੰਦੇ ਕੋਈ ਨਹੀਂ ਆਉਣ ਦਿਓ, ਮਹਿਮਾਨ ਖਾਨੇ ਵਿੱਚ ਨਿਵਾਸ ਕਰਾਉਣਾ। ਇਹਦੇ ਵਾਸਤੇ ਫਿਰ ਵੱਖਰਾ ਇੱਕ ਮਹਿਮਾਨ ਖਾਨਾ ਬਣਾਇਆ ਕਿ ਉਹ ਰਾਜਾ ਆਇਆ ਸੀ। ਤੇ ਗੁਰੂ ਪਿਆਰੇ ਉਹ ਰਾਜੇ ਰਤਨ ਰਾਏ ਨੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਨਮਸਕਾਰ ਕੀਤੀ। ਜਦੋਂ ਸੋਭਾ ਦੇਖੀ, ਗੁਰੂ ਦਰਬਾਰ ਸੰਗਤਾਂ ਸਹਾਉਂਦੀਆਂ, ਪ੍ਰੇਮ ਰੰਗ ਰਤੀਆਂ ਸ਼ਬਦ ਗਾਉਂਦੀਆਂ, ਗੂੰਜਦੀ ਏ ਧੁਨੀ ਸਤ ਕਰਤਾਰ ਦੀ, ਕਰਾਂ ਕੀ ਸਿਫਤ ਗੁਰੂ ਦਰਬਾਰ ਦੀ। ਲਓ ਸਾਰੀ ਸੰਗਤ ਬੋਲਿਓ, ਕਰਾਂ ਕੀ ਸਿਫਤ ਗੁਰੂ ਦਰਬਾਰ ਦੀ, ਕਰਾਂ ਕੀ ਸਿਫਤ ਗੁਰੂ ਦਰਬਾਰ ਦੀ, ਸਿਫਤ ਗੁਰੂ ਦਰਬਾਰ ਦੀ, ਕਰਾਂ ਕੀ ਸਿਫਤ ਗੁਰੂ ਦਰਬਾਰ ਦੀ, ਕਰਾਂ ਕੀ ਸਿਫਤ ਗੁਰੂ ਦਰਬਾਰ ਦੀ, ਕਰਾਂ ਕੀ ਸਿਫਤ ਗੁਰੂ ਦਰਬਾਰ ਦੀ। ਗੂੰਜਦੀ ਏ ਧੁਨੀ ਸਤ ਕਰਤਾਰ ਦੀ, ਗੂੰਜਦੀ ਏ ਧੁਨੀ ਸਤ ਕਰਤਾਰ ਦੀ, ਕਰਾਂ ਕੀ ਸਿਫਤ ਗੁਰੂ ਦਰਬਾਰ 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 ਦੀ। ਉੱਚੇ ਆਸਣ ਤੇ ਬਾਲ ਗੋਬਿੰਦ ਰਾਏ ਬਿਰਾਜਮਾਨ, ਤੇ ਦੋ ਸਿੱਖ ਇੱਕ ਇੱਧਰੋਂ ਚੌਰ ਕਰੇ, ਇੱਕ ਇੱਧਰੋਂ ਚੌਰ ਕਰੇ, ਜਿਵੇਂ ਫੁੱਲ ਦੇ ਉੱਤੇ ਦੋ ਭੌਰ ਕਲੋਲਾਂ ਕਰਦੇ ਹੋਣ। ਦਗ ਦਗ ਕਰਦਾ ਚਿਹਰਾ ਸੀਸ ਤੇ ਕਲੰਗੀ, ਜਦੋਂ ਮਹਾਰਾਜ ਦਾ ਦਰਬਾਰ ਦੇਖਿਆ, ਰਾਜੇ ਰਤਨ ਰਾਏ ਨੇ ਆ ਕੇ ਮੱਥਾ ਟੇਕਿਆ। ਸਤਿਗੁਰੂ ਜੀ ਨੇ ਵੀ ਇਹਨੂੰ ਬੜਾ ਸਤਿਕਾਰ ਦਿੱਤਾ, ਪਿਆਰ ਦਿੱਤਾ। ਇਹਨੇ ਫਿਰ ਆਪਣੇ ਵੱਲੋਂ ਇੱਕ ਤਾਂ ਪੰਚਕਲਾ ਸ਼ਸਤਰ ਭੇਟਾ ਕੀਤਾ, ਇਹੋ ਜਿਹਾ ਸ਼ਸਤਰ ਬਣਾਇਆ ਸੀ ਜਿਹਦੇ ਬਟਨ ਲੱਗੇ ਹੋਏ ਸੀ। ਪਹਿਲਾ ਬਟਨ ਦੱਬੋ ਤੇ ਉਹ ਕਿਰਚ ਬਣ ਜਾਂਦਾ ਸੀ, ਦੂਜਾ ਬਟਨ ਦੱਬੋ ਪਿਸਤੌਲ ਬਣ ਜਾਂਦਾ ਸੀ। ਇਸ ਤਰ੍ਹਾਂ ਪੰਜ ਹਥਿਆਰ ਨਿਕਲਦੇ ਸੀ ਵਿੱਚੋਂ, ਉਹਨੂੰ ਪੰਚਕਲਾ ਸ਼ਸਤਰ ਆਖਿਆ। ਇੱਕ ਬਹੁਤ ਸੋਹਣਾ ਹਾਥੀ, ਮਧਰਾ ਜਿਹਾ ਕੱਦ, ਬੜਾ ਸੋਹਣਾ ਰੰਗ, ਭੂਰਾ ਜਿਹਾ ਕਾਲਾ, ਕਾਲਾ ਭੂਰਾ ਰੰਗ, ਤੇ ਮੱਥੇ ਦੇ ਉੱਤੇ ਨਾ ਗੋਲ ਰੋਟੀ ਵਰਗਾ ਚਿੱਟਾ ਨਿਸ਼ਾਨ, ਤੇ ਉੱਥੋਂ ਦੋ ਧਾਰੀਆਂ ਨਿਕਲ ਕੇ ਪਿੱਛੇ ਨੂੰ ਪੂਛ ਤੱਕ ਜਾਂਦੀਆਂ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਹਾਥੀ ਵੀ ਰਾਜੇ ਨੇ, ਰਤਨ ਰਾਏ ਨੇ ਭੇਂਟ ਕੀਤਾ, ਤੇ ਹਾਥੀ ਵਿੱਚ ਗੁਣ ਐਸਾ, ਪਹਿਲਾਂ ਤਾਂ ਆ ਕੇ ਉਹਨੇ ਇਸ਼ਾਰਾ ਪਾ ਕੇ ਨਾ ਮਹਾਵਤ ਦਾ ਗੁਰੂ ਜੀ ਨੂੰ ਮੱਥਾ ਟੇਕਿਆ ਦਰਬਾਰ ਵਿੱਚ। ਫਿਰ ਮਹਾਵਤ ਨੇ, ਮਹਾਵਤ ਕਹਿੰਦੇ ਆ ਹਾਥੀ ਨੂੰ ਚਲਾਉਣ ਵਾਲਾ ਜਿਹੜਾ ਹੁੰਦਾ, ਇਸ਼ਾਰਾ ਕੀਤਾ ਤੇ ਆਪਣੇ ਸੁੰਡ ਨਾਲ ਸੁਰਾਹੀ ਚੱਕੀ, ਪਿੱਤਲ ਦੀ ਸੁਰਾਹੀ ਵਿੱਚ ਪਾਣੀ ਭਰਿਆ ਹੋਇਆ। ਗੁਰੂ ਜੀ ਨੂੰ ਕਹਿੰਦੇ ਜੀ ਚਰਨ ਅੱਗੇ ਕਰੋ, ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਰਨ ਅੱਗੇ ਕੀਤੇ, ਹਾਥੀ ਨੇ ਸੁਰਾਹੀ ਨਾਲ ਐਂ ਪਾਣੀ ਪਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨ ਧੋਤੇ ਗੁਰਮੁਖ।
ਫਿਰ ਤੌਲੀਏ ਨਾ ਚਰਨ ਪੂੰਝੇ। ਮਹਾਰਾਜ ਆਸਣ ਤੇ ਚੌਕੜਾ ਲਾ ਕੇ ਬਹਿ ਗਏ, ਸੇਵਕ ਕੋਲੋਂ ਫੜ ਕੇ ਨਾ ਸੁੰਡ ਨਾਲ ਚੌਰ ਵੀ ਕੀਤਾ ਹਾਥੀ ਨੇ। ਇਹ ਗੁਣ ਸੀ ਮਹਾਰਾਜ ਨੇ ਉਹਦਾ ਨਾਮ ਰੱਖਿਆ ਸੀ ਪ੍ਰਸ਼ਾਦੀ ਹਾਥੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੜੀ ਸੋਹਣੀ ਚਾਂਦਨੀ ਤੇ ਗੁਰਮੁਖ ਪਿਆਰਿਓ ਇੱਕ ਚੰਦਨ ਦੀ ਚੌਂਕੀ ਭੇਟਾ ਕੀਤੀ। ਮਹਾਰਾਜ ਕਹਿੰਦੇ ਰਾਜਾ ਜੀ ਚੌਂਕੀ ਬੜੀ ਸੋਹਣੀ ਹੈ, ਲੱਕੜ ਤਾਂ ਚੰਦਨ ਦੀ ਹੈ, ਸੋਹਣੀ ਮਹਿਕਾਂ ਆਉਂਦੀਆਂ, ਕੋਈ ਗੁਣ ਵੀ ਹੈਗਾ। ਰਾਜਾ ਰਤਨ ਰਾਜ ਕਹਿੰਦਾ ਹਾਂ, ਇੱਕ ਬਟਨ ਸੀ ਸਾਈਡ 'ਤੇ, ਜਦੋਂ ਉਹਨੂੰ ਐਂ ਦੱਬਿਆ ਨਾ ਗੁਰਮੁਖੋ, ਵਿੱਚੋਂ ਪੁਤਲੀਆਂ ਨਿਕਲੀਆਂ ਚੌਂਕੀ ਦੇ, ਚੌਸਰ ਖੇਡਣ ਲੱਗ ਗਈਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਭੇਟਾਵਾਂ ਦੇਖ ਕੇ ਸੰਗਤ ਬੜੀ ਖੁਸ਼ ਹੋਈ ਅਤੇ ਸੰਗਤਾਂ ਨੇ ਕਿਹਾ, ਧੰਨ ਹੋ ਰਾਜਾ ਜੀ, ਬੜੀਆਂ ਕੀਮਤੀ ਵਸਤਾਂ ਗੁਰੂ ਜੀ ਨੂੰ ਭੇਟਾ ਕੀਤੀਆਂ, ਮਾਇਆ ਵਸਤਰ ਲੰਗਰਾਂ ਵਾਸਤੇ, ਰਸਤਾਂ ਵਸਤਾਂ। ਅਤੇ ਰਾਜਾ ਰਤਨ ਰਾਏ ਹੱਥ ਬੰਨ ਕੇ ਕਹਿੰਦਾ, ਮੈਨੂੰ ਨਾ ਧੰਨਵਾਦ ਕਹੋ, ਮੇਰਾ ਸ਼ੁਕਰ ਨਾ ਕਰੋ, ਸ਼ੁਕਰ ਹੈ ਗੁਰੂ ਨਾਨਕ ਦੇ ਘਰ ਦਾ, ਇਹ ਵਸਤਾਂ ਤਾਂ ਹੀ ਸੋਭਾ ਪਾਉਂਦੀਆਂ ਜੇ ਅਸੀਂ ਖੁਦ ਹੈਗੇ ਹਾਂ। ਅਤੇ ਮੈਂ ਤਾਂ ਰਾਜਾ, ਮੇਰੇ 'ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਿਤਾ ਗੁਰੂ ਤੇਗ ਬਹਾਦਰ ਦੀ ਬਖਸ਼ਿਸ਼ ਹੋਈ ਵੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਇਹਨੇ ਭਰੇ ਦਰਬਾਰ ਵਿੱਚ ਆਪਣੀ ਕਥਾ ਸੁਣਾਈ ਸੀ ਗੁਰਮੁਖ। ਪਤਾ ਮਹਾਰਾਜ ਕਹਿੰਦੇ, ਰਾਜਾ ਜੀ ਸੰਗਤਾਂ ਨੂੰ ਵੀ ਦੱਸੋ, ਇਹ ਸੁਣਨਾ ਚਾਹੁੰਦੀਆਂ ਤੁਹਾਡੇ 'ਤੇ ਗੁਰੂ ਤੇਗ ਬਹਾਦਰ ਦੀ ਕਿਵੇਂ ਬਖਸ਼ਿਸ਼ ਹੋਈ। ਫਿਰ ਉਹਨੇ ਦੱਸਿਆ ਸੀ, ਕਹਿੰਦਾ ਪਤਾ ਮੈਨੂੰ ਵੀ ਨਹੀਂ ਸੀ, ਮੈਂ ਤਾਂ ਇੱਕ ਦਿਨ ਸ਼ੀਸ਼ੇ ਮੂਹਰੇ ਖੜ ਕੇ ਆਪਣੇ ਵਾਲ ਠੀਕ ਕਰਦਾ ਸੀ, ਸਿਰ ਦੇ ਵਾਲ, ਅਤੇ ਸ਼ੀਸ਼ੇ ਵਿੱਚ ਮੈਨੂੰ ਦੱਸਿਆ ਮੇਰੇ ਮੱਥੇ ਦੇ ਉੱਤੇ ਇੱਕ ਨਿਸ਼ਾਨ, ਅਤੇ ਉਸ ਨਿਸ਼ਾਨ ਦੇ ਉੱਤੇ ਕੁਛ ਅੱਖਰ ਲਿਖੇ ਹੋਏ, ਅਤੇ ਮੈਂ ਆਪਣੀ ਰਾਣੀ ਮਾਂ ਨੂੰ ਪੁੱਛਿਆ, ਸਵਰਨਮਤੀ ਨਾਂ ਸੀ ਰਾਣੀ ਦਾ, ਰਾਜੇ ਰਤਨ ਰਾਏ ਦੀ ਮਾਂ ਸੀ ਸਵਰਨਮਤੀ। ਕਹਿੰਦਾ ਮੈਂ ਆਪਣੀ ਮਾਂ ਨੂੰ ਪੁੱਛਿਆ ਵੀ ਮਾਂ ਆਹ ਕੀ ਨਿਸ਼ਾਨ ਹੈ, ਕੀ ਗੱਲ, ਮੇਰੇ ਕੋਈ ਸੱਟ ਲੱਗ ਗਈ ਸੀ ਜਾਂ ਇਹ ਨਿਸ਼ਾਨ ਕਾਹਦਾ ਮੱਥੇ 'ਤੇ? ਮੇਰੀ ਰਾਣੀ ਮਾਂ ਨੇ ਦੱਸਿਆ ਸੀ, ਬੇਟਾ ਸੱਟ ਨਹੀਂ ਲੱਗੀ, ਇਹ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦੀ ਬਖਸ਼ਿਸ਼ ਦੀ ਨਿਸ਼ਾਨੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਾਜਾ ਰਤਨ ਰਾਏ ਕਹਿੰਦਾ ਫਿਰ ਮੈਂ ਮਾਂ ਨੂੰ ਪੁੱਛਿਆ ਵੀ ਮਾਂ ਕਿਵੇਂ? ਫਿਰ ਰਾਣੀ ਨੇ ਦੱਸਿਆ ਕਿ ਅਸਾਮ ਵਿੱਚ ਮੁਗਲ ਸਾਮਰਾਟ ਦੇ ਨਾਲ ਰਾਜਾ ਰਾਮ ਸਿਉਂ ਦਾ ਰੌਲਾ ਸੀ। ਰਾਜਾ ਰਾਮ ਸਿਉਂ ਨੇ ਬੇਨਤੀ ਕੀਤੀ ਸੀ ਗੁਰੂ ਤੇਗ ਬਹਾਦਰ ਜੀ ਨੂੰ, ਮਹਾਰਾਜ ਔਰੰਗਜ਼ੇਬ ਨੇ ਹੁਕਮ ਦੇ ਕੇ ਮੈਨੂੰ ਅਸਾਮ ਵੱਲ ਭੇਜਤਾ ਉੱਧਰ ਕਬਜ਼ਾ ਕਰਨ ਵਾਸਤੇ, ਉੱਧਰ ਨੇ ਲੋਕ ਜਾਦੂਗਰ, ਮੈਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਗੁਰੂ ਤੇਗ ਬਹਾਦਰ ਮਹਾਰਾਜ ਉਹਦੀ ਰੱਖਿਆ ਵਾਸਤੇ ਨਾਲ ਆਏ ਸੀ, ਇੱਥੇ ਆ ਕੇ ਰਾਜਿਆਂ ਦੀ ਸੁਲਾਹ ਕਰਾਈ ਜਿੱਥੇ ਗੁਰਦੁਆਰਾ ਧੋਬੜੀ ਸਾਹਿਬ ਬਣਿਆ, ਰਾਜਿਆਂ ਦੀ ਸੁਲਾਹ ਕਰਾਤੀ,
ਅਤੇ ਉੱਧਰੋਂ ਸੁਨੇਹਾ ਮਿਲਿਆ ਸੀ ਕਿ ਤੁਹਾਡੇ ਘਰ ਵਿੱਚ ਸਾਹਿਬਜ਼ਾਦੇ ਦਾ ਜਨਮ ਹੋਇਆ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜਨਮੇ ਸੀ ਨਾ, ਇਹ ਸੁਨੇਹਾ ਅਸਾਮ 'ਚ ਮਿਲਿਆ ਸੀ ਜਾ ਕੇ। ਗੁਰੂ ਤੇਗ ਬਹਾਦਰ ਮਹਾਰਾਜ ਨੇ ਬਹੁਤ ਖੁਸ਼ੀ ਮਨਾਈ, ਪੁੰਨ ਦਾਨ ਕੀਤਾ, ਕਥਾ ਕੀਰਤਨ ਚੱਲਿਆ, ਲੰਗਰ ਚੱਲੇ। ਉਦੋਂ ਫਿਰ ਰਾਣੀ ਸਵਰਨਮਤੀ ਨੇ ਦੱਸਿਆ ਸੀ, ਕਹਿੰਦੀ ਮੈਂ ਰੋ ਪੀ। ਕਈ ਵਾਰੀ ਆਪ ਨੂੰ ਦੁੱਖ ਹੋਵੇ ਨਾ, ਅਤੇ ਦੂਜੇ ਦੀ ਖੁਸ਼ੀ ਵਿੱਚ ਆਪ ਦਾ ਦੁੱਖ ਜ਼ਰੂਰ ਯਾਦ ਆਉਂਦਾ। ਆਖੋ ਸਤਨਾਮ। ਕਿਸੇ ਦੇ ਪੁੱਤ ਦਾ ਵਿਆਹ ਹੋਵੇ, ਰੱਬ ਨਾ ਕਰੇ ਆਪਣੇ ਨਾ ਹੋਵੇ, ਤਾਂ ਦੂਜੇ ਦਾ ਵਿਆਹ ਦੇਖ ਕੇ ਮਾਈ ਦੇ ਮਨ 'ਚ ਕਿਤੇ ਨਾ ਕਿਤੇ ਤਾਂ ਆਉਂਦਾ ਹੀ ਆ ਵੀ ਮੇਰਾ ਵੀ ਹੁੰਦਾ, ਮੈਂ ਵੀ ਖੁਸ਼ੀ ਮਨਾਉਂਦੀ। ਆਉਂਦਾ ਗੁਰਮੁਖ। ਰਾਣੀ ਸਵਰਨਮਤੀ ਕਹਿੰਦੀ ਪੁੱਤਰਾ ਮੈਂ ਰੋ ਪੀ। ਗੁਰੂ ਤੇਗ ਬਹਾਦਰ ਕਹਿੰਦੇ ਰੋਂਦੀ ਕਿਉਂ ਆ ਰਾਣੀਏ, ਇਹ ਗੁਰੂ ਨਾਨਕ ਦਾ ਘਰ ਹੈ, ਜੋ ਜੀ ਆਵੇ ਸੋ ਰਾਜੀ ਜਾਵੇ। ਇੱਛਾ ਦੱਸ ਕੀ ਹੈ, ਤੁਸੀਂ ਬੜੀ ਸੇਵਾ ਕੀਤੀ, ਖਰਚ ਕੀਤਾ ਸਾਡੇ ਪੁੱਤਰ ਦੀ ਖੁਸ਼ੀ 'ਤੇ। ਰਾਣੀ ਕਹਿੰਦੀ ਮੈਂ ਫਿਰ ਬੇਨਤੀ ਕੀਤੀ ਸੀ ਪਾਤਸ਼ਾਹ, ਸਾਡੇ ਔਲਾਦ ਹੈ ਨਹੀਂ, ਮੇਰਾ ਵੀ ਜੀ ਕਰਦਾ ਮੇਰੀ ਵੀ ਕੁੱਖੋਂ ਕੋਈ ਧੀ ਪੁੱਤ ਪੈਦਾ ਹੋ ਜਾਏ। ਰਾਜ ਭਾਗ ਬਹੁਤ ਹੈ, ਪੈਸਾ ਟਕਾ ਬਹੁਤ ਹੈ, ਪਰ ਹੁਣ ਦੁੱਖ ਹੈ, ਜਾਣ ਸੁਣੀਆਂ ਰਾਜ ਦੀਆਂ ਗੱਦੀਆਂ, ਬਾਜੋਂ ਪਿਆਰੇ ਪੁੱਤਰਾਂ ਦੇ, ਜਾਣ ਸੁਣੀਆਂ ਰਾਜ ਦੀਆਂ ਗੱਦੀਆਂ, ਬਾਜੋਂ ਪਿਆਰੇ ਪੁੱਤਰਾਂ ਦੇ, ਸੁਣੀਆਂ ਰਾਜ ਦੀਆਂ ਗੱਦੀਆਂ, ਬਾਜੋਂ ਪਿਆਰੇ ਪੁੱਤਰਾਂ ਦੇ, ਜਾਣ ਸੁਣੀਆਂ ਰਾਜ ਦੀਆਂ ਗੱਦੀਆਂ, ਬਾਜੋਂ ਪਿਆਰੇ ਪੁੱਤਰਾਂ ਦੇ, ਜਾਣ ਸੁਣੀਆਂ ਰਾਜ ਦੀਆਂ ਗੱਦੀਆਂ, ਬਾਜੋਂ ਪਿਆਰੇ ਪੁੱਤਰਾਂ ਦੇ, ਜਾਣ ਸੁਣੀਆਂ ਰਾਜ ਦੀਆਂ ਗੱਦੀਆਂ, ਬਾਜੋਂ ਪਿਆਰੇ ਪੁੱਤਰਾਂ ਦੇ। ਜੇ ਸੀਰ ਜਗਤ ਵਿੱਚ ਮੇਰਾ ਇੱਕ ਪੁੱਤ ਬਖਸ਼ੀ ਮਾਲਕਾ, ਹੋ ਜੇ ਸੀਰ ਜਗਤ ਵਿੱਚ ਮੇਰਾ ਇੱਕ ਪੁੱਤ ਬਖਸ਼ੀ ਮਾਲਕਾ, ਸੀਰ ਜਗਤ ਵਿੱਚ ਮੇਰਾ ਇੱਕ ਪੁੱਤ ਬਖਸ਼ੀ ਮਾਲਕਾ, ਹੋ ਜੇ ਸੀਰ ਜਗਤ ਵਿੱਚ ਮੇਰਾ ਇੱਕ ਪੁੱਤ ਬਖਸ਼ੀ ਮਾਲਕਾ, ਹੋ ਜੇ ਸੀਰ ਜਗਤ ਵਿੱਚ ਮੇਰਾ ਇੱਕ ਪੁੱਤ ਬਖਸ਼ੀ ਮਾਲਕਾ, ਸੀਰ ਜਗਤ ਵਿੱਚ ਮੇਰਾ ਇੱਕ ਪੁੱਤ ਬਖਸ਼ੀ ਮਾਲਕਾ। ਗੁਰੂ ਤੇਗ ਬਹਾਦਰ ਮਹਾਰਾਜ ਦਇਆ ਦੇ ਘਰ ਵਿੱਚ ਆਏ, ਤੇਰੇ ਪਿਤਾ ਦੇ ਪੱਟ ਤੇ ਬੈਠੇ ਬੈਠਿਆਂ ਨੇ ਐ ਮੋਹਰ ਲਾ ਦਿੱਤੀ, ਰਾਜਿਆ ਜਾ ਤੇਰੇ ਪੁੱਤਰ ਹੋ ਜੂਗਾ, ਆ ਨਿਸ਼ਾਨੀ ਲਾ ਚੱਲੇ ਹਾਂ। ਇਹ ਮੋਹਰ ਦੇ ਉੱਤੇ ਇੱਕੋ ਅੰਕਾਰ ਲਿਖਿਆ ਸੀ, ਇਹ ਨਿਸ਼ਾਨ ਤੇਰੇ ਪੁੱਤਰ ਦੇ ਮੱਥੇ ਤੇ ਹੋਊ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਇਹੋ ਜਿਹਾ ਗੁਰੂ ਮਿਲਣਾ ਗੁਰਮੁਖੋ, ਤੁਰੇ ਤਾਂ ਜਿੱਥੇ ਮਰਜ਼ੀ ਫਿਰੋ, ਤੁਹਾਡੀ ਮਰਜ਼ੀ ਹੈ, ਪਰ ਮੇਰੀ ਤਾਂ ਬੇਨਤੀ ਹੈ ਗੁਰੂ ਨਾਨਕ ਦੇ ਘਰ ਦੇ ਵਿੱਚ ਆ ਜਾਓ। ਤੇਗ ਬਹਾਦਰ ਸਿਮਰੀ ਹੈ ਘਰ ਨੌ ਨਿੱਧ ਆਵੈ ਧਾਏ। ਹੁਣ ਤੁਹਾਨੂੰ ਤਾਂ ਲੱਗਦਾ ਹੋਣਾ ਵੀ ਪੁੱਤਰ ਦੀ ਦਾਤ ਦੇਤੀ ਵੱਡੀ ਖੁਸ਼ੀ, ਇੱਥੇ ਹੀ ਨਹੀਂ ਸਰਿਆ ਇਕੱਲਾ,
ਜਿਹੜੇ ਗੁਰੂ ਘਰ ਦੀ ਬਖਸ਼ਿਸ਼ ਹੋਊਗੀ ਨਾ, ਜੇ ਤੁਸੀਂ ਟੁੱਟ ਵੀ ਜਾਓ ਉਹ ਤਾਂ ਵੀ ਤੁਹਾਨੂੰ ਅਸਲੀ ਘਰ ਨਾਲ ਜੋੜ ਹੀ ਲਊ, ਜੋੜ ਹੀ ਲੈਂਦੀ। ਰਾਜਾ ਰਤਨ ਰਾਏ ਫਿਰ ਦੱਸਦਾ ਗੁਰੂ ਦਰਬਾਰ ਵਿੱਚ, ਕਹਿੰਦਾ ਮੈਂ ਮੇਰੀ ਮਾਂ ਨੂੰ ਜਦੋਂ ਪੁੱਛਿਆ ਤੇ ਮੇਰੀ ਮਾਂ ਨੇ ਆਹ ਕਥਾ ਸੁਣਾਈ, ਗੁਰੂ ਤੇਗ ਬਹਾਦਰ ਨੇ ਤੇਰੇ ਪਿਤਾ ਦੇ ਪੱਟ 'ਤੇ ਮੋਹਰ ਲਾਈ ਸੀ, ਉਹ ਨਿਸ਼ਾਨ ਹੈ, ਇਹ ਸੱਟ ਨਹੀਂ ਲੱਗੀ, ਇਹ ਤਾਂ ਗੁਰੂ ਘਰ ਦੀ ਨਿਸ਼ਾਨੀ ਹੈ, ਇੱਕੋ ਓਅੰਕਾਰ ਛਪਿਆ। ਰਾਜਾ ਰਤਨ ਰਾਏ ਕਹਿੰਦਾ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਤੇ ਮੈਂ ਆਪਣੀ ਮਾਤਾ ਨੂੰ ਕਿਹਾ ਵੀ ਰਾਣੀ ਮਾਂ ਅੱਜ ਤੱਕ ਕਿਉਂ ਨਹੀਂ ਦੱਸਿਆ, ਜਿਹੜੇ ਘਰ ਵਿੱਚ ਐਡੀ ਵੱਡੀ ਤਾਕਤ ਹੈ ਉਸ ਘਰ ਦਾ ਸਤਿਕਾਰ ਕਰਨਾ ਚਾਹੀਦਾ ਹੈ। ਚੱਲ ਆਪਾਂ ਚੱਲੀਏ, ਕਹਿੰਦਾ ਅਸੀਂ ਅਸਾਮ ਤੋਂ ਚੱਲ ਕੇ ਆਏ ਹਾਂ, ਗੁਰੂ ਮਹਾਰਾਜ ਦੇ ਸਤਿਕਾਰ ਵਿੱਚ ਆਹ ਤਿਲ ਫੁੱਲ ਭੇਟਾ ਲਿਆਂਦਾ, ਪ੍ਰਸ਼ਾਦੀ ਹਾਥੀ, ਪੰਚਕਲਾ ਸ਼ਸਤਰ, ਚੰਦਨ ਦੀ ਚੌਂਕੀ, ਚਾਂਦਨੀ ਗੁਰੂ ਜੀ ਵਾਸਤੇ ਬਸਤਰ, ਲੰਗਰਾਂ ਵਾਸਤੇ ਰਸਤਾਂ ਬਸਤਾਂ, ਸਿਉਨੇ ਦੀਆਂ ਮੋਹਰਾਂ, ਬਹੁਤ ਭੇਟਾ ਲਿਆਇਆ ਸੀ। ਅਤੇ ਗੁਰੂ ਮਹਾਰਾਜ ਇੰਨੇ ਖੁਸ਼ ਹੋਏ, ਰਤਨ ਰਾਏ ਨੂੰ ਫਿਰ ਕਈ ਦਿਨ ਇੱਥੇ ਰੱਖਿਆ ਗੁਰਮੁਖ, ਸ਼ਿਕਾਰ ਖੇਡਣ ਵੀ ਜਾਂਦੇ। ਰਤਨ ਰਾਏ ਗੁਰੂ ਮਹਾਰਾਜ ਦੇ ਕੌਤਕ ਵੇਖ ਵੇਖ ਬੜਾ ਖੁਸ਼ ਹੁੰਦਾ, ਕਈ ਦਿਨ ਰਹਿ ਕੇ ਗੁਰੂ ਘਰ ਤੋਂ ਆਸ਼ੀਰਵਾਦ ਪ੍ਰਾਪਤ ਕਰਕੇ ਫਿਰ ਵਾਪਸ ਚਲਿਆ ਗਿਆ ਰਾਜਾ ਰਤਨ ਰਾਏ। ਹੁਣ ਇੱਥੇ ਹੀ ਬੇਨਤੀ ਕਰਾਂ, ਆਪਾਂ ਇੰਨਾ ਕੁ ਤਾਂ ਇਤਿਹਾਸ ਜਾਣਦੇ ਹਾਂ ਨਾ, ਸੁਣਦੇ ਰਹਿੰਦੇ ਹਾਂ ਵੀ ਰਾਜਾ ਰਤਨ ਰਾਏ ਆਇਆ, ਇੱਦੋਂ ਅੱਗੇ ਵੀ ਉਹਦੀ ਕੋਲ ਗੁਰੂ ਘਰ ਦੀ ਬਖਸ਼ਿਸ਼ ਨਾਲ ਵਧੀ। ਇੱਕ ਗੁਰਦੁਆਰਾ ਹੈ ਬਿਭੌਰ ਸਾਹਿਬ ਗੁਰਮੁਖ, ਆ ਜਦੋਂ ਰੂਪਨਗਰ ਨੂੰ ਜਾਈਏ ਨਾ, ਨੰਗਲ ਨਗਰ ਦੇ ਨੇੜੇ ਉੱਚੀ ਪਹਾੜੀ 'ਤੇ ਗੁਰਦੁਆਰਾ ਬਿਭੌਰ ਸਾਹਿਬ ਵਸਿਆ ਹੋਇਆ। ਇਹ ਗੁਰਦੁਆਰਾ ਬਿਭੌਰ ਸਾਹਿਬ ਦੇ ਪਾਵਨ ਸਥਾਨ 'ਤੇ 13 ਮਹੀਨੇ 13 ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹਿ ਕੇ ਤਪ ਕੀਤਾ, ਆਖੋ ਸਤਨਾਮ, ਵਾਹਿਗੁਰੂ, ਭਗਤੀ ਕੀਤੀ, ਦਸਮ ਗ੍ਰੰਥ ਦੀ ਬਹੁਤ ਬਾਣੀ ਇੱਥੇ ਰਚੀ। ਅਤੇ ਜਿਹੜਾ ਆਪਾਂ ਪੜ੍ਹਦੇ ਹਾਂ ਨਾ, ਬੇਨਤੀ ਚੌਪਈ ਹਮਰੀ ਕਰੋ ਹੱਥ ਦਾ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ, ਇਹ ਚੌਪਈ ਸਾਹਿਬ ਵੀ ਜਿੱਥੇ ਗੁਰਦੁਆਰਾ ਬਿਭੌਰ ਸਾਹਿਬ ਹੈ ਇਸ ਸਥਾਨ 'ਤੇ ਲਿਖਿਆ ਸੀ, ਆਖੋ ਸਤਨਾਮ, ਵਾਹਿਗੁਰੂ। ਇੱਥੇ ਗੁਰਮੁਖ ਪਿਆਰਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1701 ਈਸਵੀ 'ਚ ਚਰਨ ਪਾਏ ਸੀ। ਉਹਦਾ ਕਾਰਨ ਕੀ ਬਣਿਆ, ਜਾਣ ਦਾ ਕਾਰਨ ਸੁਣ ਲਿਓ। ਜਿਹੜਾ ਪੌਂਟਾ ਸਾਹਿਬ ਵਾਲਾ ਰਾਜਾ ਸੀ ਨਾ, ਰਾਜਾ ਮੇਦਨੀ ਪ੍ਰਕਾਸ਼, ਉੱਥੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ, 4.5 ਸਾਲ ਪੌਂਟਾ ਸਾਹਿਬ ਰਹੇ ਨੇ। ਉਦੋਂ ਬਾਅਦ ਰਾਜੇ ਮੇਦਨੀ ਪ੍ਰਕਾਸ਼ ਦੀ ਲੜਕੀ ਸੀ ਗੁਰਮੁਖੋ, ਉਹ ਜਵਾਨ ਹੋ ਗਈ ਤੇ ਰਾਜਾ ਮੇਦਨੀ ਪ੍ਰਕਾਸ਼ ਗੁਰੂ ਘਰ ਦਾ ਸੇਵਕ ਸੀ। ਉਹਦੀ ਇਹ ਜੀ ਸ਼ਰਧਾ ਸੀ, ਉਹ ਕਹਿੰਦਾ ਮੈਂ ਆਪਣੀ ਲੜਕੀ ਦਾ ਰਿਸ਼ਤਾ ਉਸ ਘਰੇ ਕਰਨਾ ਜਿਹੜਾ ਗੁਰੂ ਘਰ ਦਾ ਸ਼ਰਧਾਲੂ ਹੋਵੇ, ਆਖੋ ਸਤਨਾਮ, ਵਾਹਿਗੁਰੂ। ਆਪਣੇ ਵਾਲਾ ਕੰਮ ਨਹੀਂ ਸੀ, ਕਈ ਕਹਿੰਦੇ ਆ ਵੀ ਇਹ ਤਾਂ ਰੂੜੀ ਦਾ ਕੂੜਾ ਹੈ, ਵਿਆਹ ਦਿਓ ਬਸ, ਮਾਫ਼ ਕਰਿਓ,
ਧੀ ਹੈ ਚਾਹੇ ਪੁੱਤ ਹੈ। ਕਈਆਂ ਦੇ ਕੰਮ ਨਹੀਂ ਲੱਗੇ, ਨਸ਼ੇੜੀ ਹੈ, ਉਹ ਵੀ ਲੋਕ ਸੋਚਦੇ ਨੇ ਵੀ ਕੇਰਾਂ ਵਿਆਹ ਦਿਓ ਆਪੇ ਅਗਲਾ ਜਾਣੂ, ਐ ਨਾ ਕਰਿਆ ਕਰੋ, ਇਹ ਤਾਂ ਬਹੁਤ ਵੱਡਾ ਪਾਪ ਹੈ। ਕਿਸੇ ਚੰਗੇ ਘਰ ਦਾ ਧੀ ਪੁੱਤ ਮਾੜੇ ਦੇ ਵੱਸ ਪੈ ਜੇ ਉਦੋਂ ਵੱਡਾ ਪਾਪ ਕੋਈ ਨਹੀਂ ਗੁਰਮੁਖੋ, ਜ਼ਿੰਦਗੀ ਨਰਕ ਬਣ ਜਾਂਦੀ। ਅਤੇ ਕਿਸੇ ਮਾੜੇ ਘਰ ਦਾ ਧੀ ਪੁੱਤ ਕਿਸੇ ਗੁਰਸਿੱਖ ਘਰਾਣੇ ਵਿੱਚ ਵਿਆਹਿਆ ਜਾਵੇ ਉਹਦੇ ਵਰਗਾ ਪੁੰਨ ਕੋਈ ਨਹੀਂ, ਕਿਉਂਕਿ ਜ਼ਿੰਦਗੀ ਸਵਰਗ ਬਣ ਜਾਂਦੀ ਹੈ। ਕੋਸ਼ਿਸ਼ ਕਰਿਆ ਕਰੋ, ਧੀ ਹੈ ਚਾਹੇ ਪੁੱਤ ਹੈ, ਜਦੋਂ ਵਿਆਹੁਣਾ ਹੈ ਘਰ ਭਾਵੇਂ ਘੱਟ ਹੋਵੇ, ਪੈਸਾ ਭਾਵੇਂ ਘੱਟ ਹੋਵੇ ਸਰਜੂਗਾ, ਪਰ ਆਹ ਜ਼ਰੂਰ ਵੇਖਿਆ ਕਰੋ ਵੀ ਘਰ 'ਚ ਗੁਰਸਿੱਖੀ ਹੋਣੀ ਚਾਹੀਦੀ ਹੈ, ਕਿਉਂਕਿ ਜਿਹਦੇ ਕੋਲ ਗੁਰੂ ਨਾਨਕ ਦੀ ਸਿੱਖੀ ਹੈ, ਮੇਰਾ ਤਾਂ ਇਹ ਕਹਿਣਾ ਵੀ ਉਹਦੇ ਵਰਗਾ ਅਮੀਰ ਹੈ ਹੀ ਨਹੀਂ ਕੋਈ। ਆਖੋ ਸਤਨਾਮ ਵਾਹਿਗੁਰੂ। ਪੈਸਾ ਕਿਹੜਾ ਲੋਕ ਛਾਤੀ 'ਤੇ ਧਰ ਕੇ ਲੈ ਜਾਂਦੇ ਆ, ਰਾਵਣ ਕੋਲ ਬਥੇਰਾ ਕੁਛ ਸੀ, ਪਰ ਕਰਤੂਤ ਇਹ ਜੀ ਸੀ, ਇੱਕ ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ, ਇੱਕ ਵੀ ਨਹੀਂ ਬਚਿਆ ਗੁਰਮੁਖੋ, ਬਚੇ ਉਹ ਜਿਹੜੇ ਰਾਮ ਦੇ ਚਰਨੀ ਲਾਗੇ। ਆਖੋ ਸਤਨਾਮ ਵਾਹਿਗੁਰੂ। ਰਵਿਦਾਸ ਮਹਾਰਾਜ ਕੋਲ ਕੀ ਸੀ, ਕਬੀਰ ਮਹਾਰਾਜ ਕੋਲ ਕੀ ਸੀ, ਇੱਕ ਵਾਹਿਗੁਰੂ ਦਾ ਨਾਮ। ਅੱਜ ਤੱਕ ਮੱਥੇ ਟਿਕਦੇ ਆ ਤੇ ਟਿਕਦੇ ਹੀ ਰਹਿਣਗੇ। ਗੁਰੂ ਧਰਮ ਵੇਖਿਆ ਕਰੋ ਵੀ ਧਰਮੀ ਹੈਗਾ ਪਰਿਵਾਰ। ਰਾਜਾ ਮੇਦਨੀ ਪ੍ਰਕਾਸ਼ ਕਹਿੰਦਾ ਮੇਰੀ ਧੀ ਹੋ ਗਈ ਜਵਾਨ, ਪਰ ਮੈਂ ਵਿਆਹਣੀ ਉਸ ਘਰੇ ਆ ਜਿਸ ਘਰ ਵਿੱਚ ਗੁਰਸਿੱਖੀ ਹੋਵੇ, ਕਿਉਂਕਿ ਗੁਰਸਿੱਖ ਸੀ ਗੁਰੂ ਦਾ ਸਿੱਖ। ਤਾਂ ਪਿਆਰਿਓ ਮੁਸ਼ਕਲ ਖੜੀ ਹੋ ਗਈ, ਗੁਰਸਿੱਖ ਘਰ ਮਿਲੇ ਹੀ ਨਾ, ਉਹ ਵੀ ਰਾਜਾ, ਅਤੇ ਰਾਜੇ ਤਾਂ ਤੁਹਾਨੂੰ ਪਤਾ ਜ਼ਿਆਦਾਤਰ ਗੁਰੂ ਘਰ ਦੇ ਵਿਰੋਧੀ ਸੀ। ਉਦੋਂ ਕੋਈ ਕੋਈ ਰਾਜਾ ਸੀ ਜਿਹੜਾ ਸ਼ਰਧਾ ਵਾਲਾ ਸੀ। ਹੁਣ ਗੁਰਸਿੱਖ ਰਾਜ ਘਰਾਣਾ ਮਿਲੇ ਨਾ, ਉਹਨੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਮੇਰੀ ਧੀ ਹੋ ਗਈ ਜਵਾਨ, ਇਹਦੇ ਵਿਆਹਣ ਵਿੱਚ ਮੁਸ਼ਕਲ ਆਉਂਦੀ ਹੈ, ਮੈਨੂੰ ਕੋਈ ਗੁਰਸਿੱਖ ਰਾਜਾ ਲੱਭ ਕੇ ਦਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਰਾਜਨ, ਰਾਜਾ ਰਤਨ ਰਾਏ ਹੈਗਾ, ਸਾਡੇ ਪਿਤਾ ਗੁਰੂ ਤੇਗ ਬਹਾਦਰ ਦੇ ਬਚਨਾਂ ਨਾਲ ਪੈਦਾ ਹੋਇਆ ਹੈ, ਅਤੇ ਜਿਹੜਾ ਗੁਰੂ ਤੇਗ ਬਹਾਦਰ ਦੇ ਬਚਨਾਂ ਨਾਲ ਪੈਦਾ ਹੋ ਗਿਆ ਉਹਨੂੰ ਦੁਨੀਆਂ ਦੀ ਕੋਈ ਤਾਕਤ ਗੁਰਸਿੱਖੀ ਨਾਲੋਂ ਤੋੜ ਹੀ ਨਹੀਂ ਸਕਦੀ। ਤੁਹਾਨੂੰ ਵੀ ਇਹ ਬੇਨਤੀ ਹੈ, ਮਹਾਰਾਜ ਕੋਲ ਆਉਂਦੇ ਹੋ, ਅਰਦਾਸਾਂ ਕਰਦੇ ਹਾਂ ਸਾਡੇ ਧੀ ਪੁੱਤ ਹੋ ਜੇ, ਪਰ ਆਹ ਵੀ ਮੰਗਿਆ ਕਰੋ ਮਹਾਰਾਜ ਉਹੇ ਜਾ ਦੇਈ ਜਿਹੜਾ ਤੇਰੇ ਦਰ ਘਰ ਨਾਲ ਜੁੜਿਆ ਰਹੇ, ਫਿਰ ਆ ਨਲੀ ਚੋਚਲ ਜੇ ਨਹੀਂ ਜੰਮਦੇ, ਗੁਰਸਿੱਖ ਬੱਚੇ ਪੈਦਾ ਹੁੰਦੇ ਆ। ਗੁਰਮੁਖੋ, ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਨੇ ਫਿਰ ਮੇਦਨੀ ਪ੍ਰਕਾਸ਼ ਨੂੰ ਦੱਸ ਪਾਈ, ਅਤੇ ਰਾਜੇ ਰਤਨ ਸਿਉਂ ਦੇ ਨਾਲ, ਰਾਜਾ ਰਤਨ ਰਾਏ ਅਸਾਮ ਵਾਲਾ ਰਾਜਾ, ਇਹਦੇ ਨਾਲ ਮੇਦਨੀ ਪ੍ਰਕਾਸ਼ ਦੀ ਲੜਕੀ ਦਾ ਰਿਸ਼ਤਾ ਆਪ ਕਰਵਾਇਆ ਮਹਾਰਾਜ ਨੇ। ਵਿਆਹ ਹੋ ਗਿਆ, ਰਾਜ ਭਾਗ ਦਾ ਫਿਕਰ ਘੱਟ, ਫਿਕਰ ਦੋਵਾਂ ਜੀਆਂ ਨੂੰ ਇਹੀ ਰਿਹਾ ਕਰੇ ਕਿਤੇ ਨਿਤਨੇਮ ਨਾ ਟੁੱਟ ਜੇ। ਆਖੋ ਸਤਨਾਮ, ਇਹੀ ਫਿਕਰ ਗੁਰਮੁਖੋ। ਅਤੇ ਜਿਹੜਾ ਨਿਤਨੇਮ ਦਾ ਪੱਕਾ ਹੈ
ਉਹਨੂੰ ਕਹਿਣ ਦੀ ਲੋੜ ਨਹੀਂ ਮਾਲਕ ਦੇ ਦਰਸ਼ਨ ਹੋਣ। ਉਹਨੂੰ ਤਾਂ ਮਹਾਰਾਜ ਵੀ ਕਹਿ ਗਏ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਇਹ ਬਾਣੀ ਨਾਲ ਜੁੜੋ ਭਾਈ, ਐਡਾ ਵੱਡਾ ਪ੍ਰਤਾਪ ਹੈ। ਰਾਜਾ ਰਤਨ ਰਾਏ ਤੇ ਰਾਣੀ ਦੋਵੇਂ ਨਾਮ ਜਪਿਆ ਕਰਨ, ਰੋਜ਼ ਨਿਤਨੇਮ ਸੁਬਾ ਸ਼ਾਮ ਕਰਨਾ। ਤੇ ਇੱਕ ਦਿਨ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ, ਭਾਦੋ ਸੁਦੀ ਅਸ਼ਟਮੀ ਸੀ, ਉਹਦੇ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਸੰਮਤ 1753 ਤੇ ਅੰਗਰੇਜ਼ੀ ਤਰੀਕਾਂ ਦੇ ਹਿਸਾਬ ਨਾਲ 1701 ਈਸਵੀ, ਭਾਦੋ ਸੁਦੀ ਅਸ਼ਟਮੀ। ਸ਼ਿਕਾਰ ਖੇਡਦੇ ਖੇਡਦੇ ਗੁਰੂ ਗੋਬਿੰਦ ਸਿੰਘ ਸਾਹਿਬ ਅਨੰਦਪੁਰ ਸਾਹਿਬ ਤੋਂ ਚੱਲੇ, ਉੱਥੇ ਪਹੁੰਚੇ ਰੂਪਨਗਰ ਦੇ ਨੇੜੇ, ਗੁਰਮੁਖ ਪਿਆਰੇ ਉਹ ਬਭੌਰ ਸਾਹਿਬ ਜਿੱਥੇ ਗੁਰਦੁਆਰਾ ਸਾਹਿਬ ਬਣਿਆ, ਆਪ ਗਏ ਚੱਲ ਕੇ। ਦੋਵੇਂ ਰਾਜਾ ਰਾਣੀ ਨਿਤਨੇਮ ਕਰੀ ਜਾਣ, ਮੇਰੇ ਸਤਿਗੁਰ ਨੇ ਜਾ ਕੇ ਦਰਸ਼ਨ ਦਿੱਤੇ। ਖੜਾ ਹੈ ਦੁਆਰੇ ਰੱਬ ਬੰਨਿਆ ਪ੍ਰੇਮ ਦਾ, ਖੜਾ ਹੈ ਦੁਆਰੇ ਰੱਬ ਬੰਨਿਆ ਪ੍ਰੇਮ ਦਾ, ਦੁਆਰੇ ਰੱਬ ਬੰਨਿਆ ਪ੍ਰੇਮ ਦਾ, ਖੜਾ ਹੈ ਦੁਆਰੇ ਰੱਬ ਬੰਨਿਆ ਪ੍ਰੇਮ ਦਾ, ਰੱਬ ਵਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ, ਰੱਬ ਵਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ, ਵਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਡੋਰੀਆਂ, ਰੱਬ ਵਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ, ਬਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ, ਸਭ ਬਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ, ਰੱਬ ਵਸ ਭਗਤਾਂ ਨੇ ਕੀਤਾ ਦੀਆਂ ਪਾ ਕੇ ਡੋਰੀਆਂ, ਰੱਬ ਵਸ ਭਗਤਾਂ ਨੇ ਕੀਤਾ ਦੀਆਂ ਪਾ ਕੇ ਡੋਰੀਆਂ, ਰੱਬ ਵਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ, ਰੱਬ ਵਸ ਭਗਤਾਂ ਨੇ ਕੀਤਾ। ਰਾਜਾ ਰਤਨ ਰਾਏ ਤੇ ਦੇ ਘਰਵਾਲੀ ਨੂੰ ਜਾ ਕੇ ਦਰਸ਼ਨ ਦਿੱਤੇ, ਉਹਨਾਂ ਨੇ ਫਿਰ ਬੜਾ ਸਤਿਕਾਰ ਕੀਤਾ, ਬੇਨਤੀ ਕੀਤੀ, ਪਾਤਸ਼ਾਹ ਜੀ ਹੁਣ ਕੁਛ ਟਾਈਮ ਰਹੋ ਸਾਡੇ ਕੋਲ। ਫਿਰ ਪਿਆਰਿਓ 13 ਮਹੀਨੇ 13 ਦਿਨ ਉੱਥੇ ਮਹਾਰਾਜ ਰਹੇ। ਦਸਮ ਗ੍ਰੰਥ ਦੀ ਕਾਫੀ ਬਾਣੀ ਉੱਥੇ ਲਿਖੀ ਮਹਾਰਾਜ ਨੇ, ਚੌਪਈ ਸਾਹਿਬ ਉੱਥੇ ਰਚਨਾ ਹੋਈ ਹੈ ਅਤੇ ਸਦਾ ਵਾਸਤੇ ਪੂਜਣ ਯੋਗ ਬਣਾਤਾ, ਉੱਥੇ ਗੁਰਦੁਆਰਾ ਬਭੌਰ ਸਾਹਿਬ ਬਣਿਆ ਹੋਇਆ। ਦੇਖੋ ਕਿੱਥੋਂ ਤੱਕ ਮਹਾਰਾਜ ਪਹੁੰਚਾ ਦਿੰਦੇ ਹੈ। ਲੋੜ ਹੈ ਭਾਈ ਸ਼ਰਧਾ ਦੀ, ਭਰੋਸੇ ਦੀ, ਜਿਹੜਾ ਗੁਰੂ ਨਾਨਕ ਦੇ ਦਰ 'ਤੇ ਆ ਗਿਆ ਉਹ ਖਾਲੀ ਤਾਂ ਮੁੜਦਾ ਹੀ ਨਹੀਂ ਗੁਰਮੁਖ।
ਮਹਾਰਾਜ ਨੇ ਪੁੱਤਰ ਦੀ ਵੀ ਦਾਤ ਬਖਸ਼ੀ, ਰਿਸ਼ਤਾ ਵੀ ਕਰਾਇਆ ਤੇ ਸਦਾ ਵਾਸਤੇ ਪੂਜਣ ਯੋਗ ਬਣਾਤਾ ਆਪਣੇ ਚਰਨ ਪਾ ਕੇ। ਇਹ ਗੁਰੂ ਗੋਬਿੰਦ ਸਿੰਘ ਦਾ ਪਾਵਨ ਇਤਿਹਾਸ ਹੈ। ਤੁਹਾਨੂੰ ਵੀ ਬੇਨਤੀ ਹੈ ਭਾਈ, ਗੁਰੂ ਵਾਲੇ ਬਣ ਜਾਓ, ਕਿਉਂਕਿ ਕਲਯੁਗ ਦੀ ਚੱਕੀ ਅੱਜ ਬਹੁਤ ਜ਼ੋਰਾਂ 'ਤੇ ਚੱਲ ਰਹੀ ਹੈ। ਵੱਡੇ ਵੱਡੇ ਜਤੀਆਂ ਦੇ ਜਤ, ਹੱਠੀਆਂ ਦੇ ਹੱਠ ਭੰਗ ਹੋ ਰਹੇ ਨੇ, ਸਤੀਆਂ ਦੇ ਸਤ ਭੰਗ ਹੋ ਰਹੇ ਨੇ। ਉਹੀ ਬਚਣਗੇ ਜਿਹੜੇ ਗੁਰੂ ਚਰਨਾਂ ਦੇ ਨੇੜੇ ਰਹਿਣਗੇ। ਅੱਗੇ ਘਰਾਂ 'ਚ ਮਾਈਆਂ ਦਾਣੇ ਪੀਂਦੀਆਂ, ਹੁਣ ਤਾਂ ਇਲੈਕਟ੍ਰੋਨਿਕ ਚੱਕੀਆਂ ਆ ਗਈਆਂ ਨਾ, ਟਰੈਕਟਰਾਂ 'ਤੇ ਜਾਂ ਬਿਜਲੀ 'ਤੇ ਚੱਲਦੀਆਂ। ਕੋਈ ਸਮਾਂ ਹੁੰਦਾ ਸੀ ਘਰਾਂ 'ਚ ਚੱਕੀਆਂ ਨਾਲ ਦਾਣੇ ਪੀਠੇ ਜਾਂਦੇ, ਜਿਹੜੇ ਦਾਣੇ ਤਾਂ ਰਹਿੰਦੇ ਸੀ ਕਿੱਲੀ ਦੇ ਨੇੜੇ, ਕਿਉਂਕਿ ਪੱਥਰ ਹੁੰਦਾ ਸੀ ਜਿਹੜਾ ਪੁੜ, ਉਹਦੇ ਵਿਚਾਲੇ ਦਾਣੇ ਪਾਉਣ ਨੂੰ ਥਾਂ ਰੱਖਿਆ ਹੁੰਦਾ, ਵਿੱਚ ਕਿੱਲੀ ਹੁੰਦੀ ਸੀ ਲੋਹੇ। ਜਿਹੜੇ ਦਾਣੇ ਤਾਂ ਕਿੱਲੀ ਦੇ ਨੇੜੇ ਰਹਿੰਦੇ ਉਹ ਤਾਂ ਰਹਿੰਦੇ ਸੀ ਸਾਬਤ, ਅਤੇ ਜਿਹੜੇ ਪਾਸੇ ਆਸੇ ਹੁੰਦੇ ਦਲੀਆ ਉਹਨਾਂ ਦਾ ਹੀ ਹੁੰਦਾ ਸੀ ਗੁਰੂ, ਉਹੀ ਪਿੱਠੇ ਜਾਂਦੇ ਸੀ। ਇਸੇ ਤਰ੍ਹਾਂ ਹੁਣ ਕਲਯੁਗ ਦੀ ਚੱਕੀ ਬੜੇ ਜ਼ੋਰਾਂ 'ਤੇ ਚੱਲਦੀ ਹੈ। ਜਿਹੜੇ ਇਨਸਾਨ ਬਾਣੀ ਦੇ ਭਜਨ ਸਿਮਰਨ ਦੇ ਨੇੜੇ ਰਹਿਣਗੇ, ਸਿੱਖੋ ਤਾਂ ਗੁਰੂ ਗ੍ਰੰਥ ਸਾਹਿਬ ਦੇ ਪੱਕੇ ਸਿੱਖ ਬਣੋ, ਕੇਸ ਦਾੜੀਆਂ ਰੱਖੋ, ਘਰਾਂ 'ਚ ਬਾਣੀ ਪੜ੍ਹੋ ਵੱਧ ਤੋਂ ਵੱਧ, ਅੰਮ੍ਰਿਤ ਛੱਕ ਕੇ ਸਿੰਘ ਸਜੋ। ਇੱਥੇ ਵੀ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਰੱਖਿਆ। ਕੱਲ੍ਹ ਵੀ ਬਾਬਾ ਜੀ ਨੇ ਬੇਨਤੀ ਕੀਤੀ ਸੀ ਅਤੇ ਦਾਸ ਵੱਲੋਂ ਵੀ ਬੇਨਤੀ ਹੈ, ਵੱਧ ਤੋਂ ਵੱਧ ਸੰਗਤ ਆਪਣਾ ਮਨ ਬਣਾਓ, ਅੰਮ੍ਰਿਤ ਛਕੋ ਸਿੰਘ ਸਜੋ, ਮਾਈਆਂ ਵੀ ਭਾਈ ਵੀ, ਕਿਉਂਕਿ ਭਾਈਆਂ ਨੂੰ ਮਹਾਰਾਜ ਕਹਿੰਦੇ ਇਹ ਮੇਰੇ ਪਿਆਰੇ ਪੁੱਤਰ, ਅਤੇ ਬੀਬੀਆਂ ਨੂੰ ਕੌਰ ਕਿਹਾ। ਕੌਰ ਸ਼ਬਦ ਜਿਹੜਾ ਵੀ ਰਾਜਿਆਂ ਦੇ ਪੁੱਤ ਹੁੰਦੇ ਸੀ, ਕੋਇਰ, ਫਲਾਣਾ ਰਾਜ ਕੋਇਰ। ਮਹਾਰਾਜ ਨੇ ਤੁਹਾਨੂੰ ਵੀ ਪਿਆਰੇ ਪੁੱਤਰ ਕਹਿ ਕੇ ਨਿਵਾਜਿਆ, ਅਤੇ ਬੀਬੀਓ ਤੁਹਾਨੂੰ ਬਰਾਬਰ ਦਾ ਹੱਕ ਦਿੱਤਾ ਮਹਾਰਾਜ ਜੀ ਨੇ, ਅਤੇ ਤੁਸੀਂ ਵੀ ਭਾਈ ਅੰਮ੍ਰਿਤ ਛਕੋ, ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਪ੍ਰੇਰ ਕੇ ਅੰਮ੍ਰਿਤ ਛਕਾਓ। ਅਤੇ ਕਈ ਡਰਦੇ ਰਹਿੰਦੇ ਆ ਵੀ ਕੀ ਪਤਾ ਵੱਡੇ ਹੋ ਕੇ ਕੀ ਕਰਨਗੇ, ਡਰਿਆ ਨਾ ਕਰੋ, ਕੁਛ ਨਹੀਂ ਹੁੰਦਾ। ਆ ਰਾਜਾ ਰਤਨ ਰਾਜ ਦਾ ਇਤਿਹਾਸ ਤੁਸੀਂ ਸੁਣਿਆ ਨਾ, ਬਸ ਗੁਰੂ ਦਰ ਦੀ ਸੇਵਾ ਕੀਤੀ ਸੀ, ਰਾਜੇ ਦੀ ਮੌਤ ਹੋ ਗਈ, ਰਾਣੀ ਤਾਂ ਭੁੱਲ ਗਈ ਸੀ ਪਰ ਪੁੱਤ ਨੇ ਚੇਤਾ ਕਰਾਤਾ ਵੀ ਮਾਂ ਚੱਲ ਚੱਲੀਏ, ਜਿਹੜੇ ਗੁਰੂ ਘਰ ਤੋਂ ਪਹਿਲਾਂ ਬਖਸ਼ਿਸ਼ ਹੋਈ ਸੀ ਉੱਥੇ ਜਾਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੱਖ ਨਹੀਂ ਵਿਗੜਿਆ, ਗੁਰੂ ਜੀ ਨੇ ਵਿਆਹ ਵੀ ਆਪ ਕੀਤਾ। ਰਾਜੇ ਤਾਂ ਹੋਰ ਵੀ ਸੀ, ਉਹਦੇ ਪਿਓ ਦਾਦੇ ਵੀ ਹੋਣਗੇ, ਚਾਚੇ ਤਾਏ ਵੀ ਹੋਣਗੇ, ਕਿਸੇ ਦਾ ਨਾਮ ਜਾਣਦੇ ਹੋ ਤੁਸੀਂ? ਨਾ ਕੋਈ ਦੱਸੇ। ਰਤਨ ਰਾਏ ਦਾ ਨਾਮ ਜਾਂ ਗੁਰਦੁਆਰਾ ਬਿਭੌਰ ਸਾਹਿਬ ਜਿੱਥੇ ਮੱਥੇ ਟਿਕਦੇ ਹੈ, ਕਿਉਂ? ਕਿਉਂਕਿ ਉਹ ਮਾਲਕ ਦੇ ਘਰ ਨਾਲ ਜੁੜ ਗਏ ਸੀ। ਜੁੜੋ ਭਾਈ, ਆਪਣੇ ਬੱਚਿਆਂ ਨੂੰ ਵੀ ਜੋੜੋ। ਦੇਖੋ, ਇੱਕ ਸਕੂਲਾਂ ਦੇ ਵਿੱਚ ਬੱਚੇ ਪੜ੍ਹਨ ਲਾਉਂਦੇ ਹੋ, ਘਰ ਤੋਂ ਸਕੂਲ ਤੱਕ ਲਿਜਾਣ ਵਾਸਤੇ ਕਈਆਂ ਨੇ ਵੈਨਾਂ ਲਾਈਆਂ। ਜਿਹੜੇ ਬੱਚੇ ਨੂੰ ਮਾਂ ਪਿਓ ਇੱਕ ਮਿੰਟ ਅੱਖ ਤੋਂ ਪਾਸੇ ਨਹੀਂ ਕਰਦੇ ਵੀ ਪਤਾ ਨਹੀਂ ਕੀ ਹੋ ਜੇ, ਉਹ ਨਿਆਣੇ ਬੱਚਿਆਂ ਨੂੰ ਮੈਂ ਢਾਈ ਸਾਲ ਦੇ ਦੇਖਿਆ, ਨਿਆਣੇ ਵੈਨਾਂ 'ਚ ਚੜ੍ਹਾ ਦਿੰਦੇ ਹਾਂ, ਸ਼ਾਮ ਤੱਕ ਸਾਨੂੰ ਫਿਕਰ ਨਹੀਂ ਹੁੰਦਾ। ਕਿਉਂ? ਪਤਾ ਹੈ ਵੀ ਵੈਨ ਵਾਲੇ ਦੀ ਰਾਹ 'ਚ ਜ਼ਿੰਮੇਵਾਰੀ ਹੈ, ਗਾਹਾਂ ਸਕੂਲ ਵਾਲਿਆਂ ਦੀ ਜ਼ਿੰਮੇਵਾਰੀ ਹੈ। ਉਹ ਤਾਂ ਬੰਦੇ ਨੇ ਨਾ, ਇੱਕ ਬੰਦੇ 'ਤੇ ਭਰੋਸਾ ਕਰਕੇ ਤੁਸੀਂ ਬੱਚਿਆਂ ਨੂੰ ਭੇਜ ਸਕਦੇ ਹੋ? ਉਦੋਂ ਵੱਡਾ ਭਰੋਸਾ ਸਾਨੂੰ ਸਾਡੇ ਸਤਿਗੁਰੂ 'ਤੇ ਹੋਣਾ ਚਾਹੀਦਾ ਹੈ। ਵੱਧ ਭਰੋਸਾ ਗੁਰੂ 'ਤੇ ਵੀ ਰੱਖੋ
ਕਿ ਜਿਹੜੇ ਮਾਲਕ ਨੇ ਹੁਣ ਤੱਕ ਆਪਣੇ ਪਿਆਰਿਆਂ ਦੀ ਰੱਖਿਆ ਕੀਤੀ, ਅਸੀਂ ਬੱਚੇ ਮਾਲਕਾ ਤੇਰੇ ਬਣਾ ਤੇ, ਹੁਣ ਜ਼ਿੰਮੇਵਾਰੀ ਤੇਰੀ। ਅਤੇ ਸੱਚੀ ਗੱਲ ਇਹ ਹੈ, ਜਿਹੜਾ ਮਾਲਕ ਦਾ ਬਣ ਜੇ ਫਿਰ ਯਾਦ ਰੱਖਿਓ, ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗੈ ਨਾ ਭਾਈ। ਜਿਹਦੀ ਬਾਂਹ ਗੁਰੂ ਨੇ ਫੜ ਲਈ, ਆ ਤੁਸੀਂ ਸੁਣਿਆ ਹੀ ਹੈ ਹਿੰਦੂਆਂ ਦਾ ਇਤਿਹਾਸ, ਗੁਰੂ ਤੇਗ ਬਹਾਦਰ ਮਹਾਰਾਜ ਕੋਲ ਆ ਕੇ ਬੇਨਤੀ ਹੋਈ ਕੀਤੀ ਸੀ, ਮਹਾਰਾਜ ਸਾਨੂੰ ਬਚਾਓ, ਪਾਤਸ਼ਾਹ ਨੇ ਬਾਂਹ ਫੜੀ, ਆਪਣਾ ਆਪ ਤਾਂ ਕੁਰਬਾਨ ਕਰਤਾ ਪਰ ਹਿੰਦੂਆਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੇ। ਇਹ ਗੁਰੂ ਦੀ ਮਹਿਮਾ ਹੈ ਸਾਡੇ ਸਾਹਮਣੇ, ਅਤੇ ਸਾਨੂੰ ਭਰੋਸਾ ਕਰਨਾ ਚਾਹੀਦਾ। ਇਸ ਕਰਕੇ ਭਾਈ ਆਪ ਵੀ ਅੰਮ੍ਰਿਤ ਛਕੋ, ਆਪਣੇ ਬੱਚਿਆਂ ਨੂੰ ਵੀ ਜੇ ਕਲਯੁੱਗ ਦੇ ਸਮੇਂ ਤੋਂ ਬਚਾਉਣਾ ਤਾਂ ਉਹਨਾਂ ਨੂੰ ਗੁਰੂ ਦੇ ਪੱਲੇ ਲਾ ਦਿਓ ਭਾਈ, ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾ ਦਿਓ, ਆ ਨਸ਼ੇ ਪੱਤੇ ਤੋਂ ਬਚ ਜਾਣਗੇ, ਮਾੜੀ ਸੰਗਤ ਤੋਂ ਬਚ ਜਾਣਗੇ। ਜਿਹੜੇ ਰਿੜਕਣਿਆਂ ਜਾਂ ਤੌੜਿਆਂ ਵਿੱਚ ਤੁਸੀਂ ਘਿਓ ਪਾਉਂਦੇ ਹੋ, ਭਾਵੇਂ ਉਹ ਟੁੱਟ ਵੀ ਜਾਣ, ਠੀਕਰੀਆਂ ਚੱਕ ਕੇ ਬਾਹਰ ਸਿੱਟਿਆਓ, ਪਰ ਜਦੋਂ ਕਿਤੇ ਗਰਮੀ ਹੋਊ ਸੇਕ ਲੱਗੂ ਉਹ ਥੰਧਿਆਈ ਜ਼ਰੂਰ ਸਿੰਮੂਗੀ, ਹੁੰਦਾ ਨਾ ਇੱਦਾਂ ਹੀ। ਇਸੇ ਤਰ੍ਹਾਂ ਜਿਹੜੇ ਬੱਚਿਆਂ ਦੇ ਅੰਦਰ ਅੰਮ੍ਰਿਤ ਚਲਿਆ ਗਿਆ, ਬਾਣੀ ਚਲੀ ਗਈ, ਜਿੱਡੀ ਮਰਜ਼ੀ ਦੁੱਖ ਤਕਲੀਫ ਆ ਜੇ ਉਹਨਾਂ ਦੇ ਅੰਦਰੋਂ ਵੀ ਬਾਣੀਓ ਹੀ ਨਿਕਲੂ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਕਿਤੇ ਨਾ ਕਿਤੇ ਮਾਲਕ ਦੇ ਘਰ ਦੀ ਯਾਦ ਜ਼ਰੂਰ ਆਊਗੀ। ਇਸ ਕਰਕੇ ਭਾਈ ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ, ਗੁਰੂ ਕੇ ਜਹਾਜ਼ੇ ਚੜ੍ਹੋ, ਇਹੀ ਇਹਨਾਂ ਪ੍ਰੋਗਰਾਮਾਂ ਦਾ ਮੁੱਖ ਮਕਸਦ ਹੈ। ਆਓ ਸਾਰੀ ਸੰਗਤ ਦਾ ਕੋਟਾਨ ਕੋਟਵਾਰ ਧੰਨਵਾਦ। ਪ੍ਰਤਾਪਪੁਰਾ ਇਸੇ ਨੂੰ ਕਾਲੀ ਰੌਣ ਆਖਿਆ ਜਾਂਦਾ ਹੈ, ਆ ਮਟੀਲੀ ਨੇੜੇ ਹੀ ਪੈਂਦਾ ਇੱਥੋਂ, ਗੰਗਾਨਗਰ ਜ਼ਿਲ੍ਹੇ ਦਾ, ਰਾਜਸਥਾਨ ਦਾ ਨਗਰ, ਧੰਨਤਾ ਦੇ ਯੋਗ ਹੋ ਸਾਰੀ ਸੰਗਤ ਜਿਨ੍ਹਾਂ ਨੇ ਸਾਨੂੰ ਪੰਜਾਬ ਤੋਂ ਬਠਿੰਡੇ ਜ਼ਿਲ੍ਹੇ ਤੋਂ ਬੁਲਾ ਕੇ ਇੱਥੇ ਸੇਵਾ ਦਾ ਮੌਕਾ ਦਿੱਤਾ। ਦਾਸ ਦਾ ਨਗਰ ਹੈ ਵਾਲਿਆਂ ਵਾਲੀ, ਰਾਮਪੁਰਾ ਫੂਲ ਨੇੜੇ ਪੈਂਦਾ ਭਾਈ ਬਠਿੰਡੇ ਜ਼ਿਲ੍ਹੇ 'ਚ। ਯੂਟਿਊਬ ਦੇ ਜ਼ਰੀਏ ਬਾਬਾ ਜੀ ਨੇ ਪ੍ਰੋਗਰਾਮ ਸੁਣਿਆ, ਪ੍ਰਬੰਧਕਾਂ ਨੇ ਸੁਣਿਆ ਅਤੇ ਸਾਨੂੰ ਇੱਥੇ ਮਾਣ ਦਿੱਤਾ, ਨਿਮਾਣਿਆਂ ਨੂੰ ਬੁਲਾ ਕੇ ਗੁਰੂ ਚਰਨਾਂ 'ਚ ਬੈਠ ਕੇ ਗੁਰੂ ਦੀ ਗੱਲ ਕਰਨ ਦਾ ਮੌਕਾ ਦਿੱਤਾ ਹੈ। ਤੁਹਾਡਾ ਵੀ ਸਾਰਿਆਂ ਦਾ ਧੰਨਵਾਦ, ਸਤਿਕਾਰਯੋਗ ਬਾਬਾ ਜੀ ਦਾ ਵੀ ਧੰਨਵਾਦ ਹੈ ਵੀ ਪੂਰਨ ਗੁਰੂ ਨਾਨਕ ਦੇ ਘਰ ਨਾਲ ਜੁੜੇ ਹੋਏ ਨੇ, ਇਹਨਾਂ ਦੇ ਘਰੋਂ ਬੀਬਾ ਜੀ ਜਿਨ੍ਹਾਂ ਦਾ ਸੰਬੰਧ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਸ਼ ਭਿੰਡਰਾਂ ਵਾਲਿਆਂ ਨਾਲ ਜੁੜਦਾ ਹੈ, ਅਤੇ ਉਹਨਾਂ ਦੀ ਕੁਰਬਾਨੀ ਨੂੰ ਕੌਣ ਭੁਲਾ ਸਕਦਾ ਗੁਰੂ। ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ, ਗੁਰੂ ਵਾਲੇ ਬਣ ਜਾਓ ਭਾਈ, ਮਾਲਕ ਦੇ ਲੜ ਲੱਗੋ, ਸਾਡੇ ਵੱਲੋਂ ਵਿਚਾਰ ਕਰਦਿਆਂ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ਿਓ। ਕੱਲ੍ਹ ਦਾ ਸਮਾਂ ਆਪਣੇ ਕੋਲ ਹੋਰ ਬਾਕੀ ਹੈ, ਆਪਾਂ ਕੱਲ੍ਹ ਨੂੰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਤਿਹਾਸ ਬਾਰੇ ਜਾਣਾਂਗੇ, ਗੁਰੂ ਘਰ ਦੀ ਵਿਚਾਰ ਆਪਾਂ ਸਾਂਝੀ ਕਰਾਂਗੇ। ਆਪ ਵੀ ਆਇਓ, ਵੱਧ ਚੜ੍ਹ ਕੇ ਹੋਰ ਵੀ ਸੰਗਤਾਂ ਨੂੰ ਪ੍ਰੇਰ ਕੇ ਲੈ ਕੇ ਆਉਣਾ। ਸਾਰੀ ਸੰਗਤ ਦਾ ਧੰਨਵਾਦ, ਕੋਟਾਨ ਕੋਟਵਾਰ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਕਿਰਪਾ ਨਾਲ ਇਹ ਸਮਾਗਮ ਚੱਲ ਰਹੇ ਨੇ। ਸਾਰੇ ਰਲ ਮਿਲ ਕੇ ਆਪਾਂ ਗੁਰੂ ਘਰ ਦੀਆਂ ਖੁਸ਼ੀਆਂ ਲੈ ਰਹੇ ਹਾਂ।